ਕਦੇ ਤੁਸੀਂ ਡਿਊਟੀ ਤੇ ਉਹਦੇ ਪਾਇਰੇਟਸ ਨੇ ਅਟੈਕ ਕਰਤਾ ਮਾਫੀਆ ਨੇ ਅਟੈਕ ਕਰਤਾ ਤੁਹਾਡੀ ਸ਼ਿਪ ਤੇ। ਛੇ ਫਿਰ ਉੱਥੇ ਅਨਾਉਂਸ ਕਰ ਦਿੰਨੇ ਹਾਂ ਵੀ ਪਾਇਰੇਟਸ ਤੇ ਅਟੈਕ, ਅਟੈਕ ਪਾਇਰੇਟਸ ਤੇ। ਯਾ ਕੋਈ ਔਰ ਬਰ ਰੱਖਿਆ ਹੁੰਦਾ ਹੈ। ਸੀਟਾ ਡੇਲ ਨਾ ਇੱਕ ਕਮਰਾ ਹੁੰਦਾ ਸਾਡਾ ਤੇ ਉਹ ਸਪੈਸ਼ਲ ਉਸ ਮਤਲਬ ਸਮਝਦੇ ਪਾਇਰੇਟਸ ਆ ਗਏ ਨਾ ਉਹ ਉਹੀ ਕੰਮ ਵਾਸਤੇ ਬਣਾਇਆ ਹੋਇਆ। ਬਹੁਤ ਜ਼ਿਆਦਾ ਮੌਸਮ ਖਰਾਬ ਹੋਵੇ, ਬਿਜਲੀ ਪੂਰੀ ਕੜਕਰੀ ਹੋਵੇ, ਪੂਰਾ ਫੱਟਦਾ ਮੌਸਮ ਖਰਾਬ ਹੋਵੇ ਉਹਦੇ ਵਿੱਚੋਂ ਨਿਕਲਣਾ। ਹਾਂ ਜੀ ਕਦੇ ਹੋਇਆ? ਹਾਂ ਜੀ ਹਾਂ ਜੀ ਬਹੁਤ ਵਾਰ ਹੁੰਦਾ ਹੈ। ਇਹ ਤਾਂ ਨਾਰਮਲ ਆ ਸਾਡੇ ਵਾਸਤੇ ਪਾਣੀ ਦਾ ਇੱਕ ਐਸਾ ਪੁਆਇੰਟ ਆ ਇੱਕ ਜਗ੍ਹਾ ਆ ਜਿਹਨੂੰ ਬਰਮੂਡਾ ਟ੍ਰਾਇੰਗਲ ਕਹਿੰਦੇ ਨੇ ਇੱਥੇ ਪਲੇਨ ਡਿੱਗਦੇ ਨੇ ਅੱਜ ਤੱਕ ਕਹਿੰਦੇ ਜਿਹੜਾ ਉਸ ਰਸਤੇ ਚੱਲ ਗਿਆ ਮੁੜ ਕੇ ਕਦੇ ਵਾਪਸ ਨਹੀਂ ਆਇਆ ਅਸਲ ਚ ਇਦਾਂ ਹੋਇਆ ਵੀ ਜਿਹੜਾ ਉੱਥੇ ਗਿਆ ਕਦੇ ਮੁੜ ਕੇ ਵਾਪਸ ਆਇਆ ਨਾ ਪੁਰਾਣੇ ਟਾਈਮ 'ਚ ਕੁਝ ਐਕਸੀਡੈਂਟ ਹੋ ਗਏ ਸੀਗੇ ਠੀਕ ਐ ਜਿਸੇ ਕਰਕੇ ਉਹ ਥੋੜਾ ਜਿਹਾ ਉਪਰਚਲਿਤ ਜ਼ਿਆਦਾ ਹੋ ਗਿਆ ਤੇ ਪਰ ਅੱਜ ਦੇ ਟਾਈਮ 'ਚ ਇਹੋ ਜਿਹਾ ਕੁਝ ਨਹੀਂ ਹੈਗਾ ਮੈਂ ਵੀ ਦੋ ਤਿੰਨ ਵਾਰ ਕ੍ਰੋਸ ਕਰਿਆ ਉਹ ਲੈਂਡ ਤੇ ਬਰਮੂਡਾ ਟ੍ਰਾਇੰਗਲ ਉੱਥੇ ਹਾਂ ਉਹ ਟ੍ਰਾਇੰਗਲ ਜੋ ਮੈਂ ਕ੍ਰੋਸ ਕਰਿਆ ਹੋਇਆ ਦੋ ਇੱਕ ਮਹੀਨੇ ਦਾ ਹੈ ਇੱਕ ਮਹੀਨੇ ਦਾ 50 MB ਇੱਕ ਮਹੀਨੇ ਦਾ 50 MB ਹਾਂ ਹਾਂ ਕਈ ਤਾਂ ਐ ਹੁੰਦੇ ਨਹੀਂ ਆ ਸਰਦਾਰ ਬਹੁਤ ਅੱਛੇ ਆ ਹਾਂ ਆਪਨੇ ਬਹੁਤ ਕੋਵਿਡ ਮੇ ਬਹੁਤ ਹੈਲਪ ਕੀਤੀ ਹੈ ਆਪਨੇ ਠੀਕ ਹੈ ਕਈ ਐ ਹੁੰਦੇ ਯਾਰ ਇਹ ਆਗੇ ਖਾਲਿਸਤਾਨੀ ਆਗੇ ਉਹ ਟੌਪ ਕੀ ਹੈ ਸ਼ੁਰੂ ਕਰ ਦੇਣਗੇ ਫਿਰ 84 ਦੀਆਂ ਗੱਲਾਂ ਸ਼ੁਰੂ ਕਰ ਦੇਣਗੇ ਹਾਂ ਹਨ ਤੇ ਛੋਟੇ ਛੋਟੇ ਗੱਲਾਂ ਉਹ ਫੇਰ ਸ਼ੁਰੂ ਕਰ ਦਿੰਦੇ ਆ ਬਲੈਕਆਊਟ ਨਾਲ ਲਾਈਟ ਭੱਜ ਗਈ ਜਨਰੇਟਰ ਬੰਦ ਹੋ ਗਿਆ ਤੇ ਸਟੈਂਡਬਾਈ ਜਨਰੇਟਰ ਚਾਲੂ ਨਹੀਂ ਹੋਇਆ ਹੈਗਾ ਤਿੰਨ ਜਨਰੇਟਰ ਹੁੰਦੇ ਆ ਸਾਡੇ ਤੇ ਜਿੰਨਾ ਸੇ ਬਿਜਲੀ ਪੈਦਾ ਕਰਦੇ ਆ ਨਾਰਮਲ ਅਸੀਂ ਇੱਕ ਚਲਾ ਕੇ ਰੱਖਦੇ ਆ ਤੇ ਕਈ ਵਾਰ ਪ੍ਰੋਬਲ ਹੁੰਦੀ ਆ ਤਾਂ ਸਟੈਂਡਬਾਈ ਜਨਰੇਟਰ ਦੂਜਾ ਚਾਲੂ ਹੋ ਜਾਂਦਾ ਹੈ ਤੇ ਉਹ ਚਾਲੂ ਨਹੀਂ ਹੋਇਆ ਹੈਗਾ ਤੇ ਉਹ ਫਾਲਟ ਫਾਈਂਡ ਕਰਨ ਨੂੰ ਸਾਨੂੰ 2 ਦਿਨ ਲੱਗੇ ਤੇ ਅਸੀਂ 2 ਦਿਨ ਸੁੱਤੇ ਨਹੀਂ ਹੈਗੇ ਇੰਜੀਨੀਅਰ ਕੰਟੀਨਿਊਸਲੀ ਲੱਗੇ ਰਹੇ ਲੱਗੇ ਰਹੇ 24 24 ਘੰਟੇ ਹਾਂ ਯਾਨੀ 11 ਮਹੀਨੇ ਬਾਅਦ ਤੁਸੀਂ ਧਰਤੀ ਦੇਖਣੀ ਹੈ ਧਰਤੀ ਦੇਖਣੀ ਬੱ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਵੱਲ ਕੁਦਰਤ ਪੋਡਕਾਸਟ ਵਿਖ ਰਿਹਾ ਹਾਂ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਇੱਕ ਨਵੇਂ ਐਪੀਸੋਡ ਦੇ ਨਾਲ ਫਿਰ ਤੋਂ ਤੁਹਾਡੇ ਘਰ ਤੇ ਅਸੀਂ ਦਸਤਕ ਦੇਤੀ ਉਮੀਦ ਆਸ ਇਹੀ ਰਹੂਗੀ ਕਿ ਜਿਵੇਂ ਤੁਸੀਂ ਸਾਡੇ ਪੁਰਾਣੇ ਪੋਡਕਾਸਟਾਂ ਨੂੰ ਬਹੁਤ ਪਿਆਰ ਦਿੱਤਾ ਨਿੱਗੀ ਜੀ ਆਏ ਨੂੰ ਆਖੀ ਸਾਡੇ ਅੱਜ ਦੇ ਇਸ ਪੋਡਕਾਸਟ ਜਾਂ ਸਾਡੇ ਆਉਣ ਵਾਲੇ ਪੋਡਕਾਸਟਾਂ ਨੂੰ ਵੀ ਓਨਾ ਹੀ ਪਿਆਰ ਦਿਓਗੇ ਹਰ ਵਾਰ ਦੀ ਤਰ੍ਹਾਂ ਵਿਸ਼ਾ ਬੜਾ ਦਿਲਚਸਪ ਵਿਸ਼ਾ ਬੜਾ ਸੰਗੀਨ ਤੇ ਵਿਸ਼ਾ ਤੁਹਾਡੇ ਮਤਲਬ ਦਾ ਹੋਣ ਵਾਲਾ ਹੈ ਕਿਉਂਕਿ ਸਾਡੀ ਕੋਸ਼ਿਸ਼ ਸਿਰਫ ਇਹ ਰਹਿੰਦੀ ਹੈ ਕਿ ਅਸੀਂ ਜਿਵੇਂ ਸੋਸ਼ਲ ਮੀਡੀਆ ਤੇ ਤੜਕਾ ਜਿਵੇਂ ਸੋਸ਼ਲ ਮੀਡੀਆ ਤੇ ਮਸਾਲਾ ਚੱਲ ਰਿਹਾ ਹੈ ਅਸੀਂ ਉਸ ਮਸਾਲੇ ਤੋਂ ਪਰੇ हट ਕੇ ਸਾਦੀ ਜੀ ਦਾਲ ਤੇ ਸਾਦੀ ਜੀ ਕਹਿੰਦੇ ਰੋਟੀ ਦੇ ਨਾਲ ਖਾਣ ਵਾਲੇ ਬੰਦੇ ਆ ਤਾਂ ਤੁਹਾਨੂੰ ਉਹੀ ਸਾਦਾ ਜਾਂ ਇੱਕ ਕਨਸੈਪਟ ਲਵਾਂਗੇ ਪਰ ਉਹ ਕਨਸੈਪਟ ਐਸਾ ਹੈ ਕਿ ਤੁਹਾਡੇ ਬੱਚੇ ਦੇ ਲਈ ਤੁਹਾਡੇ ਭਵਿੱਖ ਦੇ ਵਿੱਚ ਬਹੁਤ ਸਾਧੇ ਸਕਦਾ ਹੈ ਪਿੱਛੇ ਜੇ ਅਸੀਂ ਇੱਕ ਪੌਡਕਾਸਟ ਕੀਤਾ ਕਿ ਕਿਸ ਤਰੀਕੇ ਦੇ ਨਾਲ 12ਵੀਂ ਤੋਂ ਬਾਅਦ ਤੁਸੀਂ ਆਪਣੇ ਬੱਚੇ ਨੂੰ ਬਾਹਰ ਜਾਣ ਦੇ ਇਲਾਵਾ ਆਰਮੀ ਦੇ ਵਿੱਚ ਕਿਵੇਂ ਭਰਤੀ ਕਰਾ ਸਕਦੇ ਹੋ ਕਿਉਂਕਿ ਆਪਾਂ ਅਕਸਰ ਵੇਖਿਆ ਕਿ ਸਵੇਰੇ ਸਵੇਰੇ ਕਈ ਵਾਰ ਜਦ ਮੈਂ ਕਿਸੇ ਸ਼ੂਟ ਤੇ ਸਾਡੀ ਟੀਮ ਨਾਲ ਜਾਂਦਾ ਹੁੰਦਾ ਸੀ ਤਾਂ ਬੜੇ ਅਸੀਂ ਨੌਜਵਾਨ ਐਸੇ ਵੇਖੇ ਨੇ ਕਿ ਜਿਹੜੇ ਭੱਜਦੇ ਸੀ 메ਨ ਰੋਡਾਂ ਤੇ ਆਪਾਂ ਤੁਸੀਂ ਵੀ ਅਕਸਰ ਵੇਖਿਆ ਹੋਊਗਾ ਪਰ ਉਹ ਸੀਗੀ ਇੱਕ ਜੌਬ ਜਿਹੜੀ ਆਪਾਂ ਧਰਤੀ ਤੇ ਕਰਦੇ ਆ ਅੱਜ ਟਾਪਿਕ ਐਸਾ ਰਹੂਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਜੌਬ ਦੇ ਵਿੱਚ ਜਾ ਸਕਦੇ ਹੋ ਕਿ ਜਿਸ ਜੌਬ ਦੇ ਵਿੱਚ ਤੁਹਾਡਾ ਬੱਚਾ ਜਾਂ ਤੁਸੀਂ 6-6 ਮਹੀਨੇ ਸਾਲ-ਸਾਲ ਧਰਤੀ ਹੀ ਨਹੀਂ ਦੇਖਣੀ। ਯਾਨੀ ਅੱਜ ਗੱਲ ਹੋਊਗੀ ਮਰਚੰਟ ਨੇਵੀ ਦੀ ਤੇ ਮਰਚੰਟ ਨੇਵੀ ਦਾ ਹੀ ਇੱਕ ਐਸਾ ਬਾਈ ਕਿ ਜਿਹੜਾ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਬਹੁਤ ਐਕਟਿਵ ਰੱਖਦੇ ਨੇ ਤੇ ਦਿਲਚਸਪ ਕਹਾਣੀ ਅੱਜ ਮੈਨੂੰ ਬਾਈ ਨਾਲ ਮਿਲ ਕੇ ਇਹ ਪਤਾ ਲੱਗੀ ਕਿ ਜਿਹੜੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਉਹਦੇ ਪਿੱਛੇ ਵੀ ਬੜਾ ਇੱਕ ਰਾਜ਼ ਹੈ ਸਿਰਫ 50MB ਮਿਲਦੀ ਹੈ ਕਹਿੰਦੇ ਪਰ ਉਸੇ ਦੇ ਵਿੱਚ ਵੀਡੀਓਜ਼ ਬਣਾਉਣੀ ਵੀਡੀਓ ਅਪਲੋਡ ਕਰਨੀ ਤੇ ਸੋਸ਼ਲ ਮੀਡੀਆ ਤੇ ਵੀ ਕਨੈਕਟ ਰਹਿਣਾ ਮੇਰੇ ਨਾਲ ਬਲਦੀਪ ਵੀਰਾ ਹੋਊਗਾ ਅੱਜ ਸੋਸ਼ਲ ਮੀਡੀਆ ਤੇ ਬਾਈ ਨੂੰ ਈਟੀਓ ਸਾਹਿਬ ਦੇ ਨਾਲ ਜਾਣਦੇ ਨੇ ਸਾਰੇ ਤੇ ਅੱਜ ਈਟੀਓ ਸਾਹਿਬ ਸਾਡੇ ਕੋਲ ਬੈਠੇ ਨੇ ਅਸੀਂ ਬਿਠਾ ਲੈ ਛੁੱਟੀ ਤੇ ਆਏ ਸੀ ਤੇ ਅਸੀਂ ਕਿਹਾ ਜਾਣ ਤੋਂ ਪਹਿਲਾਂ ਸਾਡੇ ਕੋਲੇ ਆ ਜਾਓ ਤੇ ਅੱਜ ਬੜੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਖੇਤਰ ਵਿੱਚ ਆ ਸਕਦੇ ਹੋ ਇਸ ਖੇਤਰ ਦੇ ਵਿੱਚ ਕਿੰਨੀਆਂ ਕੁ ਔਕੜਾਂ ਨੇ ਇਹ ਦੇਖਣ 'ਚ ਜਿੰਨੀ ਸੌਖੀ ਲੱਗਦੀ ਆ ਵੀ ਮੋਟੀ ਕਮਾਈ ਆ ਜੇਬ 'ਚ ਪੈਸੇ ਹੀ ਬਣਦੇ ਨੇ ਕੋਈ ਕਿਰਾਇਆ ਨਹੀਂ ਦੇਣਾ ਕੋਈ ਕੁਝ ਨਹੀਂ ਦੇਣਾ ਖਾਣ ਪੀਣ ਨੂੰ ਖੁੱਲਾ ਇਹ ਤਾਂ ਐਸ਼ ਪ੍ਰਸਤੀ ਕਰਦੇ ਨੇ ਪਾਰਟੀਆਂ ਵੀ ਕਰੀ ਜਾਂਦੇ ਨੇ ਵਿੱਚ ਕ੍ਰਿਕਟ ਵੀ ਖੇਢੀ ਜਾਂਦੇ ਨੇ ਸਾਰਾ ਕੁਝ ਇਹ ਚੱਲਦਾ ਹੈ ਇਹ ਹੈ ਜੀ ਜੌਬ ਹੋਰ ਆਪਾਂ ਨੂੰ ਕੀ ਚਾਹੀਦੀ ਆ ਪਰ ਉਹਦੇ ਪਿੱਛੇ ਦੀ ਕਹਾਣੀ ਜਾਣਾਗੇ ਅਸੀਂ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਿਹਤ ਕਿਵੇਂ ਆ ਬਹੁਤ ਵਧੀਆ ਠੀਕ ਹੈ ਘੈਂਟ ਹੋ ਹਾਂਜੀ ਹਾਂਜੀ ਵਧੀਆ ਅੱਛਾ ਹੁਣ ਕਿੰਨੇ ਟਾਈਮ ਵਾਸਤੇ ਆਏ ਹੋਣੇ ਹੋ ਤੁਸੀਂ ਛੁੱਟੀ ਛੁੱਟੀ ਬਈ ਮੇਰੀ ਮਰਜ਼ੀ ਆ ਕੋਈ ਜਦ ਮਰਜ਼ੀ ਜਾ ਸਕਦੇ ਆ ਜਦ ਮਰਜ਼ੀ ਆ ਮੈਂ ਚਾਹੇ 15 ਦਿਨ ਰਹਾ ਚਾਹੇ 6 ਮਹੀਨੇ ਰਹਾ ਕਰੇ ਚਾਹੇ ਸਾਲ ਅੱਛਾ ਇਹਦਾ ਕੀ ਹਿਸਾਬ ਤਾਂ ਹੁੰਦਾ ਜਿਵੇਂ ਤੁਸੀਂ ਜਿਵੇਂ ਸਾਲ ਵੀ ਕਰੇ ਰਹਿ ਸਕਦੇ ਹੋ ਛੁੱਟੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਆ ਉਹ ਕਿਵੇਂ ਇਹ ਤੁਹਾਡੇ ਆਪਣੇ ਹਿਸਾਬ ਨਾਲ ਆ ਹਾਂ ਵੀ ਜਿਵੇਂ ਮੈਂ ਤਾਂ ਮਾਰਤੂ ਲੈ ਕੇ ਸਤੰਬਰ ਟੂਬਰ ਤੱਕ ਲਾਉਂਦਾ ਗਰਮੀ ਗਰਮੀ ਤੇ ਆਪਣਾ ਠੰਡ ਜਾ ਕੇ ਵਿਆਹ ਉਹ ਦੇਖ ਲੈਣ ਨਾਲੇ ਦਵਾਲੀ ਤੁਲੀ ਦੇਖ ਲਈ ਉਹ ਸਿਸਟਮ ਹੁੰਦਾ ਮੇਰਾ ਠੀਕ ਹੈ ਹੁਣ ਕਈਆਂ ਦਾ ਹੁੰਦਾ ਆ ਵੀ ਅਸੀਂ ਪੇਪਰ ਵੀ ਦੇਣੇ ਆ ਠੀਕ ਹੈ ਉਹਨਾਂ ਨੇ ਅੱਗੇ ਪ੍ਰੋਮੋਸ਼ਨ ਲੈਣੀ ਹੁੰਦੀ ਆ ਤਾਂ ਉਹ ਕੀ ਕਰਦੇ ਨੇ ਹਾਂ ਵੀ 6-3 ਮਤਲਬ ਮਹੀਨਾ ਕੁ ਛੁੱਟੀ ਲੈਂਦੇ ਨੇ ਦੁਆਰਾ ਫੇਸਿਪ ਤੇ ਚੜ ਜਾਂਦੇ ਆ ਤਾਂ ਕਿ ਜਲਦੀ ਐਕਸਪੀਰੀਅੰਸ ਲੈ ਲਈਏ ਤੇ ਜਲਦੀ ਜਲਦੀ ਅਸੀਂ ਵੱਡੇ ਰੈਂਕ ਤੇ ਚਲੇ ਜਾਈਏ ਹੂੰ ਇਹ ਉਹਨਾਂ ਦਾ ਉਹ ਸਿਸਟਮ ਹੁੰਦਾ ਹੂੰ 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 ਅੱਛਾ ਇਹ ਕੰਮ ਕਿੰਨੇ ਟਾਈਮ ਤੱਕ ਕਰਨਾ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਮਾਰਚ ਤੋਂ ਲੈ ਕੇ ਸਤੰਬਰ ਤੱਕ ਕੰਮ ਕਰਦੇ ਹੋ ਇਹਦਾ ਵੀ ਕੋਈ ਟਾਈਮ ਟਰਵਲ ਹੁੰਦਾ ਵੀ ਇੰਨਾ ਟਾਈਮ ਤਾਂ ਲਾਉਣਾ ਹੀ ਲਾਉਣਾ ਆ ਤੁਸੀਂ ਨਹੀਂ ਨਹੀਂ ਉਹ ਮਰਜ਼ੀ ਇਹ ਇੱਕ ਕੰਟਰੈਕਟ ਹੁੰਦਾ ਸਾਡਾ ਅੱਛਾ ਤੇ ਰੈਂਕ ਦੇ ਹਿਸਾਬ ਨਾਲ ਹੁੰਦਾ ਆ ਤੇ ਕੰਪਨੀ ਦੇ ਹਿਸਾਬ ਨਾਲ ਵੀ ਹੁੰਦਾ ਹੁਣ ਕਈ ਕੰਪਨੀਜ਼ ਤਾਂ ਐਵੇਂ ਹੁੰਦਾ ਵੀ ਜਿਵੇਂ ਮੇਰਾ ਆ ਹਨਾ ਕਈ ਕੰਪਨੀ 6 ਮਹੀਨੇ ਦਾ ਵੀ ਆ ਕੰਟਰੈਕਟ ਕਈਆਂ ਦੇ 4 ਮਹੀਨੇ ਦਾ ਵੀ ਆ ਤੇ ਕਈਆਂ 3 ਮਹੀਨੇ ਦਾ ਵੀ ਆ ਵੀ ਤੁਸੀਂ 3 ਮਹੀਨੇ ਸ਼ਿਪ ਤੇ ਰਹਿਣਾ ਕੰਮ ਕਰਨਾ ਉਸ ਤੋਂ ਬਾਅਦ ਆਪਣਾ ਘਰੇ ਆ ਜਾਓ ਹੂੰ ਉਹਦੋਂ ਬਾਅਦ ਜਦੋਂ ਤੁਹਾਡਾ ਜੀ ਕਰਦਾ ਵਾਪਸ ਜਾਣਾ ਤੁਸੀਂ ਦੱਸ ਦੋ ਹਾਂ ਵੀ ਮੈਂ ਤਿਆਰ ਹਾਂ ਹੁਣ ਜਾਣਾ ਹੂੰ ਠੀਕ ਹੈ ਤੇ ਆਪਣਾ ਚੱਲੀ ਜਾਓ ਛਿਪ ਤੇ ਹੂੰ ਤੇ ਹੁਣ ਕਈਆਂ ਤੇ ਐ ਹੁੰਦਾ 9-9 ਮਹੀਨੇ ਦਾ ਵੀ ਹੁੰਦਾ ਜਿਹੜੇ ਛੋਟੇ ਦਾਏਕ ਹੁੰਦੇ ਨੇ ਅੱਛਾ 9-9 ਮਹੀਨੇ ਉਹ ਛਿਪਦੇ ਰਹਿੰਦੇ ਨੇ ਤੇ ਜੂਰੀ ਨਹੀਂ ਹੈਗਾ ਤੁਹਾਨੂੰ 9 ਮਹੀਨੇ ਵਾਲੀ ਛੁੱਟੀ ਮਿਲ ਜੂ ਐ ਨਹੀਂ ਬਸ 10 ਮਹੀਨੇ 11 ਮਹੀਨੇ ਲੱਗ ਜਾਣ ਤੁਹਾਡਾ ਰੂਟ ਹੀ ਇਹ ਜਾ ਮਿਲ ਗਿਆ ਹਨਾ ਵੀ 2 ਮਹੀਨੇ ਤੁਸੀਂ ਐਡਾ ਲੰਬਾ ਰੂਟ ਮਿਲ ਗਿਆ ਵੀ ਕੋਈ ਪੋਰਟ ਹੈ ਹੀ ਨਹੀਂਗਾ ਲਵੇ ਤਵੇ ਅੱਛਾ ਹਾਂ 2 ਮਹੀਨਾ ਤੁਹਾਡੇ 9 ਮਹੀਨੇ ਹੋ ਗਏ 9 ਮਹੀਨੇ ਬਾਅਦ ਥੋੜਾ ਜਾਂ 9 ਮਹੀਨੇ 2 ਮਹੀਨੇ ਦਾ ਉਹ ਮਿਲ ਗਿਆ ਤੁਹਾਨੂੰ ਰੂਟ ਮਿਲ ਗਿਆ ਹੋਰ ਮਿਲ ਗਿਆ ਤੇ 2 ਮਹੀਨੇ ਤੋਂ ਦੇਖ ਲਓ 11 ਮਹੀਨੇ ਹੋ ਗਏ 11 11ਵੇਂ ਮਹੀਨੇ ਜਾ ਕੇ ਤੁਹਾਨੂੰ ਛੁੱਟੀ ਮਿਲੂਗੀ ਯਾਨੀ 11 ਮਹੀਨੇ ਬਾਅਦ ਤੁਸੀਂ ਧਰਤੀ ਦੇਖਣੀ ਹੈ ਧਰਤੀ ਦੇਖਣੀ ਹੈ ਬੱਲੇ 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 ਕੋਵਿਡ ਚ ਲੋਕਾਂ ਨੇ 16 16 ਮਹੀਨੇ ਵੀ ਲਾਇਨੇ 16 16 ਮਹੀਨੇ ਬਾਈ ਹਾਂ ਉਦੋਂ ਸਾਰਾ ਕਿਤੇ ਬੰਦ ਸੀਗੇ ਫਲਾਈਟਾਂ ਬੰਦ ਸੀਗੀਆਂ ਹਣਾ ਕੋਈ ਪੋਰਟ ਤੇ ਵੀ ਨਹੀਂ ਜਾਣ ਦਿੰਦੇ ਸੀ ਹਾਂ ਵੀ ਸ਼ਿਪਤੀ ਰਹੋ ਹਾਂ ਤੇ ਥੱਲੇ ਵੀ ਨਹੀਂ ਉਤਰ ਦਿੰਦੇ ਹੈਗੇ ਹਾਂ ਤੇ ਉਦੋਂ ਫੇਰ ਥੋੜਾ ਜਿਹਾ ਸੈਟਲ ਹੋਇਆ ਹਣਾ 5 6 ਮਹੀਨੇ ਬਾਅਦ ਹਾਂ ਵੀ ਦਵਾਈਆਂ ਆ ਦੇ ਪ੍ਰਿਕਾਸ਼ਨ ਲੈਣ ਲੱਗੇ ਫੇਰ ਛੁੱਟੀ ਮਿਲਣ ਲੱਗਿਆ ਲੋਕਾਂ ਨੂੰ ਨਹੀਂ ਤਾਂ ਉੱਥੇ ਸਾਰਾ ਦਿਨ ਦੇਖ ਲਓ ਜੀ ਉਹੀ ਰੁਟੀਨ ਕਰੀ ਜਾਣੀ ਕਰੀ ਜਾਣੀ ਬੜਾ ਇੱਕ ਉਹਨੇ 20 25 ਬੰਦੇ ਅਜੇ ਰਹਿਣਾ ਬਹੁਤ ਔਖਾ ਯਾਰ ਬਹੁਤ ਔਖਾ ਹਾਂ ਮਤਲਬ ਜਿਸ ਹਿਸਾਬ ਦੀ ਹੁਣ ਮੇਰੀ ਆ ਕਹਾਂ ਵੀ ਤਕਰੀਬਨ ਹਰ ਇੱਕ ਬੰਦੇ ਦੀ ਹੋ ਗਿਆ ਹਰ ਇੱਕ ਬੰਦੇ ਨੇ ਹੁੰਦਾ ਵੀ ਚੱਲ ਕੰਮ ਕਰ ਲਿਆ ਯਾਰ ਚੱਲ ਛੱਡ ਹੁਣ ਮੜਾ ਘੁੰਮ ਕੇ ਆਈਏ ਮੜਾ ਫਰੈਸ਼ ਕਰੀਏ ਆਪਣੇ ਮੂਡ ਨੂੰ ਫਰੈਸ਼ ਕਰੀਏ ਉੱਥੇ ਹੀ ਤੁਹਾਨੂੰ ਐਸੀ ਜਗ੍ਹਾ 'ਚ ਬੰਦ ਕਰਤਾ ਵੀ ਚਾਹੇ ਮਜਬੂਰੀ ਕਹਿ ਲੋ ਚਾਹੇ ਤੁਹਾਡਾ ਕੰਮ ਕਹਿ ਲਓ ਵੀ ਤੁਹਾਨੂੰ ਕਰਨਾ ਪੈਣਾ ਥੋੜਾ ਕੰਟਰੈਕਟ ਹੋ ਗਿਆ ਤਾਂ ਤੁਸੀਂ ਕਿਤੇ ਭੱਜ ਨਹੀਂ ਸਕਦੇ ਭੱਜਣ ਭੱਜਣ ਨੂੰ ਧਰਤੀ ਨਹੀਂ ਉਹਦੀ ਰਹਿਣਾ ਉਹ ਪਾਣੀ 'ਚ ਹੀ ਰਹਿਣਾ ਮੈਡਾ ਕਮਰਾ ਇਹ ਕੰਮ-ਕੰਮ ਤੋਂ ਕਮਰੇ ਬਸ ਕਮਰਾ ਅੱਛਾ ਭਾਈ ਜਿਵੇਂ ਇਹ ਖੇਤਰ ਆਪਾਂ ਮਿਲ ਕਿਉਂਕਿ ਮੇਰੇ ਕੋਲ ਸਵਾਲ ਬਹੁਤ ਨੇ ਮੇਰੇ ਮਨ ਦੇ ਵਿੱਚ ਬਹੁ ਗਿਣਤੀ ਲੋਕ ਨੇ ਆਪਾਂ ਉਹਨਾਂ ਨੂੰ ਅੱਜ ਇਹ ਜਾਣਕਾਰੀ ਵੀ ਕਲੀਅਰ ਕਰਨੀ ਹੈ ਕਿ ਇਸ ਖੇਤਰ ਵੱਲ ਆਇਆ ਕਿਵੇਂ ਜਾਂਦਾ ਪਰ ਆਪਾਂ ਸ਼ੁਰੂਆਤ ਕਰਦੇ ਹਾਂ ਇੱਥੋਂ ਕਿਉਂਕਿ ਜਿਹੜੇ ਦਰਸ਼ਕ ਵੇਖ ਰਹੇ ਨੇ ਜਾਂ ਮੇਰੇ ਮਨ ਦੇ ਵਿੱਚ ਆਏ ਹੁੰਦਾ ਤੁਹਾਡੀ ਜੌਬ ਜਨੇ ਅਸੀਂ ਸੁਣਿਆ ਕਈ ਮੇਰੇ ਮਿੱਤਰ ਨੇ ਜਦ ਅਸੀਂ 11ਵੀਂ 12ਵੀਂ ਦੇ ਵਿੱਚ ਸੀਗੇ ਉਦੋਂ ਆਪਸ ਦੇ ਵਿੱਚ ਗੱਲਾਂ ਚੱਲਦੀਆਂ ਹੁੰਦੀਆਂ ਸੀ ਕਿ ਭਾਈ ਅਸੀਂ ਨੇਵੀ 'ਚ ਜਾਣਾ ਹੈ ਜਾਂ ਬੰਦੇ ਆਪਸ ਦੇ ਵਿੱਚ ਜਿਵੇਂ ਗਰੁੱਪ 'ਚ ਬੈਠੇ ਨੇ ਡਿਸਕਸ ਕਰਦੇ ਨੇ ਕਿ ਭਾਈ ਮੈਂ ਉਹ 'ਚ ਜਾਣਾ ਮੈਂ ਉਹ 'ਚ ਜਾਣਾ ਤਾਂ ਸਾਡੇ ਇੱਕ ਦੋ ਮਿੱਤਰ ਸੀਗੇ ਸਾਡੇ ਕੋਚਿੰਗ ਸੈਂਟਰ ਦੇ ਵਿੱਚ ਤੇ ਉੱਥੇ ਸਾਨੂੰ ਇੱਕ ਮਿੱਤਰ ਸੀਗਾ ਉਹ ਕਹਿੰਦਾ ਵੀ ਮੈਂ ਤਾਂ ਨੇਵੀ 'ਚ ਜਾਣਾ ਹੈ ਇਸ ਤਰੀਕੇ ਨਾਲ ਇਦਾਂ ਹੁੰਦਾ ਤੇ ਕਹਿੰਦਾ ਅੱਛਾ ਮੈਂ ਕਿਹਾ ਕਿਵੇਂ ਫਿਰ ਕੀ ਸਿਸਟਮ ਹੈ ਉਹ ਕਹਿੰਦਾ ਉਹਨਾਂ ਦਾ ਸੌਖਾ 6 ਮਹੀਨੇ ਕੰਮ ਕਰਨਾ ਬਸ ਹਾਂ ਤੇ 6 ਮਹੀਨੇ ਦੀ ਤਨਖਾਹ ਕਰੇ ਬੈਠੇ ਵੀ ਆ ਜਾਣੀ ਆ ਮੈਂ ਕਿਹਾ ਬੱਲੇ ਆ ਤਾਂ ਬਹੁਤ ਜ਼ਿਆਦਾ ਕੈਂਟ ਕਮ ਹੈ ਹਾਂ ਵੀ ਇਹ ਜੀ ਜੋਬ ਤਾਂ ਅਸੀਂ ਵੀ ਕਰਾਂਗੇ ਫਿਰ ਹੂੰ ਤੇ ਉਹਨੇ 12ਵੀਂ ਤੋਂ ਬਾਅਦ ਉਹ ਜੋਬ ਕਰ ਲਈ ਹੂੰ ਤੇ ਸਾਨੂੰ ਸਾਰਿਆਂ ਨੂੰ ਬਈ ਐ ਹੋ ਗਿਆ ਬਈ ਉਹਦੇ ਤਾਂ ਨਿਆਰੇ ਹੂੰ ਨਿਆਰੇ ਤੇ ਉਹ ਜਦ ਸਾਨੂੰ ਪਿੱਛੇ ਜੇ ਮਿਲਿਆ ਤੇ ਉਦੋਂ ਸਾਨੂੰ ਉਹਨੇ ਐਸੇ-ਐਸੇ ਦੁਖੜੇ ਰੋਏ ਹੂੰ ਫਿਰ ਅਸੀਂ ਫੀਲ ਕੀਤਾ ਕਿ ਨਹੀਂ ਅਸੀਂ ਠੀਕ ਰਹਿ ਗਏ ਹਾਂ ਅੱਜ ਤੁਸੀਂ ਇਹ ਕਲੀਅਰ ਕਰ ਦੋ ਕਿਉਂਕਿ ਜਿਵੇਂ ਮੈਂ 11ਵੀਂ 12ਵੀਂ ਚ ਬੈਠਾ ਸੋਚਦਾ ਸੀ ਹਾਂ 11ਵੀਂ 12ਵੀਂ ਵਾਲੇ ਬੈਠੇ ਤੁਹਾਨੂੰ ਦੇਖ ਰਹੇ ਹੋਣਗੇ ਉਹਨਾਂ ਦੇ ਮਨ ਦੇ ਵਿੱਚ ਵੀ ਆਈ ਜਾਂਦਾ ਹੋਗਾ ਬਈ ਯਾਰ ਬਾਈ ਦੇ ਤੇ ਨਜ਼ਾਰੇ ਨੇ ਸੋਸ਼ਲ ਮੀਡੀਆ ਤੇ ਬਾਈ ਫੇਮਸ ਹੋ ਗਿਆ ਨਾਲੇ ਤਾਂ ਬਾਈ ਦੀ ਚੜ੍ਹਾਈ ਐ ਨਾਲੇ ਪੈਸੇ ਦੀ ਕਮਾਈ ਐ ਨਾਲੇ 6 ਮਹੀਨੇ ਘਰੇ ਲੱਗ ਜਾਣੇ ਨੇ ਇਹੋ ਜੀ ਜੌਬ ਹੋਰ ਕਿੱਥੇ ਮਿਲਣੀ ਐ ਇਹ ਅਸਲ ਚ ਹਾਥੀ ਦੇ ਦੰਦ ਦੇਖਣ ਤੇ ਖਾਨ ਵਾਲੀ ਸੇਮ ਨੇ ਕਿ ਹੋਰ ਨੇ ਨਹੀਂ ਨਹੀਂ ਹੋਰ ਹੀ ਨੇ ਅੱਛਾ ਇਹ ਇੱਕ ਤਾਂ ਹੈਗਾ ਜਿਹੜਾ ਤੁਸੀਂ ਕਹਿੰਦੇ ਹੋ ਹਾਂ ਵੀ ਕਰਿਆ ਕਿ ਤਨਖਾਹ ਮਿਲਦੀ ਐ ਇਹ ਕੁਝ ਨਹੀਂ ਮਿਲਦਾ ਜਿੰਨਾ ਟਾਈਮ ਤੁਸੀਂ ਛਿਪਦੇ ਹੋ ਉਹਨਾਂ ਦਾ ਟਾਈਮ ਤੁਹਾਨੂੰ ਤਨਖਾਹ ਮ ਅੱਛਾ ਇਹ ਵਿੰਗਰ ਨਾਲ ਬਣਾਈਆਂ ਹੋਈਆਂ ਨੇ ਨਾ ਉਹ ਕੁਝ ਨਹੀਂ ਹੈਗਾ ਜਿੰਨਾ ਟਾਈਮ ਚਾਹੇ ਛੁੱਟੀ ਦੇ ਤੁਸੀਂ ਹੂੰ ਚਾਹੇ ਇੱਕ ਦਿਨ ਹੋ ਚਾਹੇ 6 ਮਹੀਨੇ ਤੁਹਾਨੂੰ ਤਨਖਾਹ ਨਹੀਂ ਮਿਲਣੀ ਜਿੰਨਾ ਟਾਈਮ ਤੁਸੀਂ ਛਿਪਤੇ ਹੋ ਉਹਨਾਂ ਟਾਈਮ ਮਿਲੂਗੀ ਜਾਂ ਕਈ ਕੰਪਨੀ ਚਾਹੇ ਹੁੰਦਾ ਵੀ ਤੁਹਾਨੂੰ ਅੱਧੀ ਤਨਖਾਹ ਦੇ ਦਿੱਤੀ ਹੁਣ 6 ਮਹੀਨੇ ਦੇ ਜੇ ਤੁਹਾਡੀ 3000 ਡਾਲਰ ਆ ਤੁਹਾਨੂੰ 1500 ਡਾਲਰ ਦੇ ਦਿੱਤਾ ਉਦੋਂ ਠੀਕ ਹੈ 6 ਮਹੀਨੇ 1500 ਤੁਹਾਨੂੰ ਉਹ ਦੇ ਦਿੱਤਾ ਛੁੱਟੀ ਵਾਲੇ ਉਹ ਨਹੀਂ ਪੈ ਗਿਆ ਸਾਰਾ ਹੂੰ ਠੀਕ ਹੈ ਤੇ ਐਵੇਂ ਹੁੰਦਾ ਹੂੰ ਬਾਕੀ ਜਿਹੜੇ ਤੁਸੀਂ ਕਹਿੰਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਕੁਝ ਹੋਰ ਖਾਣੇ ਵਾਲੇ ਹੋਰ ਉਹੀ ਸਿਸਟਮ ਆ ਮੈਂ ਇਹ ਖਾਣੇ ਵਾਲੇ ਕੁਝ ਹੋ ਰਿਹਾ ਦਿਖਾਣੇ ਵਾਲੇ ਕੁਝ ਹੋਰ ਨੇ ਉਹ ਕਿਵੇਂ ਤੇ ਜਿਹੜੇ ਅਸੀਂ ਹੁਣ ਦਿਖਾਉਂਦੇ ਆ ਹਨਾ ਸੋਸ਼ਲ ਨੈਟਵਰਕਿੰਗ ਚ ਵਿੱਚ ਦੇ ਘੁੰਮਦੇ ਫਿਰਦੇ ਆ ਹਨਾ ਫਲਾਣਾ ਦੇਸ਼ ਘੁੰਮਣਾ ਪਾਰਟੀ ਕਰ ਰਹੇ ਹੋ ਆ ਪਾਰਟੀਆਂ ਇੱਕ ਹੋ ਰਹੀਆਂ ਨੇ ਹਾਂ ਫ੍ਰੀਜ ਦੇਸ਼ ਘੁੰਮਣ ਨੂੰ ਮਿਲਦੀ ਫ੍ਰੀਜ ਦੇਸ਼ ਘੁੰਮਣ ਨੂੰ ਮਿਲਦੇ ਨੇ ਤੇ ਨਿਆਰੇ ਲੈਂਦੇ ਨੇ ਹਨਾ ਸ਼ਿਪਤੀ ਰਹਿਣਾ ਹੈ ਹੋਰ ਕੁਝ ਨਹੀਂਗਾ ਪਰ ਜਿਹੜਾ ਅਸਲ ਹੈ ਹਨਾ ਅੰਦਰਲਾ ਉਹ ਨਾ ਤਾਂ ਮੈਂ ਤੁਹਾਨੂੰ ਉਹ ਬਿਆਨ ਕਰ ਸਕਦਾ ਜੋ ਸਾਡੇ ਨਾਲ ਹੁੰਦਾ ਹੈ ਉਥੇ ਤੇ ਜਿੰਨਾ ਔਖਾ ਸਦੀ ਫੇਸ ਕਰਦੇ ਆ ਤੇ ਉਹ ਵੀ ਜਿਹੜਾ ਬੰਦਾ ਉਥੇ ਰਹਿੰਦਾ ਨਾ ਉਹਨੂੰ ਉਥੇ ਜਾ ਕੇ ਪਤਾ ਲੱਗਦਾ ਕਈ ਆਪਣੇ ਹੁੰਦੇ ਨੇ ਨਾ ਇੱਥੇ ਚਲੇ ਜਾਂਦੇ ਨੇ ਹਨਾ ਛਿਪਦੇ ਜੇ ਐਂ ਹੁੰਦਾ ਵੀ ਯਾਰ ਹਨਾ ਹੁੰਦਾ ਪਹੁੰਚੇ ਹੁੰਦਾ ਕੋਈ ਨਿਛੇਮ ਨਹੀਂ ਕੱਢਣਿਆ ਪਰ ਜਿਹੜੇ ਅਫਸਰ ਹੁੰਦੇ ਨੇ ਨਾ ਹਾਂ ਉਹ ਬੜੇ ਹਰਾਮੀ ਹੁੰਦੇ ਨੇ ਜਿਹੜੇ ਉੱਪਰਲੇ ਨੇ ਹਾਂ ਅੱਛਾ ਉਹਨਾਂ ਦਾ ਬਸ ਐਂ ਆ ਵੀ ਇਹਨਾਂ ਖੂਨ ਚੂਸਣਾ ਡਿਕਟੇਟਰਸ਼ਿਪ ਵਾਲਾ ਆ ਵੀ ਕਰੋ ਦੁਖੀ ਹੋਏ ਆਏ ਹੁੰਦੇ ਨੇ ਘਰ ਵਾਲੇ ਨਾਲ ਲੜਾਈ ਹੁੰਦੀ ਆ ਹਾਂ ਵੀ ਜੋ ਅੱਕ ਦੁਖੀ ਹੁੰਦੇ ਨੇ ਤੇ ਉਹ ਫਿਰ ਇੱਥੇ ਆ ਕੇ ਗੁੱਸਾ ਘੜਦਿੰਨੇ ਆਪਣਾ ਅੱਛਾ ਹਾਂ ਉਹਨਾਂ ਦਾ ਕੰਮ ਕਰਾਈ ਜਾਣਗੇ ਠੀਕ ਹੈ ਰੈਸ ਟਾਈਮ ਆ ਤੁਹਾਡਾ 8 ਤੋਂ 5 ਕੰਮ ਹੋ ਗਿਆ ਤੇ ਰਾਤ ਨੂੰ ਫੇਬ ਲਾ ਲਿਆ 7 ਵਜੇ ਯਾਰ ਉਹ ਕੰਮ ਰਹਿੰਦਾ ਕਿਉਂ ਨਹੀਂ ਕੀਤਾ ਹੈਗਾ ਤੂੰ ਤੁਸੀਂ ਜਵਾਬ ਨਹੀਂ ਦੇ ਦੇ ਸਕਦੇ ਸੀ ਤੁਹਾਨੂੰ ਜਾਣ ਹੀ ਪਊ ਕੋਈ ਐਮਰਜੈਂਸੀ ਆ ਗਈ ਠੀਕ ਆ ਹੁਣ ਅਸੀਂ ਇੰਜੀਨੀਅਰ ਆ ਦੇ ਸਾਡਾ ਨਾਰਮਲ ਜੇ ਐਟ ਸੀ ਆ ਤਾਂ 8 ਤੋਂ 5 ਕੰਮ ਹੁੰਦਾ ਅਸੀਂ ਨਾਰਮਲ ਮਸ਼ੀਨਰੀ ਦਾ ਕੰਮ ਕਰਨਾ ਹਨਾ ਤੇ ਉਹਦਾ ਟਰਬਲ ਸ਼ੂਟ ਵਗੈਰਾ ਕਰਨੀ ਚੱਲ 5 ਵਜੇ ਅਸੀਂ ਆਏ ਵੀ ਛੁੱਟੀ ਕਰਕੇ ਅਸੀਂ ਆਪਣੇ ਕਮਰੇ ਚਲੇ ਜਾਂਦੇ ਹਾਂ ਹੂੰ ਤੇ ਕਈ ਵਾਰ ਐ ਹੁੰਦਾ ਹਨਾ ਜੇ ਅਫਸਰ ਹੈਗਾ ਸਾਡਾ ਚੀਫ ਇੰਜੀਨੀਅਰ ਉਹਨੇ ਬੁਲਾਣਾ 6 ਵਜੇ ਬੁਲਾਣਾ 7 ਵਜੇ ਆਪਣੇ ਕਮਰੇ ਚ ਤੂੰ ਅੱਜ ਉਹ ਕੰਮ ਕਿਉਂ ਨਹੀਂ ਕੀਤਾ ਹੈਗਾ ਠੀਕ ਹੈ ਤੇ ਕਿਉਂਕਿ ਪਹਿਲਾਂ ਵੀ ਹੋਰ ਕੰਮ ਹੁੰਦਾ ਕਈ ਵਾਰ ਪ੍ਰੋਬਲਮ ਕੋਈ ਹੋ ਹੋ ਜਾਂਦੀ ਆ ਹਨਾ ਪਲੈਨਿੰਗ ਕੁਝ ਹੋਰ ਹੁੰਦੀ ਆ ਤੇ ਉਹਨੇ ਵਿੱਚ ਝੜਕਣਾ ਵੀ ਕਿਉਂ ਨਹੀਂ ਕੀਤਾ ਹੈਗਾ ਹਨਾ ਤੂੰ ਆਪਣਾ ਕੰਮ ਨਹੀਂ ਕਰਦਾ ਹੈਗਾ ਤੇ ਫਿਰ ਸਵੇਰੇ ਜੋ ਉੱਥੇ ਜਾਣਾ ਆਪਣਾ ਬ੍ਰੇਕਫਾਸਟ ਤੇ ਜਾਣਾ ਹਨਾ ਤੇ 8 ਵਜੇ ਕੰਮ ਹੁੰਦਾ ਸੀ 7:30 ਵਜੇ ਕੰਮ ਬ੍ਰੇਕਫਾਸਟ ਤੇ ਜਾਂਦੇ ਆ ਤੇ ਬ੍ਰੇਕਫਾਸਟ ਉਹ ਬੁਲਾ ਦੇ ਕਮਰੇ ਚ ਹਾਂ ਵੀ ਅੱਜ ਕੀ ਕਰੇਗਾ ਹਨਾ ਉਹ ਕੰਮ ਕਿਉਂ ਨਹੀਂ ਕੀਤਾ ਹੈਗਾ ਹਾਂ ਤੇ ਐਂ ਦੁਖੀ ਕਰਨਾ ਸਾਨੂੰ ਤੇ ਫੇਰ ਕੰਮ ਜਾ ਕੇ ਟੰਗੜਾਉਣੀ ਅੱਛਾ ਹਾਂ ਕੁਛ ਨਾ ਕੁਛ ਉਂਗਲ ਕਰੀ ਯਾਨੀ ਕਰੀ ਯਾਨੀ ਬਿਨਾਂ ਦੁਖੀ ਕਰੀਏ ਹਾਂ ਵੀ ਚੈਨਲ ਜਿਉਂ ਨਹੀਂ ਦੇਣਾਗਾ ਇੱਥੇ ਇਹ ਸਾਰੇ ਇਹ ਬੰਦਾ ਉੱਥੇ ਡਿਪਰੈਸ ਹੋ ਜਾਂਦਾ ਹਾਂ ਮੈਂਟਲੀ ਬਹੁਤ ਦੁਖੀ ਹੋ ਜਾਂਦਾ ਇਹ ਨਾ ਫਿਜ਼ੀਕਲ ਨਹੀਂ ਉਹ ਦੁਖੀ ਹੁੰਦਾ ਜਿੰਨਾ ਮੈਂਟਲੀ ਹੋ ਜਾਂਦਾ ਵੀ ਤਾਂ ਤੱਕ ਹੀ ਬੋਲ ਰਹੇ ਹਾਂ ਹਾਂ ਹੁਣ ਨਾਰਮਲ ਜੌਬ 'ਚ ਤਾਂ ਆਏ ਆ ਤੁਸੀਂ ਆਪਣਾ ਕੋਈ ਨਹੀਂ ਆ ਤੁਹਾਨੂੰ ਡਾਟ ਬਈ ਠੀਕ ਆ ਹਣਾ ਤੁਸੀਂ ਦੁਖੀ ਹੋਗੇ ਹਣਾ ਤੁਸੀਂ 5 ਵਜੇ ਤੋਂ ਆਪਨੇ ਫੈਮਿਲੀ ਕੋ ਲੈ ਆਉਂਗੇ ਠੀਕ ਆ ਆਪਣਾ ਰਿਲੈਕਸ ਹੋ ਸਕਦੇ ਆ ਤੁਸੀਂ ਹਣਾ ਗੁੱਸਾ ਠੰਡਾ ਕਰ ਸਕਦੇ ਹਾਂ ਪਰ ਉੱਥੇ ਐ ਨਹੀਂ ਹੈਗਾ ਤੁਹਾਨੂੰ ਉੱਥੇ ਹੀ ਰਹਿਣਾ ਪੈਣਾ ਕਮਰੇ ਜੀਆ ਤੁਸੀਂ ਠੀਕ ਹੈ ਤੇ ਐ ਨਹੀਂ ਪਤਾ ਰਾਤ ਨੂੰ 2:30 ਵਜੇ ਪ੍ਰੋਬਲਮ ਆ ਜੀ ਤੁਹਾਨੂੰ ਜਾਣਾ ਪੈਣਾ ਸੁੱਤੇ ਪਿਆ ਸੀ ਹਣਾ ਪ੍ਰੋਬਲਮ ਉਦੋਂ ਐ ਹੁੰਦਾ ਕਈ ਵਾਰ ਹੁਣ ਮੈਂ ਲਾਸ਼ੇ ਪਿੱਛੇ ਆਇਆ ਸੀਗਾ ਕਿ ਰਾਤ ਨੂੰ ਕਈ ਵਾਰ ਬਲੈਕਆਊਟ ਹੋ ਗਿਆ ਇੱਕ ਵਾਰੀ ਬਲੈਕਆਊਟ ਮਲ ਲਾਈਟ ਭੱਜ ਗਈ ਜਨਰੇਟਰ ਬੰਦ ਹੋ ਗਏ ਅੱਛਾ ਤੇ ਸਟੈਂਡਬਾਈ ਜਨਰੇਟਰ ਚਾਲੂ ਨਹੀਂ ਹੋਇਆ ਹੈਗਾ ਤਿੰਨ ਜਨਰੇਟਰ ਹੁੰਦੇ ਨੇ ਸਾਡੇ ਅੱਛਾ ਤੇ ਜਿੰਨਾ ਅਸੀਂ ਪਿਛਲੀ ਪੈਦਾ ਕਰਦੇ ਹਾਂ ਨਾਰਮਲ ਅਸੀਂ ਇੱਕ ਚਲਾ ਕੇ ਰੱਖਦੇ ਹਾਂ ਤੇ ਕਈ ਵਾਰ ਪ੍ਰੋਬਲ ਹੁੰਦੀ ਆ ਤਾਂ ਸਟੈਂਡਬਾਈ ਜਨਰੇਟਰ ਦੂਜਾ ਚਾਲੂ ਹੋ ਜਾਂਦਾ ਤੇ ਉਹ ਚਾਲੂ ਨਹੀਂ ਹੋਇਆ ਹੈਗਾ ਤੇ ਉਹ ਫਾਲਟ ਫਾਈਂਡ ਕਰਨ ਨੂੰ ਸਾਨੂੰ 2 ਦਿਨ ਲੱਗੇ ਤੇ ਅਸੀਂ 2 ਦਿਨ ਸੁੱਤੇ ਨਹੀਂ ਹੈਗੇ ਇੰਜੀਨੀਅਰ ਕੰਟੀਨਿਊਸਲੀ ਲੱਗੇ ਰਹੇ ਲੱਗੇ ਰਹੇ 24 24 ਘੰਟੇ ਹਾਂ ਬਿਲਕੁਲ ਵੀ ਨਹੀਂ ਸੁੱਤੇ ਬਿਲਕੁਲ ਵੀ ਨਹੀਂ ਸੁੱਤੇ ਅਸੀਂ ਕਿਉਂਕਿ ਸੋਲਵ ਕਰਨੀ ਸੀ ਉਹ ਚੀਜ਼ ਅੱਛਾ ਹਾਂ ਫਿਰ ਉਹ ਫਾਲਟ ਕਿੱਥੋਂ ਮਿਲਿਆ ਫਾਲਟ ਫਿਰਿਆ ਸੀ ਜਦੋਂ ਸਰਚ ਕੀਤਾ ਹਨਾ ਤੇ ਇੱਕ ਤਾਂ ਬਹੁਤ ਉਹ ਥਕਾਵਟ ਹੋ ਗਈ ਸੀ ਫਿਰ ਉਹਦਾ ਦਿਮਾਗ ਕੰਮ ਕਰਨਾ ਬੰਦ ਹੋ ਜਾਂਦਾ ਫਿਰ ਇੱਕ ਬੰਦਾ ਯਾਰ ਰਿਲੈਕਸ ਜਾਂਦਾ ਠੀਕ ਹੈ ਜੇ ਤੂੰ ਆਪਣੇ ਕਮਰੇ ਜਾ ਥੋੜਾ ਉੱਥੇ ਜਾ ਕੇ ਰਿਲੈਕਸ ਹੋ ਥੋੜਾ ਸੋਚ ਉੱਥੇ ਜਾ ਕੇ ਆਪਣੇ ਦੋਸਤ ਨੂੰ ਮੈਸੇਜ ਹੁੰਸੀ ਕਰ ਹਨਾ ਪੁੱਛੇ ਕਿ ਕੋਈ ਰਾਹ ਮਿਲ ਜੇ ਤੇ ਫਿਰ ਉਹਦਾ ਕਈ ਵਾਰ ਬੰਦਾ ਜਿਹੜਾ ਰਿਲੈਕਸ ਹੁੰਦਾ ਨਾ ਉਹਦਾ ਦਿਮਾਗ ਚੱਲ ਪੈਂਦਾ ਵੀ ਹਾਂ ਉਹ ਚੀਜ਼ ਹੈ ਉਹ ਮਸ਼ੀਨਰੀ 'ਚ ਥੋੜਾ ਜਿਹਾ ਉਹ ਆ ਉਹ ਚੈੱਕਰ ਹੈਗਾ ਹੀ ਨਹੀਂ ਤੇ ਉੱਥੇ ਹੋਵੇ ਕਈ ਵਾਰ ਫਾਲਟ ਲੱਭ ਜਾਂਦਾ ਐਂ ਹੀ ਹੋਇਆ ਸੀ ਸਾਡੇ ਨਾਲ ਉਹ ਬੰਦਾ ਰਿਲੈਕਸ ਹੋਇਆ ਤੇ ਉਹਦਾ ਦਿਮਾਗ ਚੱਲਿਆ ਉਹਦਾ ਥੋੜਾ ਜਿਹਾ ਤੇ ਉਹਨੇ ਫਾਰਟ ਲੱਭ ਲਿਆ ਯਾਨੀ ਫਾਰਟ ਲੱਭਣ ਨੂੰ ਦੋ ਦਿਨ ਲੱਗੇ ਹੂੰ ਹੂੰ ਇਹ ਜੀ ਹੋ ਜਾਂਦੀ ਹੈ ਇਹ ਸਾਰੇ ਅਫਸਰ ਬਾਈ ਇਦਾਂ ਹੀ ਹੁੰਦੇ ਨੇ ਨਹੀਂ ਸਾਰੇ ਨਹੀਂ ਹੁੰਦੇ ਹੈਗੇ ਹਾਂ ਕਈ ਤਾਂ ਬਹੁਤ ਵਧੀਆ ਹੁੰਦੇ ਨੇ ਤੇ ਜਿਵੇਂ ਪਿਛਲੀ ਤੋਂ ਪਿਛਲੀ ਸ਼ਿਪ ਸੀ ਐਨਾ ਵਧੀਆ ਟਾਈਮ ਨਿਕਲੇ ਆ ਅਫਸਰ ਬਹੁਤ ਵਧੀਆ ਸੀਗੇ ਅੱਛਾ ਹਣਾ ਜਿਵੇਂ ਤੁਸੀਂ ਦੋਸਤੋਂ ਐ ਹੀ ਰਹਿੰਦੇ ਨੇ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਅਫਸਰ ਵੀ ਨੇ ਤੁਹਾਡੇ ਹੂੰ ਤੇ ਦੋਸਤਾਂ ਮੰਗ ਰਹਿਣਾ ਹਾਂ ਵੀ ਆ ਜਾ ਖੇਡੀਏ ਹਨਾ ਤੇ ক্রিকেট ਖੇਡੀਏ ਆਏ 파ਟੀ ਕਰਦੇ ਹਾਂ ਹਨਾ ਨਾਲ ਨੱਚਣਗੇ ਤੁਹਾਡੇ ਅੱਛਾ ਤੇ ਫਨ ਸ਼ਾਨ ਕਰਨਗੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਹਾਂ ਵੀ ਤੁਸੀਂ ਘਰੋਂ ਬਾਹਰ ਆਏ ਹੋਏ ਵੀ ਇਹ ਤੁਹਾਡਾ ਅਫਸਰ ਆ ਹਾਂ ਇਹ ਜੇ ਵੀ ਹੁੰਦੇ ਨੇ ਕਈ ਆਏ ਹੁੰਦੇ ਹਨ ਹਾਂ ਵੀ ਆ ਦੁਖੀ ਕਰਦੇ ਨੇ ਇਹਨਾਂ ਨੂੰ ਜਾਂ ਵੀ ਹਾਂ ਕੰਪਨੀ ਵੱਲੋਂ ਨੰਬਰ ਬਣਾਉਣੇ ਆ ਮੈਂ ਤਾਂ ਅੱਛਾ ਹਾਂ ਵੀ ਦਿਖਾਉਣਾ ਮੈਂ ਤਾਂ ਯਾਰ ਵਧੀਆ ਇੱਥੇ ਕਿ ਮੈਂ ਥੋੜਾ ਸਾਰਿਆਂ ਨੂੰ ਚੰਡ ਕੇ ਰੱਖਦੇ ਆ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਹੂੰ ਹਣਾ ਹੁਣ ਤਾਂ ਇਹ ਵੀ ਚੱਲ ਸਾਡਾ ਕੰਮ ਨਿਕਲਦਾ ਹੈ ਇਹ ਜਿਵੇਂ ਬੰਦਾ ਇੱਕ ਵਾਰ ਫੀਲਡ ਦੇ ਵਿੱਚ ਆ ਗਿਆ ਤੁਹਾਡੀ ਵਾਲੀ ਦੇ ਵਿੱਚ ਸ਼ਿਪ ਤੇ ਪਹੁੰਚ ਗਿਆ ਮੈਂ ਜਿਵੇਂ ਇਹ ਸੁਣਿਆ ਕਿਉਂਕਿ ਪਾਣੀ ਜਿਹੜਾ ਸਮੁੰਦਰ ਦਾ ਹੁੰਦਾ ਬਹੁਤ ਖਾਰਾ ਹੁੰਦਾ ਸਾਲਟੀ ਪਾਣੀ ਹੁੰਦਾ ਆ ਸਕਿਨ ਖਰਾਬ ਕਰ ਦਿੰਦਾ ਜਿਹੜਾ ਬੰਦਾ ਨਵਾਂ ਆ ਉਸ ਚੀਜ਼ ਦੇ ਵਿੱਚ ਸਕਿਨ ਬਰਨ ਹੋ ਜਾਂਦੀ ਹੈ ਇਹ ਇਦਾਂ ਹੁੰਦਾ ਉਸ ਤੇ ਸਕਿੰਨ ਨਬਰ ਨਾ ਹੁੰਦਾ ਹੈ ਕਿ ਅਸੀਂ ਜਦੋਂ ਸਮੁੰਦਰ ਜਾਂਦੇ ਹਾਂ ਨਾ ਖੁੱਲਾ ਸਮੁੰਦਰ ਹੁੰਦਾ ਤੇ ਸੂਰਜ ਕਈ ਵਾ ਬਹੁਤ ਲਵੇ ਹੁੰਦਾ ਹੈ ਉਦੋਂ ਤੇ ਜਿਹੜੇ ਬਾਹਰ ਕੰਮ ਕਰਦੇ ਡੈਕ ਡੈਕ ਹੁੰਦਾ ਜਿਹੜਾ ਓਪਨ ਸਪੇਸ ਹੈ ਨਾ ਛਿਪਦੀ ਉਹਨੂੰ ਅਸੀਂ ਡੈਕ ਕਹਿੰਦੇ ਆ ਅੱਛਾ ਤੇ ਉੱਥੇ ਕੰਮ ਕਰਦੇ ਰਹਿੰਦੇ ਨੇ ਸਵੇਰੇ 8 ਵਜੇ 8 ਵਜੇ ਸ਼ੁਰੂ ਹੋ ਜਾਂਦੇ ਨੇ 5 ਵਜੇ ਤੱਕ ਲੱਗੇ ਰਹਿੰਦੇ ਨੇ ਕੀ ਕੰਮ ਕੀ ਹੁੰਦਾ ਉਹਨਾਂ ਦਾ ਉਹ ਚਿਪਿੰਗ ਹੁੰਦੀ ਜਿਵੇਂ ਲੋਹਾ ਲੋਹੇ ਨਾਲ ਬਣਿਆ ਹੋਇਆ ਸਾਰੀ ਛਿਪ ਤੇ ਜਰ ਲੱਗ ਜਾਂਦੀ ਹੈ ਤੇ ਉਹਨੂੰ ਚਿਪਿੰਗ ਕਰਦੇ ਨੇ ਪਹਿਲਾਂ ਉਹ ਜਿਹੜੀ ਰਸਟਿੰਗ ਹੁੰਦੀ ਹੈ ਸਾਰੀ ਜਰ ਲੱਗੇ ਜਰ ਦ ਫੇਰ ਉਹ ਲੱਗੇ ਰਹਿੰਦੇ ਕਿਉਂਕਿ ਬਹੁਤ ਮੋਟੀ ਮੋਟੀ ਜਾਰ ਲੱਗੀ ਹੁੰਦੀ ਹੈ ਕਈ ਵਾਰ ਪੁਰਾਣੀ ਛਿਪ ਇੰਨੀ ਹੁੰਦੀ ਹੈ ਵੀ ਪੁਰਾਣੀ ਬੰਦੇ ਨੇ ਕੰਮ ਹੀ ਨਹੀਂ ਕਰਿਆ ਹੁੰਦਾ ਅੱਛਾ ਫੇਰ ਫਿਰ ਨਵੇਂ ਬੰਦੇ ਆਉਂਦੇ ਨੇ ਹਾਂ ਯਾਰ ਉਹਨਾਂ ਨੂੰ ਕਰਨਾ ਪੈਂਦਾ ਕਰਨਾ ਪੈਂਦਾ ਆ ਉਹ ਆਪਣਾ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ ਫੇਰ ਨਵੇਂ ਆਉਂਦੇ ਨੇ ਤੇ ਫਿਰ ਉਹ ਲੱਗੇ ਰਹਿੰਦੇ ਸਾਹ ਜਿਆੜੀ ਠੀਕ ਹੈ ਪਹਿਲਾਂ ਉਹਨੂੰ ਛੀਪਿੰਗ ਕਰਨੀ ਹੈ ਉਹ ਰਸਟਿੰਗ ਧਾਰਨੀ ਤੇ ਫੇਰ ਉਹਤੇ ਪ੍ਰਾਈਮਰ ਮਾਰਨਾ ਫੇਰ ਪੇਂਟ ਕਰਨਾ ਤੇ ਉਹ ਸਾਰਾ ਦਿਨ ਲੱਗੇ ਰਹਿੰਦੇ ਨੇ ਧੁੱਪ ਪੂਰੀ ਐਨ ਸਰੀਰ ਤੇ ਪੈਂਦੀ ਆ ਹੂੰ ਟਾਲੇ ਹੋ ਜਾਂਦੇ ਨੇ ਠੀਕ ਆ ਉਹਦਾ ਵੀ ਤੇ ਰੈਸ਼ਸ ਉਹ ਹੁੰਦੇ ਨੇ ਹਾਂ ਤੇ ਕਈ ਵਾਰ ਹੋਰ ਵੀ ਕਈ ਵਾਰ ਪ੍ਰੋਬਲਮ ਹੋ ਜਾਂਦੀਆਂ ਨੇ ਸਕਿੰਦੀਆਂ ਹੂੰ ਇਹ ਫਰਕ ਪੈਂਦਾ ਤੁਹਾਡੇ ਨਾਲ ਹੋਇਆ ਸੀ ਜਾਂ ਤੁਸੀਂ ਗਏ ਗਏ ਸੀਗੇ ਨਹੀਂ ਨਹੀਂ ਮੇਰੇ ਨਾਲ ਕੁਝ ਨਹੀਂ ਹੋਇਆ ਕਿਉਂਕਿ ਮੈਂ ਬਹੁਤ ਘੱਟ ਬਾਹਰ ਲਈ ਬਸ ਜਾਣਾ ਮੇਰਾ ਜ਼ਿਆਦਾ ਹੁੰਦਾ ਕੰਮ ਇੰਜਨ ਰੂਮ ਚ ਇੰਜਨ ਚ ਜਿੱਥੇ ਸਾਰਾ ਮਸ਼ੀਨਰੀ ਹੁੰਦੀਆਂ ਨੇ ਉਹ ਹੁੰਦਾ ਮਤਲਬ ਆਪਣੇ ਜਿਹੜੇ ਛਿੱਪ ਦਾ ਡੈਕ ਹਨ ਐ ਸਮਝ ਲਈ ਅੰਡਰਗਰਾਊਂਡ ਹੁੰਦਾ ਇੱਕ ਚੀਜ਼ ਹੈ ਜਿਵੇਂ ਆਮਨੇਕਾਰ ਹੁੰਦਾ ਨਾ ਕਰ ਡਾ ਇੰਡਰਗਰਾਉਂਡ ਜਿਵੇਂ ਆਪਣਾ ਕਮਰਾ ਹੁੰਦਾ ਬਾਏ ਸੁਣ ਲਓ ਉੱਥੇ ਇੰਜਨ ਰੂਮ ਆ ਸਾਰਾ ਠੀਕ ਹੈ ਸਾਰੀਆਂ ਮੋਟਰਾਂ ਸ਼ਿਪ ਦਾ ਇੰਜਨ ਜਨਰੇਟਰ ਹੋਗੇ ਸ਼ਿਪ ਦਾ ਦਿਮਾਗ ਕਹਿ ਲਈ ਦਿਮਾਗ ਸਮਝ ਲਓ ਹਾਂ ਬਸ ਉਹ ਸਾਰੇ ਉੱਥੇ ਹੁੰਦੇ ਨੇ ਤੇ ਉੱਥੇ ਦਾ ਦਿਨ ਰਾਤ ਦਾ ਪਤਾ ਹੀ ਚੱਲਦਾ ਹੈਗਾ ਅੱਛਾ ਸਿਰਫ ਨਾਰਮਲ ਜਿਹੀ ਲਾਈਟ ਚੱਲਦੀ ਆ ਉਹੀ ਚੱਲਦੀ ਆ ਹੋਰ ਕੁਝ ਨਹੀਂ ਦਿਨ ਰਾਤ ਦਾ ਪਤਾ ਹੀ ਚੱਲਦਾ ਹਾਂ ਵੀ ਕਿੰਨੇ ਵਜੇ ਕਿੰਨੇ ਨਹੀਂ ਹਾਂ ਇਸ ਨੂੰ ਇੱਕ ਕੁੱਲ ਕਿੰਨੇ ਬੰਦੇ ਇੱਕ ਸ਼ਿਪ ਦੇ ਵਿੱਚ ਕੰਮ ਕਰਦੇ ਨੇ ਬਾਈ 20 ਤੋਂ 25 ਬੰਦੇ ਹੁੰਦੇ ਨੇ ਨਾਰਮਲੀ ਹਾਂ ਜੀ ਜਿਹੜਾ ਪ੍ਰਾਣੀ ਸ਼ਿਪਾ ਤਾਂ ਥੋੜੇ ਜਿਆਦਾ ਬੰਦੇ ਲੈ ਲੈਂਦੇ ਨੇ ਕੋਈ ਕੰਮ ਜਿਆਦਾ ਹੁੰਦਾ ਪ੍ਰਾਣੀ ਸ਼ਿਪਾ ਜੀ ਅੱਛਾ ਨਵੇਂ ਬੰਦੇ ਦੇ 20 ਤੋਂ 21 ਬੰਦੇ ਹੁੰਦੇ ਵੱਡੀ ਛੋਟੀ ਸ਼ਿਪ ਦਾ ਵੀ ਕੋਈ ਸਿਸਟਮ ਹਾਂ ਜੀ ਉਹ ਵੀ ਸਿਸਟਮ ਹੁੰਦਾ ਹੈ ਹੋ ਕਿਵੇਂ ਜਿਵੇਂ ਕੰਟੇਨਰ ਸ਼ਿਪ ਹੁੰਦੀ ਹੈ ਉਹ ਬਹੁਤ ਵੱਡੀ ਹੁੰਦੀ ਹੈ 500 ਆਉਂਦਾ ਜਾਂਦਾ ਹਾਂ 500 ਮੀਟਰ ਹੁੰਦਾ ਤੇ ਕਰੂਡ ਆਇਲ ਹੋ ਗਿਆ ਜਿਹੜਾ ਆਇਲ ਕੈਰੀ ਕਰਦੇ ਨੇ ਬਹੁਤ VLCC ਬਹੁਤ ਲੰਬੀ ਹੁੰਦੀਆਂ ਨੇ ਉਹ ਵੀ 500 ਮੀਟਰ ਐਵੇਂ ਹੁੰਦੀ ਹੈ ਹਮ ਤੇ ਛੋਟੀਆਂ ਹੁੰਦੀਆਂ ਨੇ ਕਈ ਜਿਵੇਂ ਬਲਕ ਹੁੰਦੇ ਨੇ ਨਾ ਡਰਾਈ ਕਾਰਗੋ ਲੈ ਕੇ ਨੇ ਮੀ ਸਟੀਲ ਹੋ ਗਿਆ ਆਪਣਾ ਸਿਮਿੰਟ ਹੋ ਗਿਆ ਅੱਛਾ ਤੇ ਇਹੋ ਜਿਹਾ ਕੁਝ ਕਣਕ ਹੋਗੀ ਉਹ ਛੋਟੀਆਂ ਹੁੰਦੀਆਂ ਨੇ ਜਿਵੇਂ 200 ਮੀਟਰ ਹੋ ਗਿਆ 180 ਮੀਟਰ ਉਹ ਇਸ ਤਰ੍ਹਾਂ ਹੁੰਦਾ ਹੂੰ ਜਿਹੜੇ ਵੱਡੇ ਕੰਟੇਨਰਸ ਨੇ ਮੈਂ ਸੁਣਿਆ ਬਈ ਉਹਦੇ ਵਿੱਚ ਗੱਡੀਆਂ ਗੁੱਡੀਆਂ ਵੀ ਸਾਰੀਆਂ ਇੰਪੋਰਟ ਸਪੋਟ ਦਾ ਕੰਮ ਤੁਹਾਡੇ ਥਰੂ ਹੀ ਹੁੰਦਾ ਹਾਂਜੀ ਹਾਂਜੀ ਉਹ ਮਤਲਬ ਸਾਨੂੰ ਪਤਾ ਹੁੰਦਾ ਵੀ ਇਹ ਚ ਆਹ ਚੀਜ਼ ਆ ਗੱਡੀ ਆ ਹਨਾ ਜਾਂ ਕਿਸੇ ਦਾ ਥੋੜਾ ਆਈਫੋਨ ਹੋ ਗਏ ਫੋਨ ਵਗੈਰਾ ਹੋ ਗਏ ਹੋਰ ਤੁਸੀਂ ਪਰਸਨਲ ਕੋਈ ਸਮਾਨ ਮੰਗਾਇਆ ਜਾਂ ਐਮਾਜ਼ੋਨ ਤੋਂ ਮੰਗਾਇਆ ਹੋਇਆ ਯਾ ਤੁਸੀਂ ਹਾਂ ਵੀ ਆਪਣੇ ਰਿਲੇਟਿਵ ਨੂੰ ਭੇਜਿਆ ਸਮਾਨ ਤੇ ਉਹ ਚੀਜ਼ ਹੁੰਦੀ ਹੈ ਉਹ ਸਾਰਾ ਤੁਹਾਡੇ ਥਰੂ ਜਾਂਦਾ ਹਾਂਜੀ ਹਾਂਜੀ ਅਸੀਂ ਸਾਰਾ ਕੁਝ ਇੰਪੋਰਟ ਐਕਸਪੋਰਟ ਕਰਦੇ ਹਾਂ ਅੱਛਾ ਇਹਦੇ ਵਿੱਚ ਜਿਵੇਂ ਇੱਕ ਸ਼ਿਪ ਹੈ ਬਾਈ ਇਹਦੇ ਵਿੱਚ ਡਿਵਾਈਡ ਕਿਸ ਤਰੀਕੇ ਨਾਲ ਕੀਤਾ ਜਾਂਦਾ ਜਿਵੇਂ ਤੁਸੀਂ ਡੈਕ ਦਾ ਨਾਮ ਲਿਆ ਇੱਕ ਇਹ ਤੁਸੀਂ ਇੰਜਨ ਰੂਮ ਕਿਹਾ ਹੋਰ ਕਿਹੜਾ ਕਿਹੜਾ ਪਾਰਟ ਹੁੰਦਾ ਜਿਹਦੇ ਵਿੱਚ EMPLOYEES ਕੰਮ ਕਰਦੇ ਇਹ ਇੱਕ ਦਾ ਡੈਕ ਸਾਈਡ ਹੋ ਗਿਆ ਹਾਂ ਡੈਕ ਸਾਈਡ ਜਿੱਨੇ ਬਸ ਉੱਪਰ ਉੱਪਰ ਹੀ ਕੰਮ ਕਰਨਾ ਸ਼ੁਰੂ ਜਿਵੇਂ ਤੁਸੀਂ ਦੱਸਿਆ ਜ਼ਿਆਦਾਤਰ ਹਾਂਜੀ ਹਾਂ ਇੰਜੀਨੀਅਰ ਹੋਗੇ ਇੰਜਨ ਇੰਜੀਨੀਅਰ ਸਾਰੇ ਜਿਨੇ ਇੰਜਨ ਹੋਗੇ ਹਨਾ ਹਮ ਮਸ਼ੀਨਰੀਆਂ ਹੋਗੇ ਉਹਨਾਂ ਨੂੰ ਦੇਖਣਾ ਆ ਤੇ ਫਿਰ ਹੋਗੇ ਆਫੀਸਰ ਲਾਈਨ ਜਿਨ੍ਹਾਂ ਨੇ ਸ਼ਿਪ ਚਲਾਉਣੀ ਆ ਹਮ ਤੇ ਉਹਨਾਂ ਦੀ ਰੋਟੀਨ ਚੱਲਦੀ ਰਹਿੰਦੀ ਆ ਯਾਨੀ ਕੈਪਟਨ ਜਿਵੇਂ ਆਪਾਂ ਸੁਣਦੇ ਹਾਂ ਵੀ ਉਹ ਕੈਪਟਨ ਹਾਂ ਥਰਡ ਆਫੀਸਰ ਹੋ ਗਿਆ ਸੈਕਿੰਡ ਆਫੀਸਰ ਹੋ ਗਿਆ ਚੀਫ ਆਫੀਸਰ ਹੋ ਗਿਆ ਤੇ ਕੈਪਟਨ ਹੋ ਗਿਆ ਹਮ ਕੈਪਟਨ ਦੀ ਪੋਸਟ ਸਭ ਤੋਂ ਉੱਤੇ ਹੁੰਦੀ ਆ ਬਾਈ ਸਭ ਤੋਂ ਉੱਪਰ ਹੁੰਦੀ ਆ ਹਮ ਅੱਛਾ ਇਹਦੇ ਵਿੱਚ ਜਿਵੇਂ ਬਾਈ ਮੈਂ ਨਾ ਪਿੱਛੇ ਜੇ ਫਿਲਮ ਦੇਖੀ ਸੀਗੀ ਕਿ ਆ ਮਾਫੀਆ ਪੈ ਜਾਂਦਾ ਕਿਉਂਕਿ ਆਪਾਂ ਅਕਸਰ ਦੇਖਦੇ ਆ ਅ ਕੋਈ ਵੀ ਚੀਜ਼ ਆਪਾਂ ਇੱਥੋਂ ਆਪਾਂ ਰਸਤੇ 'ਚ ਵੀ ਦੇਣੇ ਨਾ ਜਿਵੇਂ ਆਪਾਂ ਕਹਿੰਦੇ ਵੀ ਉਹ ਫਲਾਣੇ ਪਿੰਡ ਤੱਕ ਹੀ ਗਿਆ ਸੀਗਾ ਉਹ ਰਸਤੇ 'ਚ ਉਹਨੂੰ ਬੰਦੇ ਪੈ ਗਏ ਉਹਨਾਂ ਨੇ ਲੁੱਟ ਖੋਹ ਕਰ ਲਈ ਹੁਣ ਆਪਾਂ ਤੁਸੀਂ ਘਰ ਤੋਂ ਬੜੀ ਦੂਰ ਹੋ ਤੇ ਹੈਗੇ ਵੀ ਬਿਨਾਂ ਧਰਤੀ ਤੋਂ ਇੱਕ ਐਸੀ ਜਗ੍ਹਾ ਤੇ ਜਿੱਥੇ ਤੁਸੀਂ ਭੱਜ ਕੇ ਨਾ ਇੱਧਰ ਛਾਲ ਮਾਰ ਸਕਦੇ ਤੇ ਨਾ ਇੱਧਰ ਛਾਲ ਮਾਰ ਸਕਦੇ ਮਾਫੀਆ ਤਾਂ ਤੁਹਾਨੂੰ ਉੱਥੇ ਵੀ ਪੈਂਦਾ ਫਿਰ ਉਹ ਚੀਜ਼ਾਂ 'ਚ ਆਪਣੇ ਆਪ ਨੂੰ ਕਿਵੇਂ ਬਚਾਈਦਾ ਉਹ ਜਿਵੇਂ ਸਾਨੂੰ ਪਤਾ ਹੁੰਦਾ ਵੀ ਆਹ ਰੂਟ ਤੇ ਜਾਣਾ ਇੱਥੇ ਮਾਫੀਆ ਪੈਂਦਾ ਹੈ ਇੱਥੇ ਪਾਇਰੇਟਸ ਹੈਗੇ ਨੇ ਤੇ ਅਸੀਂ ਕੀ ਕਰਦੇ ਜਿਵੇਂ ਸ਼੍ਰੀਲੰਕਾ ਤੋਂ ਲੰਘ ਕੇ ਅਸੀਂ ਸويس ਕਨਾਲ ਜਾਣਾ ਹਾਂ ਠੀਕ ਹੈ ਤੇ ਅਸੀਂ ਕਰਦੇ ਹਾਂ ਸ਼੍ਰੀਲੰਕਾ ਤੋਂ ਸਿਕਿਉਰਿਟੀ ਕਾਰਡ ਚੱਕ ਲੈਣੇ ਆ ਚਾਰ ਠੀਕ ਹੈ ਉਹ ਫਿਰ ਸਾਨੂੰ ਪਤਾ ਇੱਥੇ ਇਲਾਕਾ ਸ਼ੁਰੂ ਹੋ ਗਿਆ ਹੁਣ ਠੀਕ ਹੈ ਹਾਈ ਰਿਸਕ ਏਰੀਆ ਸ਼ੁਰੂ ਹੋ ਗਿਆ ਤੇ ਉੱਥੇ ਫਿਰ ਉਹ ਵਾਚ ਕਰਦੇ ਨੇ ਮਤਲਬ ਕੰਟੀਨਿਊਸਲੀ 6-6 ਘੰਟੇ ਦੀ ਅੱਛਾ ਹਨਾ ਵੀ ਇੰਨੀ ਕਰੰਦੀ ਰੱਖਦੇ ਆ ਚਾਰੋਂ ਪਾਸੇ ਵੀ ਕੋਈ ਛੋਟੀ ਛੋਟੀ ਕਿਸਤੀ ਵੀ ਨਹੀਂ ਤਾਣੀ ਆ ਰਹੀ ਹੈਗੀ ਹਨਾ ਜੇ ਹੁੰਦੀ ਹੈ ਆਈਡੈਂਟੀਫਾਈ ਹੁੰਦੀ ਹੈ ਵੀ ਹਾਂ ਵੀ ਉਹ ਆ ਰਹੀ ਆ ਆ ਰਹੀ ਹੈ ਤੇ ਪਹਿਲਾਂ ਦੇਖਣਗੇ ਵੀ ਉਹ ਫਿਸ਼ਿੰਗ ਬੋਟ ਯਾਰ ਸਤਿਓਂ ਕਿਤੇ ਪਾਇਰੇਟਸ ਨੇ ਠੀਕ ਹੈ ਇਹ ਜੇ ਤਾਂ ਦੂਰ ਆ ਰਿਹਾ ਕੋਈ ਚੱਕਰ ਨਹੀਂ ਉਹਨੂੰ ਨਿਗਰਾਨੀ ਰੱਖਦੇ ਨੇ ਜੇ ਸਮਝੋ ਲਵੇ ਆ ਰਹੀ ਹੈ ਹਮ ਦੇ ਹਾਂ ਵੀ ਫਿਰੋਕੀ ਕਰਦੇ ਨੇ ਓਪਨ ਫਾਇਰ ਕਰਦੇ ਨੇ ਹਵਾਈ ਫਾਇਰ ਅੱਛਾ ਵੈਪਨਸ ਵੀ ਹੁੰਦੇ ਨੇ ਤੁਹਾਡੇ ਕੋਲ ਹਾਂ ਹਾਂ ਉਹ ਵੈਪਨ ਉਹ ਸਕਿਉਰਟੀ ਗਾਰਡ ਸੀ ਉਹ ਇਸੇ ਕੰਮ ਵਾਸਤੇ ਆਉਂਦੇ ਨੇ ਆਪਣੇ ਆਪਣਾ ਅਸਲਾ ਵਗੈਰਾ ਹਰ ਇੱਕ ਸ਼ਿਪ 'ਚ ਹੁੰਦੇ ਨੇ ਉਹ ਨਹੀਂ ਹਰ ਇੱਕ ਨਹੀਂ ਜਦੋਂ ਅਸੀਂ ਉਹ ਇਲਾਕੇ 'ਚ ਲੰਘਣਾ ਉਹਦੇ ਲਈ ਲੈ ਕੇ ਜਾਂਦੇ ਹਾਂ ਜਦੋਂ ਇਲਾਕਾ ਲੰਘਿਆ ਨੂੰ ਧਾਰ ਦਿੰਦੇ ਨੇ ਵੇ ਉਹ ਵੀ ਐਸਨ ਸੇਫ ਆ ਉਹਨਾਂ ਠੀਕ ਹੈ ਇਹ ਚੀਜ਼ ਹੁੰਦੀ ਆ ਠੀਕ ਹੈ ਅੱਛਾ ਫਾਇਰ ਕਰਦੇ ਨੇ ਆਪਣੇ ਕੋਲੇ ਇਹ ਅਸਲਾ ਵਗੈਰਾ ਸਾਰਾ ਕੁਝ ਲੈ ਕੇ ਹੁੰਦੇ ਨੇ ਉਹ ਤੇ ਉਹ ਫਿਰ ਓਪਨ ਫਾਇਰ ਕਰਦੇ ਨੇ ਠੀਕ ਆ ਹਾਂ ਵੀ ਦੂਰੋਂ ਇਹਦਾ ਜਾ ਹੀ ਨਹੀਂਦੇ ਵਾਪਸ ਹਾਂ ਤੇ ਜੋ ਬਾਹਲੇ ਲਵੇ ਆਗੇ ਫਿਰ ਦੇਖਦੇ ਨੇ ਹਾਂ ਇਹ ਤਾਂ ਪਾਇਰੇਟਸ ਨੇ ਉਹ ਵੀ ਅਸਲਾ ਹੀ ਲੈ ਕੇ ਆ ਰਹੇ ਨੇ ਫਿਰ ਹਾਂ ਫਿਰ ਜੰਗ ਸ਼ੁਰੂ ਹੁੰਦੀ ਆ ਫਿਰ ਉਹਨਾਂ ਕੋਲ ਵੀ 47 ਨੂੰਲੀਆ ਲੈ ਕੇ ਹੁੰਦੇ ਨੇ ਉਹ ਵੀ ਇਹ ਕੇ 47 ਪੂਰੇ ਉਹਨਾਂ ਲੈਸ ਹੁੰਦੇ ਉਹ ਵੀ ਜਿਹੜੇ ਪਾਇਰੇਟਸ ਹੁੰਦੇ ਨੇ ਹਾਂ ਤੇ ਇੱਧਰ ਸਾਡੇ ਕੋਲੇ ਹੁੰਦੇ ਨੇ ਹਾਂ ਤੇ ਫਿਰ ਫਾਇਰ ਕਰਦੇ ਨੇ ਵਿਜੇ ਤਾਂ ਚਲੇਗੇ ਚਲੇਗੇ ਨਹੀਂ ਕਈ ਵਾਰ ਤਾਂ ਪਹੁੰਚ ਹੀ ਜਾਂਦੇ ਨੇ ਸ਼ਿਪ ਤੇ ਅੱਛਾ ਫਿਰ ਉਹ ਆਪਣੇ ਕੋਲੇ ਨਾ ਉਹ ਲੈ ਕੇ ਆਉਂਦੇ ਨੇ ਆਪਣੇ ਪੋੜੀ ਲੈ ਕੇ ਆਉਂਦੇ ਨੇ ਲੈਟਰ ਤੇ ਉਹ ਕੀ ਕਰਦੇ ਆ ਫਿਰ ਉੱਪਰ ਲਗਾਉਂਦੇ ਕਿਉਂਕਿ ਬਹੁਤ ਉੱਚਾ ਹੁੰਦਾ ਬਹੁਤ ਉੱਚੀ ਹੁੰਦੀ ਹੈ ਸਮੁੰਦਰ ਤੋਂ ਲੈ ਕੇ ਉੱਪਰ ਜਿਹੜਾ ਅੰਦਾਜ਼ਾ ਕਿੰਨੇ ਕਿ ਫੁੱਟ ਹੁੰਦੀ ਹੈ ਡੱਕ ਦੀ ਉਹ ਹਾਈਟ ਲਾਲੋ ਜੀ 50 ਫੁੱਟ ਤਾਂ ਹੋਗੀ ਕਟੋ-ਕਟ ਹਾਂ ਇਹਨਾਂ ਅੰਦਾਜ਼ੇ ਹੀ ਲਾਰਿਆ ਮੈਂ ਕੋਈ ਹੋਣੀ ਤੇ ਕਿਉਂ ਡਿਪੈਂਡ ਕਰਦਾ ਕਿਉਂਕਿ ਜੇ ਤਾਂ ਜਿਆਦਾ ਕਾਰਗੋ ਹੁੰਦਾ ਕਈ ਵਾਰ ਥੱਲੇ ਸਮੁੰਦਰ ਦੇ ਅੰਦਰ ਜਿਆਦਾ ਹੋ ਜਾਂਦਾ ਹਾਂਡੇ ਪਹਾਂ ਹਾਂ ਜੇ ਖਾਲੀ ਆ ਤਾਂ ਜਿਆਦਾ ਹੋਊਗਾ ओके ਤੇ ਜਿਆਦਾ ਤੇ ਫਿਰ ਉਹ ਉੱਤੇ ਚੜ ਜਾਂਦੇ ਨੇ ਤੇ ਫਿਰ ਐ ਹੁੰਦਾ ਤੇ ਉਸ ਟਾਈਮ ਜਦੋਂ ਅਸੀਂ ਜੀ ওই ਇਲਾਕੇ ਚ ਲੰਘਣਾ ਤੇ ਸਾਡੀ ਟ੍ਰੇਨਿੰਗ ਵੀ ਹੁੰਦੀ ਆ ਵੀ ਸਾਮ ਦੋ ਪਾਇਰਸ ਉੱਤੇ ਆ ਗਏ ਤੇ ਉਹ ਤੁਸੀਂ ਕੀ ਐਕਸ਼ਨ ਲੈਣਾ ਸਾਰੇ ਕਰੂ ਨੇ ਕੀ ਐਕਸ਼ਨ ਲੈਣਾ ਅੱਛਾ ਇਸ ਚੀਜ਼ ਦੀ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਂ ਟ੍ਰੇਨਿੰਗ ਲੈਂਦੀ ਜਾਂਦੇ ਹਾਂ ਉਹ ਸਾਨੂੰ ਦੱਸਦੇ ਵੀ ਨੇ ਹੂੰ ਤੇ ਉਹਦੇ ਕੋਡ ਵਰਡ ਹੁੰਦੇ ਨੇ ਹਨਾ ਤੇ ਅਲਾਰਮ ਹੁੰਦੇ ਨੇ ਵੀ ਉਹਨਾਂ ਨੂੰ ਵੀ ਨਾ ਪਤਾ ਲੱਗੇ ਹਾਂ ਵੀ ਅਲਾਰਮ ਬਜਾਦਾ ਵੀ ਸਾਰੇ ਹੁਣ ਲੁਕ ਜਾਣਗੇ ਸਾਇਲੈਂਟ ਉਹ ਹੁੰਦਾ ਹੈ अच्छा साइलेंट अलार्म ਹੁੰਦਾ ਹਾਂ ਤੇ ਕਈ ਵਾਰ ਉਹ ਪੀਏ ਸਿਸਟਮ ਹੁੰਦਾ ਹੈ ਵਾਕੀ ਟਾਕੀ ਪੀਏ ਸਿਸਟਮ ਉਹ ਹੁੰਦਾ ਹੈ ਮਤਲਬ ਸਾਰੇ ਨਾ ਰੂਮ ਚ ਇੱਕ ਸਪੀਕਰ ਲੱਗਿਆ ਹੁੰਦਾ ਅੱਛਾ ਜੋ ਅਸੀਂ ਅਨਾਉਂਸਮੈਂਟ ਵਗੈਰਾ ਕਰਦੇ ਹਾਂ ਤੇ ਫਿਰ ਉੱਥੇ ਅਨਾਉਂਸ ਕਰ ਦਿੰਦੇ ਹਾਂ ਵੀ ਪਾਇਰੇਟਸ ਤੇ ਅਟੈਕ ਪਾਇਰੇਟਸ ਯਹਾਂ ਕੋਈ ਕੋਡਵਰਡ ਰੱਖਿਆ ਹੁੰਦਾ ਹੈ ਅੱਛਾ ਠੀਕ ਹੈ ਹਰ ਇੱਕ ਛਿਪਤਾ ਲਗ-ਲਗ ਕੋਡਵਰਡ ਕਿਵੇਂ ਕਿਵੇਂ ਕੋਈ ਕੋਡਵਰਡ ਦੱਸੋ ਜਿਵੇਂ ਮੰਨ ਲਓ ਕੋਈ ਗੱਲਬਾਤ ਹੋਵੇ ਕਿਸ ਤਰੀਕੇ ਦੀ ਤਾਂ ਕਿਦਾਂ ਦਾ ਕੋਡਵਰਡ ਯੂਜ਼ ਕਰਦੇ ਹੋ ਕੋਈ ਵੀ ਉਹ ਯੂਜ਼ ਕਰ ਲਿਆ ਮਤਲਬ ਅਲੱਗ-ਅਲੱਗ ਛਿਪਤਾ ਅਲੱਗ-ਅ ओके ਵੀ ਪਤਾ ਲੱਗ ਗਿਆ ਵੀ ਹੁਣ ਪਾਇਰੇਟ ਦਾ ਅਟੈਕ ਹੈ ਹਾਂ 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 ਅੱਛਾ ਤੇ ਸਿਟਾਡਲ ਗੋ ਟੂ ਸਿਟਾਡਲ ਸਿਟਾਡਲ ਨਾ ਇੱਕ ਕਮਰਾ ਹੁੰਦਾ ਸਾਡਾ ਓਕੇ ਤੇ ਉਹ ਸਪੈਸ਼ਲ ਉਸ ਮਤਲਬ ਸਮਝ ਲਓ ਪਾਇਰੇਟਸ ਆ ਗਏ ਨਾ ਉਹ ਉਹੀ ਕੰਮ ਵਾਸਤੇ ਬਣਾਇਆ ਹੋਇਆ ਅੱਛਾ ਉੱਥੇ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ ਸੇਫ ਰੱਖ ਦੋ ਹਾਂ ਵੀ ਸਮਝ ਲਓ ਜੀ ਪਾਇਰੇਟ ਉੱਤੇ ਆ ਗਏ ਠੀਕ ਹੈ ਹਣਾ ਹੁਣ ਕਿੱਥੇ ਜਾਣਾ ਹੁਣ ਆ ਤਾਂ ਹੈ ਨਹੀਂ ਤੁਸੀਂ ਕਮਰੇ ਹੀ ਲੁਕ ਜਾਓਗੇ ਤੇ ਉਹ ਇੱਕ ਕਮਰਾ ਆਇਆ अच्छा ठीक है। ਉੱਥੇ ਅਸੀਂ ਪਹਿਲਾਂ ਹੀ ਸਾਰਾ ਖਾਣ ਪੀਣ ਦਾ ਸਮਾਨ ਰੱਖਿਆ ਹੁੰਦਾ। ਹਨਾ ਆਪਣਾ ਸੈਟਲਾਈਟ ਫੋਨ ਉਹ ਪਹਿਲੀ ਰੱਖਿਆ ਹੁੰਦਾ। ਤੇ ਸਮਝ ਲਓ ਅਟੈਕ ਹੋ ਗਿਆ ਉਹ ਆ ਗਏ ਬੰਦੇ ਤੇ ਅਨਾਉਂਸਮੈਂਟ ਵੀ ਸਾਰਿਆਂ ਨੇ ਸੁਣ ਲਈ। ਠੀਕ ਹੈ। ਤੇ ਹੁਣ ਪਹਿਲਾਂ ਹੈ ਨਾ ਉੱਥੇ ਅੰਦਰ ਜਾਣ ਤੋਂ ਪਹਿਲਾਂ ਸਾਰਿਆਂ ਦੀ ਉਹ ਹੋ ਗਈ। ਠੀਕ ਹੈ। ਮਤਲਬ ਕਾਊਂਟਿੰਗ ਹੋ ਗਈ ਹਾਂ ਵੀ ਸਾਰੇ ਬੰਦੇ ਆ ਗਏ ਕਿ ਨਹੀਂ। ਠੀਕ ਹੈ। ਠੀਕ ਹੈ। ਕੈਪਟਨ ਸਭ ਤੋਂ ਐਂਟ ਤੇ ਆਊਗਾ। ਕੈਪਟਨ ਦੇ ਚੀਫ ਆਫੀਸਰ ਉਹ ਦੇਖਾਂਗੇ ਹਾਂ ਵੀ ਸਾਰੇ ਬੰਦੇ ਆ ਗਏ ਕਿ ਨਹੀਂ। ਅੱਛਾ। ਹਾਂ। ਤੇ ਉਹ ਬਾਹਰ ਰਹਿਣਗੇ। ਠੀਕ ਹੈ ਜਦੋਂ ਸਾਰੇ ਅੰਦਰ ਚਲੇ ਗਏ ਠੀਕ ਹੈ ਤੇ ਫਿਰ ਡੋਰ ਲੌਕ ਹੋ ਜਗਾ ਤੇ ਸਾਰੇ ਅੰਦਰ ਰਹਿਣਾ ਫਿਰ ਕਿਉਂਕਿ ਜੇ ਇੱਕ ਵੀ ਬੰਦਾ ਫੜਿਆ ਗਿਆ ਸੰਭਲੋ ਸ਼ਿਪ ਉਹਨਾਂ ਦੇ ਕਬਜ਼ੇ ਚ ਆ ਗਈ ਹਾਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਹਾਂ ਹਾਂ ਇਹ ਸਾਰੀ ਚੀਜ਼ ਮੈਂ ਇੱਕ ਫਿਲਮ ਦੇ ਵਿੱਚ ਵੀ ਵੇਖਿਆ ਉਹ ਇਸੇ ਤਰੀਕੇ ਨਾਲ ਇੱਕ ਰੂਮ ਵੱਲ ਭੱਜਦੇ ਨੇ ਹਾਂ ਹਾਂ ਕਿ ਅਸੀਂ ਭੱਜ ਕੇ ਉਸ ਰੂਮ ਤੇ ਇਕੱਠੇ ਹੋ ਜਾਈਏ ਤਾਂ ਫਿਰ ਅਸੀਂ ਸਾਰੇ ਬਚ ਜਾਗੇ ਸ਼ਿਪ ਬਚ ਜਾਊਗੀ ਹਾਂ ਯਾਨੀ ਜਦ ਤੱਕ ਹਰ ਇੱਕ ਇੱਕ ਵੀ ਬੰਦਾ ਕਬਜ਼ੇ ਚ ਉਹਨਾਂ ਦੇ ਨਹੀਂ ਆਂਦਾ ਸ਼ਿਪ ਉਹਨਾਂ ਦੇ ਕੰਟਰੋਲ ਚ ਨਹੀਂ ਜਾ ਸਕਦਾ ਤੁਸੀਂ ਸੇਫ ਹੋ ਸੇਫ ਹੋ ਤੇ ਉਹ ਰੂਮ ਹੁੰਦਾ ਖੂਫੀ ਜਗ੍ਹਾ ਦੇ ਵਿੱਚ ਆ ਵੀ ਜਿਹੜਾ ਨਹੀਂ ਲੱਭਿਆ ਜਾਂਦਾ ਕੁਝ ਇਸ ਤਰੀਕੇ ਦੇ ਉਹ ਸਾਨੂੰ ਪਤਾ ਹੁੰਦਾ ਓਕੇ ਹਾਂ ਬਾਕੀ ਸ਼ਿਪਪਲਾਂ ਨੂੰ ਸਾਨੂੰ ਪਤਾ ਹੀ ਹੁੰਦਾ ਹਾਂ ਵੀ ਆਹ ਕਿਉਂਕਿ ਪਹਿਲੇ ਹੀ ਸਾਨੂੰ ਨਾ ਫੈਮਿਲੀਅਰ ਕਰਾਉਂਦੇ ਨੇ ਵੀ ਆ ਤੁਸੀਂ ਡੈਡੀ ਲਾ ਇੱਥੇ ਆਏ ਠੀਕ ਹੈ ਸਾਰਾ ਕੁਝ ਦੱਸਦੇ ਨੇ ਠੀਕ ਹੈ ਤੇ ਫਿਰ ਉੱਥੇ ਚਲੇ ਜਾਓ ਆਪਣਾ ਠੀਕ ਹੈ ਉੱਥੇ ਸੈਟੇਲਾਈਟ ਸਾਨੂੰ ਨੰਬਰ ਦਿੱਤੇ ਹੋਣਗੇ ਹਣਾ ਵੀ ਇਹਨਾਂ ਨੂੰ ਫੋਨ ਕਰੋ ਹੂੰ ਤੇ ਸਾਰਾ ਕੁਝ ਦੱਸੋ ਤੇ ਇੱਕ ਸਾਡੇ ਕੋਲੇ ਉਹ ਵੀ ਹੁੰਦਾ ਬਟਨ ਵੀ ਹੁੰਦਾ ਅੱਛਾ ਹਾਂ ਉਹ ਖੂਫੀਆ ਬਟਨ ਹੁੰਦਾ ਹੈ ਉਹ ਇੱਕ ਕੈਪਟਨ ਦੇ ਕਮਰੇ 'ਚ ਹੁੰਦਾ ਇੱਕ ਬ੍ਰਿਜ ਹੁੰਦਾ ਬ੍ਰਿਜ ਮਤਲਬ ਬ੍ਰਿਜ ਮਤਲਬ ਜਿੱਥੇ ਸ਼ਿਪ ਚੱਲਦੀ ਆ ਅੱਛਾ ਹਾਂ ਉਹਨੂੰ ਬ੍ਰਿਜ ਕਹਿੰਦੇ ਆਸੀਂ ਸਭ ਤੋਂ ਉੱਪਰ ਲਾਈ ਸਾਰਾ ਜਿੱਥੇ ਸਾਰੇ ਨੈਵੀਗੇਸ਼ਨ ਇਕੁਇਪਮੈਂਟ ਹੁੰਦੇ ਨੇ ਤੇ ਉੱਥੇ ਖੂਫੀਆ ਉੱਥੇ ਲਾਇਆ ਹੁੰਦਾ ਬਟਨ ਉਹ ਬਾਦ ਦੱਬਣਾ ਹੈ ਤੇ ਆਲੇ-ਦਾਲੇ ਜਿੰਨੇ ਵੀ ਤੁਹਾਡੇ ਪੋਰਟ ਨੇ ਉਹਨਾਂ ਕੋਲ ਖਬਰ ਪਹੁੰਚ ਜੂਗੀ ਵੀ ਹਨਾ ਤੇ ਜਿੰਨੇ ਵੀ ਸ਼ਿਪ ਨੇ ਉਹਨਾਂ ਕੋਲ ਖਬਰ ਪਹੁੰਚ ਜੂਗੀ ਵੀ ਇੱਥੇ ਕੁਝ ਗਲਤ ਹੋ ਗਿਆ ਤੇ ਵੀ ਪਹੁੰਚੇ ਉੱਥੇ ਵੀ ਇਹ ਸ਼ਿਪ ਖਤਰੇ 'ਚ ਹਾਂ ਖਤਰੇ 'ਚ ਕੁਝ ਦੱਸਣ ਦੀ ਲੋੜ ਨਹੀਂ ਬਸ ਉਹ ਬਟਨ ਦੱਬੋ ਵੀ ਤੁਹਾਡੇ ਕੋਲ ਟਾਈਮ ਹੈ ਨਹੀਂ ਹੈ ਬਟਨ ਦੱਬ ਕੇ ਆਪਣਾ ਭੱਜ ਕੇ ਆ ਜਾਓ ਤੇ ਇਹ ਜਿਹੜੀ ਤੁਸੀਂ ਸਾਰੀ ਚੀਜ਼ ਆਸ ਰਹੇ ਹੋ ਬਾਈ ਜਿਵੇਂ ਵੀ ਇਸ ਤਰੀਕੇ ਨਾਲ ਅਟੈਕ ਹੁੰਦਾ ਆ ਸੇਫਟੀ ਵਿੱਚ ਆ ਆ ਸਾਰੇ ਪ੍ਰੀਕਾਸ਼ਨਸ ਸ਼ਿਪ ਦੇ ਵਿੱਚ ਵਰਤੇ ਜਾਂਦੇ ਨੇ ਤੁਹਾਡੇ ਵੱਲੋਂ ਤੇ ਕਦੇ ਹੋਇਆ ਤੁਹਾਡੇ ਨਾਲ ਵੀ ਕਦੇ ਤੁਸੀਂ ਡਿਊਟੀ ਤੇ ਉਹਦੇ ਪਾਇਰੇਟਸ ਨੇ ਅਟੈਕ ਕਰਤਾ ਮਾਫੀਆ ਨੇ ਅਟੈਕ ਕਰਤਾ ਤੁਹਾਡੀ ਸ਼ਿਪ ਤੇ ਨਹੀਂ ਨਹੀਂ ਮੈਂ ਲੰਘਿਆ ਥੈਗਾ ਹਾਂ ਉਸ ਇਲਾਕੇ 'ਚ ਜਿਉਂ ਸਟਾਰਟਿੰਗ ਜਿਉਂ ਮੈਂ ਟ੍ਰੇਨਿੰਗ 'ਚ ਸੀਗਾ ਜਿਉਂ ਪਹਿਲੀ ਵਾਰ ਗਿਆ अच्छा ओ तो बड़ा ऑर्डर ਲੈ ਫਿਰ ਡਰ ਤਾਂ ਬੜਾ ਲੱਗਦਾ ਹੋਊਗਾ ਹਾਂ ਬਹੁਤ ਬਹੁਤ ਆਰਡਰ ਲੈ ਸੀਕਿਉਰਿਟੀ ਗਾਰਡ ਫਿਰਦੇ ਇਹਦੀ ਸ਼ਿਪ ਤੇ ਹਾਂ ਹੈਨਾ ਤੇ ਮੈਂ ਲੰਘਿਆ ਵੀ ਦੋ ਵਾਰਾਂ ਉੱਥੋਂ اچھا ਤੇ ਇੱਕ ਵਾਰ ਜਾਣ ਵੇਲੇ ਇੱਕ ਵਾਰ ਵਾਪਸ ਉਹ ਇਲਾਕਾ ਕਿਹੜਾ ਹੈ ਜਿਹੜਾ ਇਸ ਤਰੀਕੇ ਦਾ ਆ ਸਮਾਨ ਲਿਆ ਵਗੈਰਾ ਹੋ ਗਿਆ اچھا اچھا ਸਮਾਨ ਲਿਆ ਉਹ ਫਿਰ ਉਹ ਕੰਟਰੀ ਐਫਰੀਕਾ ਜਿਹੜਾ ਹੈਗਾ ਨਾ ਜੀ ਜੀ ਉਹ ਕਾਲੇ ਨੇ ਉਹ ਹਾਂਜੀ ਹਾਂ ਉਹ ਅਟੈਕ ਕਰਦੇ ਨੇ ਉਹ ਅਟੈਕ ਕਰਦੇ ਨੇ ਉਹ ਟੈਕ ਕਰਕੇ ਫਿਰ ਸਾਰਾ ਸਮਾਨ ਲੁੱਟ ਕੇ ਜਾਂਦੇ ਨੇ ਕਰਦੇ ਇਹ ਅਲੱਗ-ਅਲੱਗ ਟਾਈਪ ਦੇ ਹੁੰਦੇ ਨੇ ਹਮ ਤੇ ਕਈਆਂ ਦਾ ਇਹ ਹੁੰਦਾ ਹਾਂ ਵੀ ਸ਼ਿਪ ਤੇ ਆ ਗਏ ਉਹਨਾਂ ਨੇ ਸ਼ਿਪ ਦਾ ਸਪੇਅਰ ਪਾਰਟ ਲੈ ਹੋਰ ਵੀ ਲੋਡ ਦੀ ਜਿਹੜੀ ਚੀਜ਼ ਆ ਉਹ ਲੈ ਕੇ ਚਲੇ ਜਾਣਾ ਉਹਨਾਂ ਨੇ ਕੋਈ ਨਹੀਂ ਕਰਦੇ ਠੀਕ ਹੈ ਨਾ ਕਰੋ ਨੂੰ ਕੁਝ ਕਹਿਣਾ ਕੁਝ ਵੀ ਨਾ ਬੰਦੀ ਬਣਾ ਕੇ ਰੱਖ ਦੇਣਗੇ ਹਾਂ ਸਾਨੂੰ ਆਹ ਸਮਾਨ ਲੈਣ ਦੋ ਵੀ ਆਪਣਾ ਲੈ ਕੇ ਚਲੇ ਗਏ ਕੋਈ ਨੁਕਸਾਨ ਨਹੀਂ ਕਰਦੇ ਜਾਣੀ ਕੋਈ ਨੁਕਸਾਨ ਨਹੀਂ ਕਰਦੇ ਹੈਗੇ ਤੇ ਦੂਜੇ ਹੁੰਦੇ ਨੇ ਜਿਨ੍ਹਾਂ ਨੇ ਹਾਂ ਵੀ ਕੈਪਚਰ ਕਰ ਲਿਆ ਸਾਨੂੰ ਹਨਾ ਬੰਦੀ ਬਣਾ ਲਿਆ ਸਮਝ ਲੋ ਕੋਈ ਫੜਿਆ ਗਿਆ ਬੰਦਾ ਤੇ ਉਹ ਤੋਂ ਬਾਅਦ ਸਾਡੀ ਕਟ ਮਾਰ ਕਰਨਗੇ ਹਨਾ ਤੇ ਸਿੱਧਾ ਓਨਰ ਨੂੰ ਫੋਨ ਕਰਨਗੇ ਸ਼ਿਪੋਜ਼ੇ ਕੰਪਨੀ ਨੂੰ ਫੋਨ ਕਰਨਗੇ ਵੀ ਹਾਂ ਜੀ ਤੁਹਾਡੀ ਸ਼ਿਪ ਸਾਡੇ ਕਬਜ਼ੇ ਚ ਜੋ ਡਿਮਾਂਡ ਹੁੰਦੀ ਹੈ ਉਹ ਕਰਦੇ ਨੇ ਅਣਾਵੀ ਅਸੀਂ ਸਾਨੂੰ ਪੈਸਾ ਚਾਹੀਦਾ ਜਾਂ ਹੋਰ ਵੀ ਜੋ ਵੀ ਡਿਮਾਂਡ ਹਾਈਜੈਕ ਕਰਦੇ ਨੇ ਪ੍ਰੋਪਰ ਹਾਈਜੈਕ ਪ੍ਰੋਪਰ ਕਰ ਲੈਣਗੇ ਉਹਨਾਂ ਦੇ ਕਬਜ਼ੇ ਜਾ ਕੇ ਹੁਣ ਸ਼ਿਪਾਂ ਤੇ ਫਿਰ ਉਹ ਮੰਗਦੇ ਨੇ ਆਪਣੀ ਚੀਜ਼ ਹੁਣ ਤੀਜੇ ਹੁੰਦੇ ਨੇ ਜਿਨ੍ਹਾਂ ਦਾ ਐਹ ਦਹਿਸ਼ਤ ਫਲਾਉਣੀ ਬਸ ਟੈਰਰਿਸਟ ਵਾਂਗੂ ਉਹ ਹੁੰਦੇ ਹਾਂ ਵੀ ਹਾਂ ਵੀ ਇਹ ਤਾਂ ਮਾਰਨਾ ਮਾਰਨਾ ਜਾਂ ਸ਼ਿਪ ਨੂੰ ਨੁਕਸਾਨ ਪਹੁੰਚਾਣਾ ਹੁਣ ਪਿੱਛੇ ਇਹ ਹੋ ਹੀ ਰਿਹਾ ਹੁਣ ਹਾਉਟਿਸ ਦੇ ਉਹ ਇਜ਼ਰਾਈਲ ਜੀ ਲੜਾਈ ਚੱਲ ਰਹੀ ਹੈ ਤੇ ਹੁਣ ਰੋਜ਼ ਖਬਰ ਸੁਣਦੇ ਆ ਹਾਂ ਵੀ ਫਲਾਨੀ ਸ਼ਿਪ ਤੇ ਅਟੈਕ ਹੋ ਗਿਆ ਮਜ਼ਾਈਲ ਗਿਰ ਗਈ ਹਨਾ ਆਇਲ ਟੈਂਕਰ ਤੇ ਉਹਤੇ ਮਿਜ਼ਾਈਲ ਗਿਰ ਗਈ ਸਾਰਾ ਫਟ ਗਿਆ ਫਟ ਗਿਆ ਤਬਾਹੀ ਹੋ ਗਿਆ ਉਹ ਸ਼ਿਪ ਕਿੱਥੋਂ ਦੀ ਸੀ ਉਹ ਕੁਝ ਨਹੀਂ ਪਤਾ ਹੈਗਾ ਉਹ ਰੂਟ ਤੇ ਜਾ ਰਹੀ ਆ ਅੱਛਾ ਠੀਕ ਆ ਉਹਨਾਂ ਦੇ ਦੈਸ਼ਤ ਭਲਾਉਣੀ ਆ ਤੇ ਹਾਂ ਵੀ ਫਲਾਣ ਟਾਰਗੇਟ ਕਰਕੇ ਮਿਜ਼ਾਈਲ ਮਾਰਤੀ ਹਾਂ ਮਿਜ਼ਾਈਲ ਮਾਰਤੀ ਤੇ ਇੱਕ ਸ਼ਿਪ ਤੇ ਆਏ ਸੀਗਾ ਹਨਾ ਵੀ ਉਹ ਇਲਾਕੇ ਚ ਲੰਘ ਰਹੇ ਸੀਗੇ ਤੇ ਉਦੋਂ ਇੱਕ ਬੋਟ ਆ ਰਹੀ ਆ ਅੱਛਾ ਤੇ ਉਹਨਾਂ ਤੋਂ ਆਏ ਵੀ ਪਾਇਰੇਟ ਸਾਰੇ ਨੇ ਹਨਾ ਤੇ ਸ਼ਿਪ ਤੇ ਸਕਿਉਰਿਟੀ ਗਾਰਡ ਵੀ ਸੀ ਉਹ ਫਾਇਰ ਕਰ ਰਹੇ ਨੇ ਉਹਨਾਂ ਨੂੰ ਇਹ ਉਹ ਕੋਈ ਰਿਸਪੌਂਸ ਨਾ ਦੇਣ ਨਾ ਉਧਰੋਂ ਫਾਇਰ ਹੋਵੇ ਤੇ ਉਹ ਜਦੋਂ ਬੋਰਡ ਨਾ ਲਵੇ ਆਈ ਸ਼ਿਪ ਤੇ ਇੱਕ ਉਹ ਧਮਾਕਾ ਹੋਇਆ ਮਤਲਬ ਇੱਕ ਡੰਮੀ ਬਿਠਾਈ ਹੋਈ ਸੀ ਉਹਦੇ ਤੇ ਬੋਰਡ ਤੇ ਵੀ ਪਤਾ ਹੀ ਨਾ ਲੱਗਿਆ ਤੇ ਰਿਮੋਟ ਲੀ ਉਹ ਚਲਾ ਰਹੇ ਸੀਗੇ ਤੇ ਬਾਅਦ ਉੱਥੇ ਆ ਕੇ ਧਮਾਕਾ ਕਰਤਾ ਉਹਨਾਂ ਨੇ ਉਹਨਾਂ ਦੀ ਸ਼ਿਪ ਟੁੱਟਦੀ ਹਾਂ ਸ਼ਿਪ ਟੁੱਟਦੀ ਸ਼ਿਪ 'ਚ ਪਾਣੀ ਭਰਨ ਲੱਗ ਗਿਆ ਤੇ ਦੋ ਬੰਦੇ ਵਿੱਚ ਹੀ ਰਹਿ ਗਏ ਸੀ ਮਰ ਗਏ ਬਾਕੀ ਜਦੋਂ ਲੰਘੇ ਉਹਨਾਂ ਨੂੰ ਪਤਾ ਲੱਗ ਗਿਆ ਪਰ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਨਾ ਹਾਂ ਵੀ ਉੱਥੋਂ ਬਚ ਕੇ ਜਾ ਸਕਣ ਇੱਕ ਬਾਈ ਮੈਂ ਵੀ ਇੱਕ ਸੁਣਿਆ ਸੀਗਾ ਵੀ ਕਿਉਂਕਿ ਤੁਹਾਡੀ ਵੀ ਇੰਜਨ ਦੇ ਵਿੱਚ ਡਿਊਟੀ ਆ ਵੀ ਇਹ ਵੀ ਕੰਮ ਸੌਖਾ ਨਹੀਂ ਇੰਜਨ ਵੀ ਕਈ ਵਾਰ ਇੱਕ ਵਾਰ ਆਇਆ ਹੋਇਆ ਮੇਰੇ ਸੁਣਨ ਦੇ ਵਿੱਚ ਆਇਆ ਕਿ ਇੱਕ ਸ਼ਿਪ ਆਈ ਸੀਗੀ ਉਹਦੇ ਵਿੱਚ ਬੰਦੇ ਕੰਮ ਕਰ ਰਹੇ ਸੀ ਇੰਜਨ ਦੇ ਵਿੱਚ ਤੇ ਉਹ ਇੰਜਨ ਫਟ ਗਿਆ ਸਾਰੀ ਸ਼ਿਪ ਦੇ ਵਿੱਚ ਜਿੰਨੇ ਬੰਦੇ ਸੀ ਸਾਰੇ ਖਤਮ ਹੋ ਗਏ ਔਨ ਦੀ ਸਪਾਟ ਏਦਾਂ ਵੀ ਹੋ ਜਾਂਦਾ ਕਈ ਵਾਰ ਫਾਇਰ ਹੀ ਐਹ ਜੀ ਹੁੰਦੀ ਆ ਵੀ ਆਊਟ ਆਫ ਕੰਟਰੋਲ ਹੋ ਜਾਂਦੀ ਆ ਹਾਂ ਕਈ ਵਾਰ ਸੇਫਟੀ ਨਹੀਂ ਵਰਤੀ ਜਾਂਦੀ ਸ਼ਿਪ ਬਹੁਤ ਪੁਰਾਣੀ ਹੁੰਦੀ ਆ ਜਾਂ ਜਿਹੜਾ ਕਰੂ ਹੁੰਦੇ ਨੇ ਇੰਜੀਨੀਅਰ ਉਹ ਧਿਆਨ ਨਹੀਂ ਦਿੰਦੇ ਹੈਗੇ ਇਹਨੇ ਹਣਾ ਵੀ ਹਾਸ਼ਿਪ ਚਲਦੀ ਚੱਲੀ ਜਾਂਦੇ ਕੋਈ ਨਹੀਂ ਮੇਂਟੇਨੈਂਸ ਚੰਗੀ ਤਰ੍ਹਾਂ ਨਹੀਂ ਕਰਦੇ ਤੇ ਫਿਰ ਉਹ ਇੱਕਦਮੇ ਬਾਂਬੇ ਫਟਦਾ ਆ ਠੀਕ ਆ ਫਾਇਰ ਹੁੰਦੀ ਆ ਤੇ ਉਹ ਫਿਰ ਐਵੇਂ ਹੁੰਦਾ ਫਿਰ ਤਾਂ ਕੋਈ ਪੱਜ ਨਹੀਂ ਸਕੀਤੇ ਵੀ ਜਾ ਸਕਦੇ ਹੈਗੇ ਖਤਮ ਹੀ ਤੁਸੀਂ ਜਿਵੇਂ ਤੁਸੀਂ ਵੀ ਇੱਕ ਰੀਲ ਦੇ ਵਿੱਚ ਮੈਂ ਦੇਖੀ ਸੀ ਤੁਸੀਂ ਸਾਰੀ ਮਸ਼ੀਨਰੀ ਦਿਖਾਈ ਸੀ ਕਿ ਆ ਇੰਜਨ ਹੈ ਮੇਨ ਹੈ ਤੇ ਆ ਫਲਾਨੀ ਮਸ਼ੀਨ ਹੈ ਅਫਲਾਨੀ ਮਸ਼ੀਨ ਆ ਪਿਉਰੀਫਾਇਰ ਹੈ ਆ ਇਦਾਂ ਕਰਕੇ ਤੁਸੀਂ ਸਾਰੀ ਮਸ਼ੀਨਰੀ ਦਿਖਾਈ ਤੁਸੀਂ ਉਸ ਜਗ੍ਹਾ ਤੇ ਰਹਿੰਦੇ ਹੋ ਹਾਂਜੀ ਉਹ ਉੱਥੇ ਕੰਮ ਕਰਨਾ ਸੀ ਸਵੇਰੇ 8 ਵਜੇ ਚਲੇ ਜਾਂਦੇ ਆ 5 ਵਜੇ ਤੱਕ ਉੱਥੇ ਹੀ ਰਹਿੰਦੇ ਆ ਵਿੱਚ ਲੰਚ ਟਾਈਮ ਜਾਂ ਕਾਫੀ ਟਾਈਮ ਬਸ ਅਸੀਂ ਜਾਂਦੇ ਆ ਉਹ ਤਾਂ ਬਈ ਵੇਖ ਕੇ ਹੀ ਬੜਾ ਡਰ ਲੱਗਦਾ ਯਾਰ ਕਿਉਂਕਿ ਏਡੀ ਵੱਡੀ ਮਸ਼ੀਨਰੀ ਆ ਤਾਰਾਂ ਹੀ ਤਾਰਾਂ ਤਾਰਾਂ ਹੀ ਤਾਰਾਂ ਤੇ ਉਹ ਜਿਵੇਂ ਮੈਨੂੰ ਬ੍ਰਦਰ ਨੇ ਦੱਸੀ ਸੀ ਸਟੋਰੀ ਵੀ ਇਦਾਂ ਕਰਕੇ ਇੰਜਣ ਫਟ ਗਿਆ ਸੀ ਤੇ ਔਨ ਦੀ ਸਪਾਟ ਸਾਰਾ ਸ਼ਿਪ ਫਟ ਗਿਆ ਖਤਮ ਹੋ ਗਿਆ ਤੇ ਸਾਰੀ ਜਿਹੜਾ ਕਰੂ ਸਿ ਵਿੱਚ ਸਾਰਾ ਹੀ ਖਤਮ ਹੋ ਗਿਆ ਸਾਰਾ ਜਲ ਗਿਆ ਤੇ ਤੁਹਾਡੀ ਜੌਬ ਹੀ ਉੱਥੇ ਆ ਤੇ ਬਈ ਸਟਾਰਟਿੰਗ ਦੇ ਵਿੱਚ ਜਾਂ ਤੁਸੀਂ ਇਹ ਜੌਬ ਦੇ ਵਿੱਚ ਆਏ ਸੀਗੇ ਵੀ ਮੈਂ ਇੰਜਣ ਦੇ ਵਿੱਚ ਜਾਣਾ ਤਾਂ ਦੱਸਿਆ ਤਾਂ ਹੋਊਗੇ ਕਿਸੇ ਨੇ ਵੀ ਜੌਬ ਸੌਖੀ ਨਹੀਂ ਹੈਗੀ ਬਈ ਇਹ ਹਾਂ ਇਹ ਦੱਸਿਆ ਜਾਂਦਾ ਵੀ ਸੌਖੀ ਨਹੀਂ ਪਰ ਕੁਝ ਗੱਲਾਂ ਸ਼ਿਪ ਦੇ ਆ ਕੇ ਪਤਾ ਲੱਗਦੀਆਂ ਨੇ ਵੀ ਆਹ ਵੀ ਚੀਜ਼ਾਂ ਹੈਗੀਆਂ ਨੇ ਜੇ ਸਾਨੂੰ ਫੇਸ ਕਰਨੀਆਂ ਪੈਣਗੀਆਂ ਜਿਵੇਂ ਕੀ ਕੱਟ ਇੰਟਰਨੈਟ ਠੀਕ ਹੈ ਇੰਟਰਨੈਟ ਘੱਟ ਮਿਲਦਾ ਕਿੰਨਾ ਘੱਟ ਮਿਲਦਾ 50 MB 50 MB ਇੱਕ ਮਹੀਨਾ ਦਾ ਹੈ ਠੀਕ ਹੈ ਇੱਕ ਮਹੀਨਾ ਦਾ 50 MB ਇੱਕ ਮਹੀਨੇ ਦਾ 50 MB ਹਾਂ 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 ਕੋਵਿਡ ਤੋਂ ਪਹਿਲਾਂ ਇਹ ਕੰਮ ਸੀਗਾ ਇੱਕ ਮਹੀਨੇ ਦਾ 50 MB ਲੋਕੀ ਸਰਫ ਮੈਸੇਜ ਲਿਖ ਕੇ ਰੱਖਦੇ ਨੇ ਵਟਸਐਪ ਤੇ ਠੀਕ ਹੈ ਲਿਖ ਕੇ ਰੱਖ ਲਿਆ ਤੇ نیٹ ਔਨ ਕੀਤਾ ਜਦੋਂ ਮੈਸੇਜ ਚਲੇ ਗਿਆ ਨਾਲ ਦੀ نیٹ ਬੰਦ ਕਰਦਾ ਓਏ ਇਹ ਕੰਮ ਹੁੰਦਾ ਜੀ ਉੱਥੇ ਮੈਂ ਤਾਂ ਬਈ ਇਹ ਹੀ ਸੋਚਦਾ ਸੀ ਕਿ ਸ਼ਾਇਦ ਇੱਕ ਦਿਨ ਦਾ ਤੁਸੀਂ 50 MB ਕਹਿੰਦੇ ਹਾਂ ਨਹੀਂ ਆਹ ਜਿਸਟਾ ਇੱਕ ਮਹੀਨੇ ਦਾ 50 MB ਹਾਂ ਫੇਰ ਕੋਵਿਡ ਤੋਂ ਬਾਅਦ ਥੋੜਾ ਜਿਹਾ ਠੀਕ ਹੋਇਆ। ਕਈ ਕੰਪਨੀਆਂ ਜ਼ਿਆਦਾ ਇੰਟਰਨੈਟ ਦੇਤਾ ਜਿਵੇਂ ਮਹੀਨੇ ਦਾ 1GB ਅੱਛਾ ਹਫ਼ਤੇ ਦਾ 500MB ਠੀਕ ਹੈ ਤੇ ਹੁਣ ਤੁਹਾਨੂੰ ਕਿੰਨਾ ਮਿਲਦਾ ਹੁਣ ਤਾਂ ਲਾਸਟ ਸ਼ਿਫ ਤੇ ਸੀਗਾ ਉਦੋਂ ਵੀ 500MB ਹਫ਼ਤੇ ਦਾ ਉਦੋਂ ਪਿਛਲੀ ਸ਼ਿਫ ਅਸੀਂ ਉਦੋਂ ਵੀ 500MB ਇੱਕ ਹਫ਼ਤੇ ਦਾ 500MB ਹਾਂਜੀ ਬਈ ਉਹਨੇ ਟਾਈਮ ਕੱਢਦੇ ਘਰੇ ਵੀ ਗੱਲ ਕਰਨੀਆਂ ਥੋੜਾ ਜਿਹਾ ਸੋਸ਼ਲ ਨੈਟਵਰਕਿੰਗ ਚ ਚਲਾਉਣੀ ਹੈ ਹਾਂ ਠੀਕ ਹੈ ਤੇ WhatsApp ਹੋ ਗਿਆ Instagram ਹੋਰ ਵੀ ਕੰਮ ਹੁੰਦੇ ਨੇ ਸਾਰੇ ਬੰਦੇ ਹਾਂ ਨੌਲੇਜ ਵਗੈਰਾ ਲੈਣੀ ਕੁਝ ਵੀਡੀਓ ਦੇਖਣੀ ਹੈ ਜੀ ਤੇ ਉਹ ਅਸੀਂ ਨਾ ਐਂਡਲੇ ਐਤਵਾਰ ਤੱਕ ਬਚਾ ਕੇ ਰੱਖਦੇ ਆ ਥੋੜਾ ਜਿਹਾ ਤਾਂ ਕਿ ਨਵਾਂ ਵੀ ਹਾਂ ਫਿਰ ਲਿਖ ਕੇ ਰੱਖਦੇ ਹਾਂ ਹਾਂ ਯਾਰ ਉਹ ਚੀਜ਼ ਸਰਚ ਕਰਨੀ ਸੀ ਵੀ ਉਹ ਲਿਖ ਕੇ ਰੱਖੀ ਐਤਵਾਰ ਨੂੰ ਸਰਚ ਕਰਾਂਗੇ ਤੇ ਕਈ ਵਾਰ ਐ ਹੁੰਦਾ ਹਨਾ ਐਤਵਾਰ ਤੱਕ ਅਸੀਂ ਵੇਟ ਕਰਦੇ ਆ ਉਦੋਂ ਨੈਟ ਨਹੀਂ ਚੱਲਦਾ ਅੱਛਾ ਐ ਵੀ ਹੁੰਦਾ ਹਾਂ ਤੇ ਵੇ ਸਾਰੀ MB ਆ ਜਾਂਦੀ ਅਸੀਂ 2-300 MB ਬਚਾਈ ਹੁੰਦੀ ਆ ਹਾਂ ਵੀ ਐਂ ਦਵਨ ਖੁੱਲਾ ਨੈਟ ਚਲਾਵਾਂਗੇ ਘਰੇ ਵੀਡੀਓ ਕਾਲ ਕਰਾਂਗੇ ਹਾਂ ਹਾਂ ਤੇ ਬਾਕੀ ਜਿਹੜਾ YouTube ਤੇ ਕੁਝ ਦੇਖਣਾ ਉਹ ਦੇਖ ਲਾਂਗੇ ਤੇ ਨੈਟ ਪੈਕ ਥੋੜਾ ਐਡ-ਆਨ ਹੁੰਦਾ ਜੇ ਮੰਨ ਲਓ ਤੁਸੀਂ 500 MB ਆ ਉਹਦੇ ਵਿੱਚੋਂ ਮੰਨ ਲਓ ਤੁਸੀਂ 100 MB ਯੂਜ਼ ਕੀਤੀ ਆ 400 ਬਚ ਗਈ ਅਗਲੇ ਹਫ਼ਤੇ ਚੈਡ ਹੋ ਗਈ ਨਹੀਂ ਗਈ ਬਸ ਗਈ ਉਹ ਗਈ ਗਈ ਅਗਲੇ ਹਫ਼ਤੇ ਤੁਹਾਡੀ ਨਵੀਂ ਉਹ ਹੋਈ ਨਵੀਂ 500 ਆਊਗੀ ਉਹ 400 ਗਈ ਗਈ ਬਸ ਬਹੁਤ ਦੁੱਖਾ ਕਮਾ ਬਈ ਬਹੁਤ ਦੁੱਖ ਤੁਸੀਂ ਫੇਰ ਘਰ ਦੇਣਾ ਗੱਲ ਵੀਡੀਓ ਕਾਲ ਜਿਵੇਂ ਆਪਣੀ ਬੇਬੇ ਨੂੰ ਤਾਂ ਸਬਰ ਨਹੀਂ ਆਉਂਦਾ ਮੇਰੇ ਪੁੱਤ ਨੂੰ ਦੇਖ ਮੈਂ ਪੁੱਤ ਦੇਖਦਾ ਲਵਾਂ ਕਿਵੇਂ ਕਿੱਥੇ ਹਾਲ ਕਿੱਥੇ ਫੇਰ ਤੁਹਾਨੂੰ ਜਦ ਫੋਨ ਫੋਨ ਵੀਡੀਓ ਕਾਲ ਆਉਂਦੀ ਹੈ ਮੰਮੀ ਹਾਂਜੀ ਹਾਂ ਫੇਰ ਤੁਸੀਂ ਫੇਰ ਥੋੜੀ ਹਾਂ ਵੀ ਐਮਪੀ ਵੀ ਦੇਖਣੀ ਪੈਂਦੀ ਹੈ ਫੇਰ ਵੀਡੀਓ ਕਾਲ ਵੀ ਮੈਂ ਉਹ ਸਭ ਨਾਲ ਕਰਦਾ ਅੱਛਾ ਜੀ ਹਾਂ ਵੀ ਥੋੜਾ ਟਾਈਮ ਗੱਲ ਕਰਾਂ ਹਾਂ ਵੀ ਇੱਕ ਦੋ ਮਿੰਟ ਗੱਲ ਕਰਕੇ ਹਾਂ ਵੀ ਘਰ ਦੇ ਸਾਰੇ ਸ਼ਕਲ ਦੇਖ ਲਈ ਜਾਂ ਹੋਰ ਕੋਈ ਗੱਲਬਾਤ ਕੋਈ ਨਵੀਂ ਚੀਜ਼ ਲਿਆਂਦੀ ਹੈ ਘਰੇ ਹਣਾ ਵੀ ਆਹ ਲੈ ਕੇ ਆਏ ਫੇਰ ਵੀਡੀਓ ਕਾਲ ਕਰਕੇ ਦਿਖ ਹਨ ਉੱਥੇ ਆ ਕੇ ਪਤਾ ਲੱਗਾ ਫਿਰ ਤੇ ਝਟਕਾ ਬੜਾ ਲੱਗਿਆ ਹੋਊਗਾ ਵੀ ਯਾਰ ਇਹ ਤਾਂ ਔਖੇ ਕੰਮ ਬੜਾ ਹੁਣ ਜਿਹੜਾ ਬੰਦਾ ਦਿਹਾੜੀ 'ਚ 1.5 ਡੇਢ ਡੇਢ ਜੀਵੀ ਵਰਤ ਰਿਹਾ 2 2 ਜੀਵੀ ਵਰਤ ਰਿਹਾ ਉਹਨੂੰ ਉੱਥੇ ਆ ਕੇ ਹਾਂ ਹਫ਼ਤੇ ਦਾ ਪੰਖਸਾ ਵੀ ਵਰਤਣਾ ਤੇ ਕਿੰਨਾ ਤਾ ਉਹੀ ਮਰ ਜੂ ਹਾਂ ਆ ਸਾਡੇ ਨਾਲ ਇੱਕ ਸਾਡੇ ਤਕਰੀਬਨ ਸਾਰੇ ਮਿੱਤਰ ਨੇ ਸਾਡੇ ਨਾਲ ਇੱਕ ਮੁੰਡਾ ਤੇਜੀ ਉਹ ਨੂੰ ਤਾਂ ਇੰਨੀ ਆਤ ਪਈ ਆ ਸੋਸ਼ਲ ਮੀਡੀਆ ਦੀ ਉਹ ਮੈਨਾਂ ਦਾ ਜੇ ਉਹਨੂੰ ਅਸੀਂ ਸ਼ਿਪ ਤੇ ਭੇਜਦਾ ਤਾਂ ਉਹ ਪਹਿਲੇ ਦਿਨ ਹੀ ਖਤਮ ਹੋ ਜੂਗਾ ਖਤਮ ਹੋ ਜੂਗਾ ਉਹਦਾ ਕੰਦਾ ਜਿ ਫਿਰ ਮਾਰੂਗਾ ਕਿੱਥੇ ਆ ਕੇ ਫਸ ਗਿਆ ਤੇ ਹੋਰ ਖਾਣ ਪੀਣ ਹਾਂ ਹਾਂ ਹਨਾ ਹੁਣ ਕਈ ਵਾਰ ਅਲੱਗ-ਅਲੱਗ ਉਹ ਹੁੰਦਾ ਮਤਲਬ ਕੰਟਰੀ ਦੇ ਬੰਦੇ ਹੁੰਦੇ ਨੇ ਠੀਕ ਹੈ ਕੁੱਕ ਹੁੰਦੇ ਨੇ ਫਿਲੀਪੀਨ ਹੋਗੇ ਯੂਕਰੇਨੀਅਨ ਹੋਗੇ ਅੱਛਾ ਇਹ ਵੀ ਐਡਡ ਹੁੰਦੇ ਨੇ ਕੁੱਕ ਹਾਂ ਇਹ ਵੀ ਹੁੰਦੇ ਨੇ ਗੋਰੇ ਹੁੰਦੇ ਨੇ ਹਾਂ ਗੋਰੇ ਹੁੰਦੇ ਨੇ ਤੇ ਉਹਨਾਂ ਦਾ ਬਣਾਉਣ ਦਾ ਤਰੀਕਾ ਉਸ ਹਿਸਾਬ ਨਾਲ ਹਨਾ ਮਸਾਲੇ ਉਸ ਹਿਸਾਬ ਨਾਲ ਹੋ ਬਾਰਲੇ ਤੱਕ ਘੱਟ ਖਾਂਦੇ ਨੇ ਮਸਾਲੇ ਹਾਂ 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 ਤੇ ਉਹ ਤਾਂ ਚਲ ਸ਼ੁਰੂ-ਸ਼ੁਰੂ ਚ ਮੈਂ ਗਿਆ ਤੇ ਮੈਂ ਤਾਂ ਕਿਹਾ ਠੀਕ ਆ ਨਵੀਂ ਚੀਜ਼ ਮਿਲੀ ਹੈ ਹਨਾ ਖਾਣੇ ਤੇ ਇਹ ਫੇਰ ਮਹੀਨੇ ਬਾਅਦ ਨਾ ਥੋੜਾ ਉਹ ਖਤਮ ਹੋ ਗਿਆ ਟੇਸਟ ਇਹ ਯਾਰ ਕੀ ਖਾਈ ਜੰਦੇ ਹਨਾ ਆਪਾਂ ਨੂੰ ਤਾਂ ਇੰਡੀਅਨ ਹੀ ਚਾਹੀਦਾ ਉਹ ਚੀਜ਼ ਜਾਈਏ ਦਾਲ ਚਾਹੀਦੀ ਹੈ ਹਨਾ ਤੜਕੇ ਲਾਏ ਹੋਏ ਉਹ ਦਾਲ ਚਾਹੀਦੀ ਹੈ ਤੇ ਫਿਰ ਉਹ ਚੀਜ਼ ਔਖਾ ਹੁੰਦਾ ਹੈ ਹਨਾ ਤੁਹਾਨੂੰ ਟਾਈਮ ਕੱਢਣਾ ਪੈਣਾ ਉਹ 6 ਮਹੀਨੇ ਹਾਂ 9 ਮਹੀਨੇ ਜਿਹੜਾ ਵੀ ਹੈਗਾ ਆ ਉਹੀ ਚੀਜ਼ ਖਾ ਕੇ ਤੇ ਕਈ ਵਾਰ ਤਾਂ ਕੁੱਕ ਇਹ ਜਾ ਹੁੰਦਾ ਮਿੱਠਾ ਬਣਾਉਂਦਾ ਉਹ ਚ ਮਿੱਠਾ ਹੀ ਨਹੀਂ ਹੁੰਦਾ ਹੈਗਾ ਇਹ ਵੀ ਅਸਰ ਹਾਂ ਹਾਂ ਤੇ ਦਾਲ ਬਣਾਉਂਦਾ ਦਾਲ ਆਏ ਹੋਗਾ ਜਿਵੇਂ ਕੜਾ ਨਹੀਂ ਹੁੰਦਾ ਹੈਗਾ ਐਡੀ ਗਾੜੀ ਐਨੀ ਗਾੜੀ ਦਾਲ ਗਾੜੀ ਕਰ ਦੂਗਾ ਹਾਂ ਉਹ ਜੀ ਆਨੇ ਆ ਉਹ ਫਿਰ ਤੁਸੀਂ ਉਹਨੂੰ ਦੱਸ ਦਿਓ ਉਸ ਤੁਹਾਡੇ ਕੋਲ ਸ਼ੈਫ ਜਿਹੜਾ ਹੁੰਦਾ ਤੁਹਾਡਾ ਉਹਨੂੰ ਤੁਸੀਂ ਫਿਰ ਇਨਸਟਰਕਟ ਕਰ ਦਿਓ ਉਹਨੂੰ ਸਮਝ ਆਉਣਾ ਉਹ ਮੇਰਾ ਇਹ ਜਿਹਾ ਢੀਡ ਹੁੰਦੇ ਨੇ ਉਹ ਉਹਨਾਂ ਨੇ ਆਪਣਾ ਓਮੀ ਬਣਾਉਣਾ ਹੈ ਓਏ ਮੈਂ ਤਾਂ ਤੁਸੀਂ ਖਾਣੀ ਖਾਓ ਖਾਓ ਹਾਂ ਨਹੀਂ ਆਪਣਾ ਇਹਦਾ ਜੇਲ ਵਾਲੇ ਕੰਮ ਹੋ ਗਿਆ ਬਾਈ ਉਹੀ ਕੰਮ ਆ ਬਸ ਆਪਣਾ ਬਰੈਡ ਖਾਓ ਨਹੀਂ ਆਪਣਾ ਦੁੱਧ ਪੀਓ ਓਟਸ ਪਾਓ ਆਪਣਾ ਸੋਜ ਹੋ ਰਹੀ ਹੈ ਨਹੀਂ ਆਪਣਾ ਉਹੀ ਖਾਈ ਚੱਲੋ ਢਿੱਡ ਭਰਨਾ ਅਗਲਾ ਇਹ ਸੋਚ ਕੇ ਆਇਆ ਕੋਈ ਨਹੀਂ ਢਿੱਡ ਭਰ ਆਪ ਬਣਾ ਸਕਦਾ ਬੰਦਾ ਵੈਸੇ ਆਪ ਬਣਾ ਸਕਦਾ ਅਗਰ ਤੁਸੀਂ ਬਣਾਉਣਾ ਚਾਹੋ ਹਾਂਜੀ ਹਾਂ ਕੋਈ ਮਨਾਈ ਨਹੀਂ ਹੂੰ ਪਹਿਲਾ ਬੰਦਾ ਥੱਕੇ ਜਾਂਦਾ ਜਾਂਦਾ ਕੰਮ ਇਹਦਾ ਹੁੰਦਾ ਹਾਂ ਅਣਾ ਅਗਲਾ ਬੈੱਡੇ ਭਾਲਦਾ ਰੋਟੀ ਖਾਈ ਜਾ ਕੇ ਬੈੱਡ ਤੇ ਪਈਏ ਸੌਂ ਜੀ ਹੂੰ ਅੱਛਾ ਤੇ ਉਸ ਤੋਂ ਬਾਅਦ ਬੰਦੇ ਕਈ ਵਾਰ ਇਹੋ ਜਿਹੇ ਹੁੰਦੇ ਨੇ ਹਾਂ ਹਨਾ ਹਰਾਮੀ ਬਣ ਹੁੰਦੇ ਨੇ ਕਈ ਦਾ ਵਧੀਆ ਹੁੰਦੇ ਨੇ ਹਰਾਮੀ ਹੁੰਦੇ ਨੇ ਹੂੰ ਤੇ ਖਾਰਖਾਨੇ ਵਾਲੇ ਵੀ ਹੁੰਦੇ ਨੇ ਹੂੰ ਹਨਾ ਅੱਛਾ ਉੱਥੇ ਵੀ ਖਾਰ ਖਾਦੀ ਜਾਂਦੀ ਹੈ ਵਾਧੂ ਵਾਧੂ ਹੁਣ ਚੱਲ ਬਾਹਰ ਲਿਆਂ ਤੇ ਇੰਨਾ ਖਾਰ ਹੁੰਦੀ ਨਹੀਂ ਹਨਾ ਆਪਣੀ ਇੰਡੀਅਨ ਬਹੁਤ ਖਾਰ ਖਾਂਦੇ ਨੇ ਪੰਜਾਬੀਆ ਤਾਂ ਖਾਰ ਖਾਂਦੇ ਨੇ ਹਣਾਇਆ ਸਰਦਾਰ ਇਹਦਾ ਸਟੇਟਾਂ ਵਾਲੇ ਇਹ ਤਾਂ ਪਹਿਲੀ ਇੰਨੇ ਵਧੀਆ ਨੇ ਉੱਥੇ ਹਣਾ ਪੰਜਾਬ ਚ ਇਹ ਕਿਉਂ ਆ ਗਏ ਤੇ ਹਾਂ ਹਸਦੇਵਾਦ ਨੇ ਜ਼ਮੀਨਾਂ ਵਾਲੇ ਇਹ ਤਾਂ ਫੇਰ ਇੱਥੇ ਆ ਕੇ ਵਿਕਮਾਈ ਕਰੀ ਜਾਂਦੇ ਨੇ ਹਾਂ ਅੱਛਾ ਹਾਂ ਵੀ ਇੱਥੇ ਕਿਉਂ ਆਉਂਦੇ ਨੇ ਤੁਸੀਂ ਤੁਹਾਡੇ ਨਾਲ ਕਿੰਨੇ ਕੁ ਜਾਣੇ ਨੇ ਹੋਰ ਇੱਥੇ ਪੰਜਾਬੀ ਪੰਜਾਬੀ ਡਿਪੈਂਡ ਕਰਦਾ ਕਈ ਵਾਰ ਮੈਂ ਹੁਣ ਦੋ ਛਿਪਾ ਕਰੀਆਂ ਦੋ ਚੇ ਮੈਨੂੰ ਪੰਜਾਬੀ ਮਿਲੇ ਨਹੀਂ ਕੱਲੀ ਸਰਦਾਰ ਕੱਲੀ ਸਰਦਾਰ ਤੇ ਉਹ ਚੀਜ਼ ਤਾਂ ਕਿਤੇ ਨਾ ਕਿਤੇ ਸਾਡੇ ਲਈ ਤਾਂ ਮਾਨ ਲਈ ਹੈ ਹੂੰ ਤੇ ਤੁਹਾਨੂੰ ਉੱਥੇ ਕਿਵੇਂ ਦਾ ਫੀਲ ਕਰਾਇਆ ਜਾਂਦਾ ਹੈ ਉੱਥੇ ਜੇ ਤਾਂ ਕਰੂ ਵਧੀਆ ਫਿਰ ਦਾ ਟਾਈਮ ਵਧੀਆ ਲੰਘ ਜਾਊਗਾ ਠੀਕ ਹੈ ਥੋੜੇ ਨਾਲ ਵਧੀਆ ਗੱਲਾਂ ਕਰਨਗੇ ਹਾਂ ਵੀ ਕਈ ਤਾਂ ਹੁੰਦੇ ਨੇ ਸਰਦਾਰ ਬਹੁਤ ਅੱਛੇ ਆ ਹਾਂ ਆਪਨੇ ਬਹੁਤ ਕੋਵਿਡ ਮੇ ਬਹੁਤ ਹੈਲਪ ਕੀ ਹੈ ਆਪਨੇ ਠੀਕ ਹੈ ਕਈ ਐ ਹੁੰਦੇ ਯਾਰ ਇਹ ਆਗੇ ਖਾਲਿਸਤਾਨ ਨਹੀਂ ਆਗੇ ਉਹ ਟੌਪ ਕੀ ਹੈ ਸ਼ੁਰੂ ਕਰ ਦੇਣਗੇ ਫਿਰ 84 ਦੀਆਂ ਗੱਲਾਂ ਸ਼ੁਰੂ ਕਰ ਦੇਣਗੇ ਹਾਂ ਹਨ ਤੇ ਥੋੜੀ-ਵੋੜੀ ਗੱਲਾਂ ਉਹ ਫਿਰ ਸ਼ੁਰੂ ਕਰ ਦੇਣੇ ਪਿੰਚ ਕਰਨਾ ਸ਼ੁਰੂ ਹਾਂ 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 ਪੋਲਿਟਿਕਸ ਤੇ ਆ ਜਾਣਗੇ ਹੂੰ ਤੇ ਫਿਰ ਉਹਨਾਂ ਤੋਂ ਫਿਰ ਜਿਆਦਾ ਪਾਸਾ ਵੜ ਲਓ ਜਾਂ ਫਿਰ ਸਿੱਧਾ ਜਵਾਬ ਦੇ ਦਿਓ ਉਹਨੂੰ ਇਹੋ ਜਿਹੇ ਜਵਾਬ ਦੇ ਤੇ ਬੰਦਾ ਵੱਜੋ ਬੋਲ ਦੇਣਾ ਤੁਹਾਡੇ ਨਾਲ ਹੋਇਆ ਏ ਹਾਂ ਜੀ ਆ ਹੁੰਦੇ ਨੇ ਖਾਲਿਸਤਾਨੀ ਵਾਲੇ ਹਾਂ ਜੀ ਵਾਧੂ ਹੁੰਦੇ ਨੇ ਹਾਂ ਜੀ ਫਿਰ ਤੁਸੀਂ ਕੀ ਜਵਾਬ ਦਿੰਦੇ ਹੋ ਫਿਰ ਅਸੀਂ ਵੇਟ ਕਰਦੇ ਆਂ ਛੁੱਟੀਆਂ ਹੋਣ ਤੱਕ ਨਾ ਜਦ ਤੱਕ ਸਾਡਾ ਟਾਈਮ ਪੂਰਾ ਨਹੀਂ ਹੁੰਦਾ ਹੈਗਾ ਅੱਛਾ ਹਾਂ ਕਿਉਂਕਿ ਜੇ ਤਾਂ ਉਸ ਟਾਈਮ ਰਹਿੰਦੇ ਆਂ ਫੇਰ ਚ ਉੱਪਰ ਆ ਨਾ ਮੈਂ ਵੀ ਹਾਂ ਵੀ ਐ ਨਹੀਂ ਪਤਾ ਕੋਈ ਬੰਦਾ ਫਿਰ ਤੰਗ ਕਰਨ ਲੱਗ ਜਾਂਦੇ ਨੇ ਹਨਾ ਜੇ ਤਾਂ ਅਫਸਰ ਆ ਫਿਰ ਉਹ ਤੰਗ ਕਰਨ ਲੱਗ ਜੂਗਾ ਜੇ ਉਹਨੂੰ ਜਵਾਬ ਐਸਾ ਦੇਤਾ ਹਣਾ ਉਹ ਮੰਚ ਹਾਂ ਮੰਚ ਤੇ ਬਹਿ ਜੂਗੀ ਹਾਂ ਹਾਂ ਉਹਨੇ ਫਿਰ ਉਹ ਚੀਜ਼ ਹਾਂ ਰੜਕਣ ਲੱਗ ਜਾਂਦਾ ਬੰਦਾ ਹਾਂ ਰੜਕਣ ਲੱਗ ਜਾਂਦਾ ਹੁਣ ਇਹ ਤੰਕ ਕਰੂੰਗਾ ਹੁਣ ਤੈਨੂੰ ਦਿਖਾਉਂਗਾ ਮੈਂ ਹਾਂ ਵੀ ਤੂੰ ਮੈਨੂੰ ਬੋਲਿਆ ਕਿਵੇਂ ਹਾਂ ਬੋਲਿਆ ਕਿਵੇਂ ਠੀਕ ਹੈ ਅਫਸਰ ਨੂੰ ਬੋਲ ਨਹੀਂ ਸਕਦਾ ਹਾਂ ਹਾਂ ਠੀਕ ਹੈ ਫਿਰ ਚੁੱਪ ਰਹਿਣੇ ਹਾਂ ਯਾ ਠੀਕ ਹੈ ਕੋਈ ਬਾਤ ਨਹੀਂ ਐਸੀ ਐਸੀ ਫਿਰ ਜੋ ਛੁੱਟੀਆਂ ਹੋਣੀਆਂ ਹਨ ਹਣਾ ਜਦੋਂ ਜਾਂਨ ਦਾ ਟਾਈਮ ਆ ਗਿਆ ਫੇਰ ਠੋਕੇ ਜਵਾਬ ਦਿੰਦੇ ਉਹਨਾਂ ਨੂੰ ਹਾਂ ਆ ਵੀ ਆ ਹੁਣ ਕਿਹੜਾ ਖਾਲਸਾ ਨਹੀਂ ਗੱਲ ਕਰਦਾ ਦੂ ਐਵੇਂ ਫਿਰ ਉਹਨੂੰ ਇਤਿਹਾਸ ਗਵਾਈਦਾ ਹਣਾ ਹਾਂ ਖਾਲਸਾ ਰਾਜ ਦਾ ਸਾਰਾ ਕੁਝ ਹਾਂ ਤੇ 84 ਕੀ ਹੋਇਆ ਸਾਡੇ ਨਾਲ 47 ਤੋਂ ਪਹਿਲਾਂ ਕੀ ਹੋਇਆ ਕੀ ਹੋਇਆ ਹਾਂ ਕੀ ਕੀ ਸਾਡੇ ਨਾਲ ਵਾਅਦੇ ਕਰੇਗੇ ਕੀ ਕੀ ਹੋਇਆ ਹਾਂ ਗਦਰੀ ਬਾਬੇ ਹੋਣੀ ਸਾਰੇ ਇਹਨਾਂ ਕਲਪਨਾ ਦਾ ਇੱਕ ਇਹ ਚੀਜ਼ ਵੀ ਬੜੀ ਹੁੰਦੀ ਹੈ ਜਿਵੇਂ ਤੁਹਾਡੇ ਨਾਲ ਹੁੰਦੀ ਹੈ ਕਿ ਨਹੀਂ ਤੁਸੀਂ ਦੱਸ ਦਿਓ ਪਰ ਨਾਰਮਲੀ ਹਰ ਇੱਕ ਫੀਲਡ ਦੇ ਵਿੱਚ ਆ ਜਿਵੇਂ ਮਜ਼ਾਕੀਆ ਤੌਰ ਤੇ ਇੱਕ ਸਰਦਾਰ ਨੂੰ ਵੇਖ ਕੇ ਇੱਕ ਹਾਸੇ ਦਾ ਪਾਤਰ ਕਹਿੰਦਾ ਇਹਦੇ 12 ਵਜਦੇ ਨੇ ਇਹਨੂੰ ਇਹਦੇ 12 ਵਜ ਗਏ ਸਰਦਾਰ ਤੇ 12 ਵਜ ਗਏ ਇਹ ਬਹੁਤ ਚੀਜ਼ ਹੋਈ ਹੈ ਸਾਡੇ ਨਾਲ ਸੀ ਜਿਹੜੇ ਕਾਲਜ ਪੜ੍ਹਦੇ ਹੁੰਦੇ ਸੀਗੇ ਜਾਂ ਸਾਡੇ ਜਿਹੜੇ ਕਈ ਵੀਰ ਜਿਹੜੇ ਨੇ ਆਦਰ ਸਟੇਟਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਇਹ ਚੀਜ਼ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਡੇ ਨਾਲ ਸ਼ਿਪ ਤੇ ਕੋਈ ਇਸ ਤਰੀਕੇ ਦੀ ਹਰਕਤ ਬਹੁਤ ਕਰਦੇ ਨੇ ਬੱਲੇ ਬੱਲੇ ਚੱਕਦੇ ਫਟੇ ਆ ਜਿਹੜੇ ਬਾਲੀਵੁੱਡ ਵਾਲੇ ਨੇ ਇਹਨਾਂ ਦਾ ਬਹੁਤ ਬਹੁਤ ਜਲੂਸ ਪੰਜਾਬ ਨਾਲ ਬਹੁਤ ਉਹ ਇਹਨਾਂ ਮੈਨੂੰ ਉਹ ਫੇਸ ਕਰਾਇਆ ਨਾ ਉੜਤਾ ਪੰਜਾਬ ਵਾਲਾ ਮਿਆਂ ਤੁਹਾਡੇ ਨਸ਼ਾਈ ਬਹੁਤ ਆ ਉੜਤਾ ਪੰਜਾਬ ਸਹੀ ਦ ਬਤਾਇਆ ਹੋਇਆ ਹੈ ਨਾ ਐਵੇਂ ਬਹੁਤ ਉਹ ਕਰਦੇ ਨੇ ਤੇ ਮਤਲਬ ਜਿਹੜੀਆਂ ਫਿਲਮਾਂ ਦਿਖਾਉਂਦੇ ਨੇ ਇਹਨਾਂ ਦਾ ਲੋਕਾਂ ਤੇ ਅਸਰ ਪੈਂਦਾ ਹੋਈ ਬਹੁਤ ਪੈਂਦਾ ਬਹੁਤ ਜ਼ਿਆਦਾ ਜਿਹੜੇ ਪ੍ਰੋਡਿਊਸਰ ਆਪ ਨੂੰ ਐਕਟਰ ਕਹਿੰਦੇ ਨੇ ਵੀ ਇਹਨਾਂ ਤੇ ਕੋਈ ਅਸਰ ਨਹੀਂ ਪੈਂਦਾ ਐਂਟਰਟੇਨਮੈਂਟ ਵਾਸਤੇ ਨੇ ਨਹੀਂ ਪੈਂਦਾ ਬਹੁਤ ਬਹੁਤ ਪੈਂਦਾ ਆਇਆ ਆਪਾਂ ਪੰਜਾਬ ਚ ਦੇਖਣ ਕਿਉਂਕਿ ਆਪਾਂ ਨੂੰ ਰਿਐਲਿਟੀ ਪਤਾ ਹੈ ਕੀ ਹੁੰਦੀ ਆ ਠੀਕ ਹੈ ਉਹ ਤਾਂ ਪੈ ਪਰ ਲੋਕਾਂ ਦੇ ਇੱਕ ਬਹੁਤ ਵੱਡਾ ਪ੍ਰਭਾਵ ਪੈਂਦਾ ਉਹਦਾ ਬਾਕੀ ਸਟੇਟ ਵਾਲਿਆਂ ਦਾ ਹੂੰ ਛੋਟੇ ਛੋਟੇ ਗੱਲ ਨੋਟ ਕਰਦੇ ਨੇ ਇੱਕ ਤੁਸੀਂ ਜ਼ਿਕਰ ਇਹ ਵੀ ਕੀਤਾ ਸੀਗਾ ਕਿ ਜਿਵੇਂ ਕਈ ਲੋਕ ਇਸ ਚੀਜ਼ ਨੂੰ ਸਹਿ ਜਾਂਦੇ ਨੇ ਇਹ ਹੁੰਦਾ ਤਾਂ ਇੱਕ ਹਿਸਾਬ ਦਾ ਇਹ ਵੀ ਸ਼ੋਸ਼ਣ ਹੀ ਆ ਜਿਵੇਂ ਆਪਾਂ ਕਾਲਜ ਦੇ ਵਿੱਚ ਕਹਿ ਦਿੰਦੇ ਆ ਵੀ ਉਹਦੀ ਉਹ ਕਰਦੇ ਪਏ ਨੇ ਉਹ ਵੀ ਉਹਦੀ ਉਹ ਇੱਕ ਵਰਡ ਮੈਂ ਭੁੱਲ ਗਿਆ ਇੰਗਲਿਸ਼ ਦਾ ਰੈਡ ਰੈਕਿੰਗ ਰੈਕਿੰਗ ਉਹਦੀ ਰੈਕਿੰਗ ਹੋ ਰਹੀ ਹੈ ਹਾਂ ਇੱਕ ਕਾਈਂਡ ਆਫ ਇੱਕ ਰੈਗਿੰਗ ਹੀ ਹੈ ਹੂੰ ਵੀ ਜਿਵੇਂ ਗਲਤ ਚੀਜ਼ਾਂ ਦੇ ਪੁਆਇੰਟ ਆਊਟ ਕਰਨਾ 12 ਵਜ ਗਏ ਜਾਂ ਸਰਦਾਰ ਜਾਂ ਖਾਲਿਸਤਾਨੀ ਐਸੇ ਵਰਡ ਬੋਲਣੇ ਹੂੰ ਜਿੱਥੋਂ ਪਤਾ ਵੀ ਅਗਲਾ ਪਰ ਉਹ ਅਗਲੇ ਨੂੰ ਪ੍ਰੋਵੋਕ ਕਰ ਇਹ ਇਹਨੂੰ ਪਤਾ ਹੈ ਵੀ ਉਹ ਉਕਸਾਉ ਉਹਨੂੰ ਇਹ ਬੋਲੇ ਅਸੀਂ ਇਹਨੂੰ ਕੁਝ ਗਲਤ ਕਰੀਏ ਤੇ ਕਈ ਲੋਕ ਬਈ ਗਲਤ ਕਰ ਵੀ ਲੈਂਦੇ ਹੋਣਗੇ ਕਈ ਲੋਕ ਜਿਹੜੇ ਤੁਸੀਂ ਸਹਿਗੇ ਕਈ ਨਹੀਂ ਸਹਦੇ ਹੋਣ ਹਾਂ ਦਿਲ ਤੇ ਲੈ ਜਾਂਦੇ ਨੇ ਉਹ ਉਹਨਾ ਆਪਣਾ ਖੂਨ ਗਰਮ ਹੋ ਜਾਂਦਾ ਇੱਕਦਮ ਹੀ ਹਨਾ ਕੁਝ ਆਇਆ ਗਿਆ ਇਹ ਬਾਲੇ ਮਾਰ ਜਾਂਦਾ ਤੇ ਹੁਣ ਕਈ ਤਾਂ ਹੈ ਵੀ ਆ ਚੁੱਪ ਰਹਿ ਜਾਂਦੇ ਨੇ ਅੰਦਰ ਦਿਵਾ ਲੈਂਦੇ ਨੇ ਉਹ ਜੀ ਕਈ ਐ ਹੁੰਦਾ ਹੈ ਹੁਣ ਜਵਾਬ ਦਈਏ ਇਹਨੂੰ ਯਾਰ ਕਿੰਨਾ ਕੁ ਸਹੀ ਜਾਵੇ ਉਹੋ ਜੀ ਬੋਲੀ ਜਾਂਦੇ ਰੋਜ਼ ਹੀ ਬੋਲੀ ਜਾਂਦੇ ਹਨਾ ਤੰਗ ਕਰੀ ਜਾਂਦਾ ਉਹ ਚੀਜ਼ੇ ਟੌਪਿਕ ਫਿਰ ਉਹਨਾਂ ਨੂੰ ਜਵਾਬ ਦੇਣੇ ਪੈਂਦਾ ਚੁੱਪ ਕਰਾਉਣਾ ਹੀ ਪੈਂਦਾ ਨਹੀਂ ਫਿਰ ਆਏ ਵੀ ਆ ਟਾਈਮ ਨਹੀਂ ਨਿਕਲਦਾ ਹੈਗਾ ਤੁਸੀਂ ਕੰਮ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਫਿਰ ਮੈਂਟਲੀ ਇਹਨਾਂ ਉਹ ਹੋ ਜੂਗਾ ਨਾ ਸਟ्रेस ਹੋ ਜੂਗਾ ਤੁਹਾਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਣੀ ਹੈਗੀ ਯਾਰ ਫਲਾਣੇ ਨੇ ਐ ਕਹਤਾ ਹਨਾ ਇਹ ਬੜਾ ਗਲਤ ਵੀ ਐ ਤਾਂ ਹੋਇਆ ਵੀ ਨਹੀਂ ਤੇ ਉਹ ਚੀਜ਼ ਬੜੀ ਫੇ ਤੰਗ ਕਰਦੀ ਆ ਮੈਂ ਪਿੱਛੇ ਜਿਹੜੀ ਖਬਰ ਸੁਣੀ ਸੀ ਵੀ ਇੱਕ ਨਾ ਡੈਕ ਤੇ ਹੀ ਸ਼ਿਪ ਤੇ ਯਾਨੀ ਸੁਸਾਈਡ ਹੋ ਗਿਆ ਹੂੰ ਤੇ ਆ ਪਤਾ ਲੱਗਿਆ ਵੀ ਉਹਦੇ ਨਾਲ ਦੇ ਜਿਹੜੇ ਕਰੂ ਦੇ ਮੈਂਬਰ ਸੀ ਉਹਨੂੰ ਤੰਗ ਹੀ ਇੰਨਾ ਕਰ ਰਹੇ ਸੀਗੇ ਵੀ ਉਹ ਬੰਦੇ ਨੇ ਤੰਗ ਆ ਕੇ ਆਪਣੇ ਆਪ ਨੂੰ ਆਪਣੇ ਜਿਹੜਾ ਉਹਦਾ ਰੂਮ ਸੀ ਉਹਦੇ ਵਿੱਚ ਉਹਨੇ ਫਾਹਾ ਲੈ ਲਿਆ ਸੀ ਪਿੱਛੇ ਜੀ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆ ਤਾਂ ਇਦਾਂ ਦੀ ਚੀਜ਼ਾਂ ਕਟਣਾਵਾ ਜਿਵੇਂ ਮੈਂਟਲੀ ਟੌਰਚਰ ਕਰਨਾ ਜਿਵੇਂ ਆਪਾਂ ਤਾਂ ਚਲੋ ਪੰਜਾਬੀ ਆਪਣਾ ਉਸ ਤਰੀਕੇ ਦਾ ਟੌਰਚਰ ਹੁੰਦਾ ਵੀ ਅਗਰ ਵੈਸੇ ਗੱਲ ਕਰੀਏ ਇਹ ਹੁੰਦਾ ਏ ਟੌਰਚਰ ਇਸ ਤਰੀਕੇ ਦਾ ਮੈਂਟਲ ਟੌਰਚਰ ਬਹੁਤ ਜ਼ਿਆਦਾ ਹੁੰਦਾ ਇਹ ਹੁਣ ਤਾਂ ਬਹੁਤ ਟਾਈਮ ਤੋਂ ਹੁੰਦਾ ਆ ਰਿਹਾ ਤੇ ਇਹ ਇੰਨਾ ਬਾਹਰ ਵੀ ਨਹੀਂ ਆਉਂਦੀ ਇਹ ਗੱਲ ਪਤਾ ਹੀ ਨਹੀਂ ਮੀਡੀਆ ਚ ਆਉਂਦੀ ਵੀ ਨਹੀਂ ਹੈਗੀ ਇਹ ਤੇ ਉੱਥੇ ਦਬੀ ਰਹਿ ਜਾਂਦੀ ਹੈ ਇਹ ਮੈਨੂੰ ਇਸ ਕਰਕੇ ਪਤਾ ਲੱਗਾ ਕਿਉਂਕਿ ਸਾਡੇ ਮਿੱਤਰ ਦੇ ਗਾਂ ਅੱਗੇ ਲਿੰਕ ਦੇ ਵਿੱਚੋਂ ਮੁੰਡਾ ਸੀ ਜਿਹਨੇ ਸੁਸਾਇਡ ਕੀਤਾ ਤਾਂ ਪਤਾ ਲੱਗਿਆ ਹਾਂ ਹਾਂ ਤੇ ਉਹ ਕੀ ਹੁੰਦਾ ਆ ਕਈ ਵਾਰ ਬੰਦਾ ਟ੍ਰੇਨਿੰਗ ਤੇ ਹੁੰਦਾ ਉਹਨੂੰ ਇੰਨਾ ਤੰਗ ਕਰਦੇ ਨੇ ਨਾ ਇੰਨਾ ਉਹ ਤੋਂ ਕੰਮ ਕਰਾਉਂਦੇ ਨੇ ਉਹ ਫਿਜ਼ੀਕਲੀ ਮੈਂਟਲੀ ਇੰਨਾ ਮਤਲਬ ਥੱਕ ਜਾਂਦਾ ਆ ਵੀ ਉਹ ਫਿਰ ਇੱਕ ਟਾਈਮ ਤੇ ਆਇਆ ਹੁੰਦਾ ਆ ਆਪਸ਼ਨ ਬੋਲ ਦਿੰਦਾ ਆ ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ ਮੈਨੂੰ ਰੈਸਟ ਚਾਹੀਦੀ ਆ ਹਾਂ ਤੇ ਉਹ ਕਹਿੰਦਾ ਤੂੰ ਰੈਸਟ ਕਰਨਾ ਹੈ ਇੱਥੇ ਕੰਮ ਕਰਨਾ ਹੈ ਤੂੰ ਪੈਸੇ ਕਮਾਉਣਾ ਆ ਫਿਰ ਉਹ ਐਂ ਬੋਲਦੇ ਨੇ ਹਾਂ ਠੀਕ ਹੈ ਚਲੋ ਫਿਰ ਸਹਿ ਲੈਂਦਾ ਹਨਾ ਤੇ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਉਹ ਫਿਰ ਇੰਨਾ ਬੰਦਾ ਸਹਿਦਾ ਨਹੀਂ ਹੈਗਾ ਫਿਰ ਉਹ ਫਿਰ ਘਰੇ ਵੀ ਗੱਲ ਕਰਦਾ ਘਰ ਦੇ ਵੀ ਦੁਖੀ ਹੁੰਦੇ ਨੇ ਹਾਂ ਠੀਕ ਹੈ ਤੇ ਕਈ ਵਾਰ ਦੱਸਦਾ ਵੀ ਨਹੀਂ ਹੁੰਦਾ ਬੰਦਾ ਘਰੇ ਉਹ ਅੰਦਰੇ ਅੰਦਰ ਉਹ ਐਡਾ ਵੱਡਾ ਉਹ ਬਣਾ ਲੈਂਦਾ ਹਨਾ ਹੁਕਮਤਿਆਂ ਬਣਾ ਲੈਂਦਾ ਹਾਂ ਵੀ ਉਹ ਫਟਣਾ ਇੱਕ ਦਿੰਦਾ ਹਾਂ ਤੇ ਫਿਰ ਉਹ ਕੀ ਹੁੰਦਾ ਆ ਜਾਂਦਾ ਸੁਸਾਈਡ ਕਰਦਾ ਕਿਉਂਕਿ ਉੱਥੇ ਛੁੱਟੀ ਤਾਂ ਮਿਲ ਨਹੀਂ ਸਕਦੀ ਐਨੀ ਛੇਤੀ ਕੰਪਨੀ ਫੇਰ ਰੀਜ਼ਨ ਪੁੱਛਦੀ ਆ ਕਿਉਂ ਜਾਣਾ ਤੂੰ ਬਿਲਕੁਲ ਹਨਾ ਤੇ ਜੇ ਜਾਣਾ ਪੈਸੇ ਕਟੇ ਜਾਣਗੇ ਤੇਰੇ ਜੇ ਕੋਈ ਰੀਜ਼ਨ ਐ ਜਾਂ ਨਹੀਂ ਹੈਗਾ ਤੂੰ ਬਿਮਾਰ ਨਹੀਂ ਹੈਗਾ ਕੋਈ ਤੇ ਘਰੇ ਪ੍ਰੋਬਲਮ ਨਹੀਂ ਤੇ ਜੇ ਉਹ ਕਹੂਗਾ ਹਾਂ ਜਾਂ ਮੈਂ ਤਾਂ ਕੰਮ ਕਰਾਉਂਦੇ ਨੇ ਫੇਰ ਕੰਪਨੀ ਕਿਉਂ ਤੂੰ ਕੰਮ ਕਰਨ ਆਇਆ ਇੱਥੇ ਤੈਨੂੰ ਪਹਿਲਾਂ ਹੀ ਪਤਾ ਸੀ ਵੀ ਐਵੇਂ ਕੰਮ ਹੁੰਦਾ ਪਰ ਉਹਨਾਂ ਨੂੰ ਐ ਨਹੀਂ ਨਾ ਪਤਾ ਵੀ ਤੰਗ ਕਰਿਆ ਜਾਂਦਾ ਆ ਹੂੰ ਵਿਤਾਂਗ ਕੇ ਸਾਮ ਨਾ ਕਰਿਆ ਜਾਂਦਾ ਤੇ ਉਹ ਫਿਰ ਹਾਰ ਕੇ ਸੁਸਾਇਡ ਕਰਦੇ ਨੇ ਜਾਂ ਫਿਰ ਐ ਹੁੰਦਾ ਕਈ ਵਾਰ ਲਾਕਡਾਟ ਵੀ ਐ ਜਿਹੀ ਹੁੰਦੀ ਹੈ ਹਨਾ ਖਾਰ ਖਾ ਜਾਂਦੇ ਨੇ ਖਾਰ ਖਾਂਦੇ ਨੇ ਜਿਵੇਂ ਤੁਸੀਂ ਦੱਸਿਆ ਸ਼ੁਰੂਆਤ ਹਾਂ ਫਿਰ ਇਹ ਕਈ ਵਾਰ ਬੰਦਾ ਦਿਲ ਤੇ ਲੈ ਜਾਂਦਾ ਉਹਨੇ ਐਵੇਂ ਕਿਉਂ ਕਿਹਾ ਫੇ ਕਈ ਵਾਰ ਉਹਨੂੰ ਇਲੀਗਲੀ ਮਾਰ ਵੀ ਦਿੰਦੇ ਨੇ ਇਲੀਗਲੀ ਮਾਰ ਦਿੰਦੇ ਨੇ ਹਾਂ ਉਹ ਕਿਵੇਂ ਕਿਉਂਕਿ ਇਹ ਜਿਹਾ ਕਈ ਚਾਂਸ ਆਏ ਨੇ ਅੱਛਾ ਵੀ ਪਤਾ ਹੀ ਨਹੀਂ ਲੱਗਦਾ ਕਿਉਂਕਿ ਛਿਪ ਚੋਂ ਤੁਹਾਨੂੰ ਕੀ ਪਤਾ ਲੱਗਣਾ ਉਹਨੂੰ ਕੀ ਕਰਦੇ ਨੇ ਉਹਨੂੰ ਕਮਰੇ 'ਚ ਕੁਝ ਆਏ ਕੁਝ ਵੀ ਕਰ ਸਕਦੇ ਨੇ ਇੱਕ ਦੋ ਸੇ ਬੰਦ ਕਮਰੇ ਚੋਂ ਉੱਥੇ ਹਾਂ ਹਨਾ ਤੁਹਾਡੇ ਕਮਰੇ ਚ ਆਇਆ ਕੋਈ ਕੁਝ ਵੀ ਕਰ ਗਿਆ ਤੁਹਾਨੂੰ ਤੇ ਉਹਨੂੰ ਕੀ ਕਰ ਗਿਆ ਹਾਂ ਵੀ ਇਹਨੇ ਸੁਸਾਇਡ ਕਰ ਲਿਆ ਇਹਨੇ ਛਿੱਪ ਤੋਂ ਛਾਲ ਮਾਰ ਲਈ ਦਿਖਾਇਆ ਤੰਗ ਸੀਗਾ ਹਾਂ ਹਾਂ ਕਿ ਵੀ ਕਈ ਵਾਰ ਐ ਫੈਮਿਲੀ ਨੂੰ ਦੱਸਿਆ ਹੁੰਦਾ ਵੀ ਐਵੇਂ ਮੇਰੇ ਨਾਲ ਹਰਾਸ਼ਮੈਂਟ ਹੋ ਰਿਹਾ ਐਵੇਂ ਤੰਗ ਰਿਆ ਜਾ ਰਿਹਾ ਠੀਕ ਆ ਵੀ ਫੈਮਿਲੀ ਮੁੱਦਾ ਚੱਕਦੀ ਐ ਇਹ ਜੇ ਬਹੁਤ ਕੇਸ ਆਏ ਹੋਣੇ ਬਹੁਤ ਮੁੰਬਈ ਵਗੈਰਾ ਜਾਉਂਗੇ ਨਾ ਤੇ ਇੱਕ ਮੁੰਡਾ ਐ ਮਾਰਿਆ ਗਿਆ ਸੀਗਾ ਤੇ ਉਹਦੀ ਭੈਣ ਬਹੁਤ ਦਲੇਰ ਸੀਗੀ ਕਰੂ ਵੱਲੋਂ ਹੀ ਹਾਂ ਅੱਛਾ ਤੇ ਉਹਨੂੰ ਐਂ ਦਰਸਾਇਆ ਗਿਆ ਵੀ ਇਹਨੇ ਸੁਸਾਇਡ ਕਰ ਲਿਆ ਅੱਛਾ ਪਰ ਉਹਨੇ ਚੈਟਸ ਵਗੈਰਾ ਦਿਖਾਈਆਂ ਹਨਾ ਉਹਦੀ ਭੈਣ ਨੇ ਤੇ ਉਹ ਹਜੇ ਵੀ ਲੜਾਈ ਲੜਦੀ ਆ ਉਹ ਕਿਸ ਕੇਸ ਦੀ ਤੋਹਾਂ ਸਾਹਮਣੇ ਲਿ带ਾਇਆ ਅੱਛਾ ਤੇ ਪਰ ਇੱਕ ਬੰਦਾ ਸੀ ਉਹਦਾ ਕੇਸ ਸੋਲਵ ਹੋ ਗਿਆ ਤੇ ਕੈਪਟਨ ਵਗੈਰਾ ਸੀਗਾ ਚੀਫ ਇੰਜੀਨੀਅਰ ਸੀਗਾ ਤੇ ਉਹ ਪਤਾ ਲੱਗ ਗਿਆ ਹਾਂ ਵੀ ਇਹਨਾਂ ਨੇ ਉਹਨੂੰ ਮਾਰਿਆ ਤੇ ਉਹ ਜੇਲ੍ਹ ਚ ਚਲੇ ਗਏ ਕੈਪਟਨ ਤੇ ਚੀਫ ਇੰਜੀਨੀਅਰ ਹਾਂ ਪਰ ਬਹੁਤ ਲੰਬੀ ਲੜਾਈ ਲੜਨੀ ਪਈ ਇੱਕ ਆਮ ਤਰ੍ਹਾਂ ਵੈਸੇ ਬਈ ਬਹੁਤ ਔਖਾ ਨਾਲ ਤੁਸੀਂ ਉਹ ਇੱਕ ਛੋੜੇ ਹੁਆ ਮਤਲਬ ਜੇਲੀਆਂ ਇੱਕ 20 ਕ ਬੰਦੇ ਆ ਜੋ ਹਾਂ ਠੀਕ ਹੈ ਰਾਤ ਨੂੰ ਸੁੱਤੇ ਪਏ ਨੇ ਸਾਰੇ ਆਪਣੇ ਆਪਣੇ ਕਮਰੇ ਸੁੱਤੇ ਪਏ ਨੇ ਸ਼ਾਂਤੀ ਹੈ ਤੁਹਾਡੇ ਕਮਰੇ 'ਚ ਕੋਈ ਆ ਰਿਹਾ ਠੀਕ ਹੈ ਕਿਸੇ ਨੂੰ ਪਤਾ ਨਹੀਂ ਹੈਗਾ ਬਾਕੀ ਜਨ ਨੂੰ ਇੱਕ ਬੰਦਾ ਆ ਗਿਆ ਤੁਹਾਡੇ ਕਮਰੇ 'ਚ ਹਣਾ ਜਿਹਨੇ ਕੁਝ ਕਰਨਾ ਉਹ ਤਾਂ ਕਰ ਜੋ ਉਥੇ ਉਹ ਤੋਂ ਬਾਅਦ ਰਾਤ ਆ ਠੀਕ ਹੈ ਉਹਨੇ ਚੱਕਿਆ ਤੁਹਾਨੂੰ ਪਾਣੀ ਸਿੱਟਦਾ ਕੀ ਕਰ ਲਓਗੇ ਤੁਸੀਂ ਅਗਲੇ ਨਾ ਹੋ ਗਈ ਉਹ ਯਾਰ ਉਹ ਕਿੱਥੇ ਗਿਆ ਉਹ ਬੰਦਾ ਕਿੱਥੇ ਗਿਆ ਲੱਭ ਨਹੀਂ ਰਿਹਾ ਹਾਂ ਕਿੱਥੋਂ ਲੱਭੂਗਾ ਕਿੱਥੋਂ ਲੱਭੂਗਾ ਬਹੁਤ ਧੋਖਾ ਕਰਾਵਾ ਬਾਈ ਯਾਰ ਮੈਂ ਤਾਂ ਸੁਣ ਕੇ ਮੈਨੂੰ ਖੁਦ ਨੂੰ ਹੈਰਾਨੀ ਜੀ ਹੋ ਰਹੀ ਆ ਵੀ ਇਹ ਵੀ ਅਸਲ ਦੇ ਵਿੱਚ ਜਿਵੇਂ ਮੂਸੇ ਵਾਲਾ ਦਾ ਗਣਾ ਸੀ ਨਾ ਵੀ ਰੱਖ ਕਿਰਪਾਨਾ ਉੱਤੇ ਖਾਂਦੇ ਰੋਟੀਆਂ ਇਹ ਉਹੀ ਕੰਮ ਆ ਬਾਈ ਉਹੀ ਕੰਮ ਵੀ ਅਸਲ ਦੇ ਵਿੱਚ ਵੀ ਸੌਖੀ ਨਹੀਂ ਹੈਗੀ ਉੱਥੇ ਲਾਈਫ ਕੱਟਣੀ ਅੱਛਾ ਜਿਵੇਂ ਸ਼ੁਰੂਆਤ ਦੇ ਵਿੱਚ ਆਪਾਂ ਮੈਂ ਜ਼ਿਕਰ ਕੀਤਾ ਸੀਗਾ ਵੀ ਕਈ ਜਿਵੇਂ ਦਰਸ਼ਕ ਵੇਖ ਰਹੇ ਨੇ ਨੌਜਵਾਨ ਨੇ ਖਾਸ ਕਰਕੇ ਜਦ ਆਪਾਂ 11ਵੀਂ 12ਵੀਂ ਵਾਲੇ ਮੁੰਡੇ ਕਹਿੰਦੇ ਆ ਮੁੰਡੇ ਕੁੜੀਆਂ ਵੀ ਉਹ ਇਸ ਖੇਤਰ ਵੱਲ ਕਿਵੇਂ ਆਉਣ ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਅ ਬਾਹਰੋਂ ਆਪਾਂ ਨੌਜਵਾਨੀ ਜਾਣ ਤੇ ਰੁਕਣੀ ਹੈ ਸਭ ਤੋਂ ਪਹਿਲਾਂ ਆਪਣਾ ਵੀ ਇਹ ਆ ਦੀ ਨੌਜਵਾਨਾਂ ਨੂੰ ਬਾਹਰ ਤੋਂ ਹਟਾ ਕੇ ਆਪਾਂ ਇੱਧਰ ਪ੍ਰੇਰਿਤ ਕਰੀਏ ਵੀ ਆਪਣੇ ਇੱਥੇ ਵੀ ਬਹੁਤ ਸਕੋਪ ਆ ਯਾਰ ਨਾਲੇ ਪਰਿਵਾਰ ਦੇ ਵਿੱਚ ਇੰਡੀਆ ਦੇ ਵਿੱਚ ਰਹਿੰਦਾ ਬੰਦਾ ਤੇ ਨਾਲੇ ਇੱਕ ਕੰਮ ਆਪਾਂ ਨੂੰ ਐ ਹੁੰਦਾ ਵੀ ਚੱਲ ਇੱਥੇ ਹੀ ਆ ਆਪਣੇ ਕੋਲੇ ਆ ਵੀ ਆਪਾਂ ਇਸ ਖੇਤਰ ਵੱਲ ਕਿਵੇਂ ਵਾੜੀਏ ਇਹਦੀ ਪ੍ਰੋਪਰ ਨੌਲੇਜ ਜ਼ਰੂਰ ਦੋ ਕਿਸ ਤਰੀਕੇ ਨਾਲ ਕੋਈ ਟੈਸਟ ਹੁੰਦਾ ਆ ਪੀਪਰ ਦੇਣਾ ਪੈਂਦਾ ਆ ਜਾਂ ਕੋਈ ਏਜੰਟ ਹਾਇਰ ਕਰਨਾ ਪੈਂਦਾ ਕੀ ਸਿਸਟਮ ਹੁੰਦਾ ਵੀ ਬੰਦਾ ਮਰਚੈਂਟ ਨੇ ਵਿੱਚ ਆਉਂਦਾ ਹਾਂਜੀ ਹਾਂਜੀ ਤੇ ਇਹਦੀ ਮੈਂ ਵੀਡੀਓ ਬਣਾਈ ਹੋਈ ਹੈ ਕ YouTube ਤੇ ਸਾਰੀਆਂ ਪੰਜਾਬੀ ਜਾਣ ਚੰਗੀ ਤਰ੍ਹਾਂ ਮੈਂ ਦੱਸਿਆ ਹੋਇਆ ਉਹਦੇ ਬਾਰੇ ਤੇ ਬਾਕੀ ਮੈਂ ਦੱਸ ਵੀ ਇਹਦਾ ਵੀ ਇੱਕ ਤਾਂ ਜੇ 10ਵੀਂ ਤੋਂ ਬਾਅਦ ਹੀ ਤੁਹਾਨੂੰ ਡਿਸੀਜਨ ਲੈਣਾ ਪੈਂਦਾ ਠੀਕ ਹੈ ਤੁਸੀਂ ਆਪਣਾ ਆਫੀਸਰ ਲੈਣ ਚ ਜਾਣਾ ਜਾਂ ਇੰਜੀਨੀਅਰ ਲੈਣ ਚ ਜਾਣਾ ਓਕੇ ਠੀਕ ਹੈ ਨੋਰਮਲ ਮੈਡੀਕਲ ਕਰੋ ਆਪਣਾ ਫਿਜ਼ਿਕਸ ਕੈਮਿਸਟਰੀ ਮੈਥ ਲਓ ਹਾਂ ਠੀਕ ਹੈ ਆਪਣੇ ਮਿਨੀਮਮ 60% ਲਓ ਠੀਕ ਹੈ ਤੇ ਉਹ ਤੋਂ ਬਾਅਦ ਜੇ ਤਾਂ ਤੁਸੀਂ ਆਫਸਰ ਲੈਣ ਚ ਜਾਣਾ ਹਾਂ ਤੇ ਫਿਰ ਡੀਐਨਐਸ ਕੋਰਸ ਹੁੰਦਾ ਇੱਕ ਤੇ ਇੱਕ ਬੀਐਸਸੀ ਨੌਟਿਕਲ ਹੁੰਦਾ ਤੇ ਸੁਜੈਸਟ ਕਰੂੰਗਾ ਡੀਐਨਐਸ ਕੋਰਸ ਕਰੋ ਸਾਲ ਦਾ ਹੀ ਹੁੰਦਾ ਹੈ ਤੇ ਉਹ ਤੋਂ ਪਹਿਲਾਂ ਤੁਹਾਨੂੰ ਇੱਕ ਆਈਐਮਯੂ ਸੀਟੀ ਦਾ ਐਗਜ਼ਾਮ ਹੁੰਦਾ ਜਿਵੇਂ ਆਪਾਂ ਨਾਰਮਲ ਐਂਟਰਸ ਐਗਜ਼ਾਮ ਦਿੰਦੇ ਹਾਂ ਨਾ ਕਿਸੇ ਵੀ ਆਪਾਂ ਕੋਰਸ ਵੇਰ ਕਰਨਾ ਉਹ ਵੀ ਇਹ ਜੀ ਆਮ ਕੋਮਨ ਐਂਟਰਸ ਐਗਜ਼ਾਮ ਹੁੰਦੇ ਨੇ ਤੇ ਉਹ ਦਿਓ ਆਪਣਾ ਠੀਕ ਹੈ ਨਾਲ ਆਪਣੇ ਕਿਸੇ ਕੰਪਨੀ ਸ਼ਿਪਿੰਗ ਕੰਪਨੀ ਸਪਾਂਸਰਸ਼ਿਪ ਲੈ ਲਓ ਉਹ ਤੋਂ ਬਾਅਦ ਆਪਣਾ ਡੀਐਨਐਸ ਕੋਰਸ ਕਰੋ ਸਾਲ ਦਾ ਹੁੰਦਾ ਸਾਲ ਆਪਣੀ ਪੜ੍ਹਾਈ ਕਰੋ ਤੁਹਾਨੂੰ ਸਾਰਾ ਕੁਝ ਸਿਖਾਉਣਗੇ ਸਾਰਾ ਕੁਝ ਪੜ੍ਹਾਉਣਗੇ ਵਿਸ਼ੇ ਪਚਾਹ ਹੁੰਦਾ ਆਹ ਕੁਝ ਕਰਨਾ ਤੁਹਾਡਾ ਆ ਕੰਮ ਆ ਠੀਕ ਆ ਉਹ ਸਮਝਾਉਣਗੇ ਤੇ ਫਿਰ ਉਹ ਤੋਂ ਬਾਅਦ ਆ ਗਈ ਇੰਜੀਨੀਅਰ ਲੈਣ ਹੂੰ ਤੇ 12ਵੀਂ ਤੋਂ ਬਾਅਦ ਆਪਣਾ ਮਕੈਨਿਕਲ ਇੰਜੀਨੀਅਰ ਕਰ ਲਓ ਡਿਗਰੀ ਕਰ ਲਓ ਜਾਂ ਇਲੈਕਟ੍ਰੀਕਲ ਇੰਜੀਨੀਅਰ ਕਰ ਲਓ ਜਿਵੇਂ ਮੈਂ ਇਲੈਕਟ੍ਰੀਕਲ ਕਰੀ ਹੋਈ ਸੀਗੀ ਠੀਕ ਹੈ ਤੇ ਉਹ ਤੋਂ ਬਾਅਦ ਜੇ ਮਕੈਨਿਕਲ ਸਾਈਡ ਜਾਣਾ ਮਸ਼ੀਨਰੀਆਂ ਦਾ ਸ਼ੌਂਕ ਆ ਤੇ ਫਿਰ ਜੀਐਮਈ ਕੋਰਸ ਹੁੰਦਾ ਉਹ ਕਰ ਲਓ ਇੱਕ ਦੋ ਇੰਸਟੀਟਿਊਟ ਹੈਗੇ ਨੇ ਉਹ ਵਧੀਆ ਨੇ ਐ ਨਹੀਂ ਹੈਗਾ ਤੁਸੀਂ ਉਹੀ ਕਿਸੇ ਚ ਵੀ ਚਲੇ ਜਾਓ ਤੇ ਵਧੀਆ ਇੰ ਕਿਉਂਕਿ ਉਹ ਵਧੀਆ ਕੰਪਨੀ ਚ ਭੇਜਣਗੇ ਉਹ ਨਹੀਂ ਫਿਰ ਕਈ ਐ ਹੁੰਦੇ ਨੇ ਹਾਂ ਵੀ ਆ ਤੁਸੀਂ ਤੁਹਾਨੂੰ ਕੋਰਸ ਕਰਾ ਲਿਆ ਆਪਣਾ ਫਿਰ ਏਜੰਟ ਲੱਭੋ ਹਣਾ ਫਿਰ ਧੱਕੇ ਖਾਂਦੇ ਨੇ ਬੰਦੇ ਫਿਰ ਫਰਾਡ ਵੀ ਹੁੰਦਾ ਆ ਹਣਾ ਪੈਸੇ ਵੀ ਡੁੱਬੇ ਜਾਂਦੇ ਨੇ ਅੱਛਾ ਇਹਦਾ ਵੀ ਹੋ ਜਾਂਦਾ ਹਾਂ ਬਾਧੂ ਬਹੁਤ ਹੁੰਦੇ ਨੇ ਅੱਛਾ ਤੇ ਫਿਰ ਜਾਂ ਇਲੈਕਟ੍ਰੀਕਲ ਸਾਈਡ ਆ ਤਾਂ ਈਟੀਓ ਦਾ ਕੋਰਸ ਹੁੰਦਾ 4 ਮਹੀਨੇ ਦਾ ਹੁੰਦਾ ਠੀਕ ਹੈ ਈਟੀਓ ਦੀ ਫੁੱਲ ਫਾਰਮ ਕੀ ਹੁੰਦੀ ਹੈ ਵੇ ਇਲੈਕਟ੍ਰੋ ਟੈਕਨੀਕਲ ਆਫੀਸਰ ਅੱਛਾ ਹਾਂ ਇਲੈਕਟ੍ਰੀਕਲ ਆਫੀਸਰ ਕਹਿੰਦੇ ਨੇ ਛਿਪ ਤੇ ਜਿੰਨਾ ਵੀ ਇਲੈਕਟ੍ਰੀਕਲ ਦਾ ਮੈਂ ਛਿਪ ਤੇ ਉਹ ਠੀਕ ਹੈ ਕੋਈ ਫਾਲਟ ਮੈਨ ਦਾ ਇਲੈਕਟ੍ਰੀਕਲ ਕੋਈ ਟ੍ਰੈਬਲ ਸ਼ੂਟ ਕਰਨਾ ਉਹ ਸਾਰਾ ਕੁਝ ਮੈਂ ਦੇਖੀ ਈਟੀ ਅਫਸਰ ਫਿਰ ਇੱਕੋ ਹੀ ਹੁੰਦਾ ਹੈ ਸ਼ਿਪ ਤੇ ਇੱਕੋ ਹੀ ਹੁੰਦਾ ਸ਼ਿਪ ਤੇ ਉਹ ਤੁਸੀਂ ਹੁੰਦੇ ਤੇ ਮੈਂ ਇਕੱਲਾ ਹੀ ਬੰਦਾ ਹੈ ਜਿਹੜਾ ਸ਼ਿਪ ਤੇ ਸਾਰੇ ਪਾਸੇ ਘੁੰਮਦਾ ਮੇਰਾ ਡੈਕ ਵਾਲਾ ਡੈਕ ਤੇ ਰਹੂਗਾ ਇੰਜੀਨੀਅਰ ਹੈ ਇੰਜੀਨੀਅਰ ਸਾਈਟ ਤੇ ਰਹੂਗਾ ਹਾਂ ਠੀਕ ਹੈ ਮੈਂ ਕਿਉਂਕਿ ਬਿਜਲੀ ਸਾਰੇ ਕਿਤੇ ਹੈ ਸ਼ਿਪ ਤੇ ਹਾਂ ਸਾਰੇ ਕਿਤੇ ਕਿਨਾਰੇ ਸ਼ਿਪ ਤੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਉੱਪਰ ਤੋਂ ਲੈ ਕੇ ਸਿਖਰ ਤੋਂ ਲੈ ਕੇ ਜਿੱਥੇ ਕੋਈ ਵੀ ਨਹੀਂ ਜਾਂਦਾ ਉਹ ਮੈਂ ਵੀਡੀਓ ਬਣਾਈ ਹੋਈ ਹੈ ਇੱਕ ਤੇ ਉਹ ਸਿਖਰ ਤੋਂ ਲੈ ਕੇ ਸ਼ਿਪ ਦੇ ਜਮੇ ਥ सारे सारे <laughs> अच्छा ओथे ਵੀ ਤੁਸੀਂ ਜਾਂਦੇ ਮੈਂ ਕੱਲਾ ਬੰਦਾ ਜਿਹੜਾ ਸਾਰੇ ਕਿਤੇ ਸਾਰਿਆਂ ਦਾ ਬਣਾਉਣੀ ਪੈਂਦੀ ਆ ਮੈਨੂੰ ਠੀਕ ਹੈ ਤੇ ਅੱਛਾ ਸਾਰੇ ਕਿਤੇ ਦੇਖਣਾ ਪੈਂਦਾ ਹੈ ਕਿ ਸਾਰੇ ਕਿਤੇ ਘੁੰਮਦਾ ਤੇ ਫਿਰ ਹੁੰਦਾ ਜੇ ਤੁਸੀਂ ਹਨਾ ਵੀ ਆਰਟਸ ਲੈ ਲਈ ਤੁਹਾਨੂੰ ਪਤਾ ਨਹੀਂ ਸੀਗਾ ਕਮਰਸ ਲੈ ਲਈ ਹੂੰ ਤੇ ਉਸ ਤੋਂ ਬਾਅਦ ਹੁੰਦਾ ਜੀਪੀ ਰੇਟਿੰਗ ਕੋਰਸ ਹੂੰ ਉਹਦੇ 'ਚ ਸਭ ਤੋਂ ਜ਼ਿਆਦਾ ਫਰੋਡ ਹੁੰਦਾ ਆਪਣੇ ਅੱਛਾ ਤੇ ਉਹ 'ਚ ਕੀ ਹੁੰਦਾ ਆ ਵੀ ਇੰਸਟੀਟਿਊਟ ਬਹੁਤ ਖੋਲੇ ਹੋਏ ਨੇ ਠੀਕ ਹੈ ਤੇ ਉਹ ਕੀ ਕਰਦੇ ਨੇ ਤੁਹਾਨੂੰ ਕੋਰਸ ਕਰਾਣਗੇ ਬਾਅਦ 'ਚ ਤੁਹਾਨੂੰ ਕਹਿਣਗੇ ਹਾਂ ਇਹ ਆਪਣੇ ਹਿਸਾਬ ਨਾਲ ਲੱਭੋ ਏਜੰਟ ਲੱਭੋ ਹਨਾ ਛਿੱਪ ਲੱਭੋ ਉਸ ਹੱਬ ਨਾਲ ਤੇ ਏਜੰਟ ਫੇਰ ਫਰਾਡ ਕਰਦਾ ਆ ਜਾ ਵੜਾ ਫਾਇਦਾ ਚੱਕੂਗਾ ਹਾਂ ਯਾਰ ਹੁਣ ਨਹੀਂ ਬੰਦ ਰਿਹਾ ਹੈਗਾ ਹਨਾ ਲੱਖ ਡੇਢ ਲੱਖ ਲੈ ਗਿਆ ਯਾਰ ਬਣੀ ਨਹੀਂ ਹੈ ਗੱਲ ਤੇ ਫੇਰ ਫੇਰ ਕਹੂਗਾ ਹਾਂ ਹੋਰ ਦੇ ਤੇ ਜਾਂ ਫੇਰ ਕੋਈ ਛੋਟੀ ਛਿੱਪ ਚ ਭੇਜ ਦੂਗਾ ਉਹ ਟੈਗ ਬੋਰਡ ਹੀ ਹੁੰਦੇ ਜਿਹੜੇ ਹਨਾ ਉੱਥੇ ਚਲੇ ਜਾਓ ਤੇ ਉੱਥੇ ਨਾ ਕੋਈ ਪੈਸਾ ਨਾ ਕੋਈ ਹੋਰ ਫੇਰ ਤੁਸੀਂ ਦੁਖੀ ਹੋ ਜਾਓਗੇ ਤੇ ਫੇਰ ਹੁੰਦਾ ਆ ਤੇ ਆਪਣਾ ਇਹਦਾ ਵਧੀਆ ਇੰਸਟੀਚਿਊਟ ਹੈ ਉਹ ਤਾਂ ਨੂੰ ਵਧੀਆ ਕੰਪਨੀ ਭੇਜਣਗੇ ਉਹਨੂੰ ਕੋਰਸ ਵੀ ਵਧੀਆ ਕਰਾਉਣਗੇ ਕੰਪਨੀਆਂ ਤੁਹਾਡੇ ਕੋਲ ਆਣਗੀਆਂ ਤੇ ਉਹਨੂੰ ਲੈ ਕੇ ਜਾਣਗੀਆਂ ਹੂੰ ਤੇ ਇੱਕ ਇਹਦੇ 'ਚ ਆਪਣੇ ਪੰਜਾਬੀਆਂ ਦਾ ਬਹੁਤ ੱੱਕਾ ਹੁੰਦਾ ਹੈ ਉਹ ਕਿਵੇਂ ਉਹ ਕੀ ਕਰਦੇ ਨੇ ਜਿਵੇਂ ਹਨਾ ਰਾਜਸਥਾਨ ਵਗੈਰਾ ਗੁਰਗਾਓ ਦਿੱਲੀ ਇੰਸਟੀਚਿਊਟ ਬਹੁਤ ਖੁੱਲੇ ਹੋਏ ਨੇ ਹੂੰ ਉਹ ਕੀ ਕਰਦੇ ਨੇ ਆਪਣੇ ਮੁੰਡਿਆਂ ਨੂੰ ਫੋਨ ਕਰਨਗੇ ਵੀ ਤੁਹਾਡੇ ਨਾ ਪੇਪਰ ਦੇ ਹਿਸਾਬ ਨਾਲ ਤੁਹਾਡੇ ਮਾਰਕਸ ਦੇ ਹਿਸਾਬ ਨਾਲ ਤੁਹਾਨੂੰ ਅਸੀਂ ਸਿਲੈਕਟ ਕਰ ਰਹੇ ਆ ਨੀ ਵੀਚ ਹਨਾ ਤੇ ਉਹ ਗਏ ਉਹ ਖੁਸ਼ ਹੋ ਜਾਂਦੇ ਹਾਂ ਯਾਰ ਬੰਦੇ ਮੰਦਾ ਪੁੱਠੀਆ ਛਾਲਾ ਮਾਰੇ ਹਾਂ ਹਾਂ ਮੈਨੂੰ ਮੈ ਸਿਲੈਕਟ ਹੋ ਗਿਆ ਸਿਲੈਕਟ ਹੋ ਗਿਆ ਕਰਦੇ ਨੇ ਹਾਂ ਵੀ ਯਾਰ ਨੀ ਵੀ ਸਿਲੈਕਟ ਕਰ ਲਿਆ ਮੈਨੂੰ ਫੋਨ ਆਇਆ ਬਿਲਕੁਲ ਹੈਨਾ ਤੇ ਫਿਰ ਜਦੋਂ ਬਾਅਦ ਚੋ ਜਾਂਦਾਇਆ ਉਹ ਹੈਨਾ ਪਹਿਲਾਂ ਜਦੋਂ ਪੈਸੇ ਮੰਗਦੇ ਨੇ ਇਹ ਤਾਂ ਕਈ ਵਾਰ ਮੈਨੂੰ ਮੈਸੇਜ ਕਰਦੇ ਨੇ ਬਾਈ ਐਵੇਂ ਮੈਨੂੰ ਉਹ ਮੈ ਫੋਨ ਆਇਆ ਵੀ ਪੈਸੇ ਮੰਗਦੇ ਨੇ ਫਿਰ ਮੈਂ ਪੁੱਛਦਾ ਇੰਸਟੀਚਿਊਟ ਕਿਹੜਾ ਆ ਕਿਉਂਕਿ ਇਹਦੇ ਚ ਇੰਨੀ ਭੀੜ ਆ ਨਾ ਇਹ ਕੋਈ ਨਹੀਂ ਫੋਨ ਕਰਦਾ ਹੈਗਾ ਇਸ ਇੰਡਸਟਰੀ ਆ ਕਿਉਂਕਿ ਸਾਊਥ ਵਾਲੇ ਇੰਨੀ ਭੀੜ ਆ ਗੁਜਰਾਤ ਵਾਲੇ ਉਹਨਾਂ ਨੂੰ ਪਤਾ ਹੈ ਇਹ ਤੇ ਆਪਾਂ ਨੂੰ ਘੱਟ ਪਤਾ ਹੈ ਤੇ ਐ ਕੋਈ ਫੋਨ ਕਰਕੇ ਨਹੀਂ ਬੁਲਾਉਂਦਾ ਹੁੰਦਾ ਠੀਕ ਹੈ ਜੇ ਬੁਲਾ ਰਿਹਾ ਸਮਝ ਲਓ ਕੋਈ ਤੱਕਾ ਹੀ ਕਰ ਰਿਹਾ ਹਾਂ ਤੇ ਉਹ ਜਾਣਗੇ ਹਨ ਤੇ ਉਹਨੂੰ ਕੋਰਸ ਕਰਾਣਗੇ ਬਾਅਦੋ ਫਿਰ ਨਾ ਤਾਂ ਉਹਨੂੰ ਛਿੱਪ ਮਿਲਦੀ ਹੈ ਨਾ ਕੰਪਨੀ ਕੋਈ ਲੈ ਕੇ ਜਾਂਦੀ ਹੈ ਹਾਂ ਫਿਰ ਮੈਸੇਜ ਕਰੀ ਜਾਣਗੇ ਇੱਧਰ ਉਧਰ ਹਾਂ ਜੇ ਕੋਈ ਏਜੰਟ ਲੱਭ ਜੇ ਹਨ ਫਿਰ ਬੰਬੇ ਜਾਣਗੇ ਕੰਪਨੀਆਂ ਜੇ ਤੱਕੇ ਖਾਣਗੇ ਵੀ ਕੋਈ ਨਾ ਮਾੜੇ ਮੋٹے ਕੁਝ ਮਿਲ ਜੇ ਉਹਨਾਂ ਕਿਉਂਕਿ 150 ਲੱਖ ਲਾਇਆ ਉਹਨਾਂ ਨੇ ਲਾਇਆ ਘਰੋਂ ਵੀ ਆਸਾਂ ਹੁੰਦੀਆਂ ਕਿਉਂਕਿ ਆਂਗਵਾਨ ਚ ਹੁੰਦਾ ਹੈ ਮੁੰਡਾ ਦੇ ਵਿੱਚ ਗਿਆ ਹੋਇਆ ਹੈਣਾ ਕੋਰਸ ਕਰਨ ਗਿਆ ਵਿੱਚ ਪਤਾ ਗਿਆ ਹੀ ਨਹੀਂ ਹੈਗਾ ਹਾਲ ਤੱਕ 2 ਸਾਲ ਹੋ ਗਏ 3 ਸਾਲ ਹੋ ਗਏ ਤੇ ਇਹ ਫਰੌਡ ਵੀ ਬਹੁਤ ਹੁੰਦੇ ਆ ਯਾਨੀ ਜਿਹੜੇ ਤੁਸੀਂ ਕਹਿੰਦੇ ਵੀ ਬੰਦਾ ਜਾਵੇ ਇਸ ਖੇਤਰ ਵੱਲ ਆਵੇ ਪੈਸਾ ਹੈਗਾ ਆ ਪਰ ਚੰਗੇ ਇੰਸਟੀਚੂਟਾਂ ਦੇ ਵਿੱਚ ਜਾ ਕੇ ਆਪਣੀ ਸਿਲੈਕਸ਼ਨ ਕਰਾਓ ਵੀ ਚੰਗੀ ਤੁਹਾਨੂੰ ਸ਼ਿਪ ਮਿਲ ਜਾਨੀ ਅਕੀ ਕੰਪਨੀ ਜਿਹੜੀ ਚੰਗੀ ਮਿਲੇ ਹਾਂ ਹੂੰ ਕੋਈ ਜਿਵੇਂ ਕਈ ਕੰਪਨੀਆਂ ਐਸੀਆਂ ਨੇ ਭਾਈ ਵੀ ਪੈਸੇ ਲੈ ਲੈਂਦੇ ਨੇ ਮੁੜ ਕੇ ਕੋਈ ਉਹ ਫਰਾਡ ਵਾਲਾ ਕੰਮ ਵੀ ਹੋ ਜਾਂਦਾ ਕੁਝ ਇਸ ਤਰ੍ਹਾਂ ਕੇ ਦਾ ਸਿਸਟਮ ਜਿਵੇਂ ਕਈ ਕਈ ਐ ਹੁੰਦੇ ਨੇ ਹੁਣ ਏਜੰਟ ਨਾਲ ਭੇਜਿੰਦਾ ਸ਼ਿਪ ਚ ਹੂੰ ਦੇ ਉਹ ਕੀ ਕਰਦੇ ਨੇ ਹਾਂ ਵੀ ਪੂਰਾ ਕੰਮ ਕਰਾਉਣਗੇ ਨਾ ਦੋ ਦੋ ਤਿੰਨ ਤਿੰਨ ਦਿਨ ਮਹੀਨੇ ਹੂੰ ਤੇ ਪੈਸੇ ਵੀ ਨਹੀਂ ਦਿੰਦੇ ਹੈਗੇ ਫੇਰ ਬੰਦਾ ਨਾ ਇੱਧਰ ਜਾਣ ਜੋਗਾ ਨਾ ਉੱਧਰ ਜਾ ਕੇ ਸ਼ਿਪ ਚ ਤੂੰ ਜੀ ਫਸੇ ਹੋ ਦੋ ਤਿੰਨ ਮਹੀਨੇ ਕੰਮ ਵੀ ਕਰਾ ਲੈ ਤੇ ਪੈਸੇ ਵੀ ਹਾਂ ਪੈਸੇ ਵੀ ਦਿੱਤੇ ਫੇਰ ਦੁਖੀ ਹੋ ਜਾਂਦਾ ਤੇ ਫੇਰ ਉਹਨੂੰ ਕਹਿੰਦੇ ਹਾਂ ਵੀ ਕੋਈ ਨਹੀਂ ਦੇ ਦਾਂਗੇ ਦੇ ਦਾਂਗੇ ਹਾਂ ਤੇ ਫਰੋਡਿੰਦ ਨਹੀਂ ਹੈ ਫਿਰ ਹਾਰ ਕੇ ਜੋ ਛੁੱਟੀ ਮਿਲਦੀ ਹੈ ਘਰੇ ਆ ਜਾਂਦਾ ਐਵੇਂ ਇਹ ਕਿਸੇ ਨੂੰ ਕੁਝ ਕਹਿਣ ਜੋਗਾ ਹੀ ਨਹੀਂ ਹੈਗਾ ਹਾਂ ਇਹ ਵੀ ਫਰੋਡ ਹੁੰਦਾ ਅੱਛਾ ਜੀ ਮੈਂ ਬਈ ਕਿਉਂਕਿ ਇਹ ਕਈ ਐਵੇਂ ਮੈਂ ਸੁਣਦਾ ਹਾਂ ਨਾ SHIP ਤੇ ਜਾਂਦਾ ਹਾਂ ਉਧਰ ਉਧਰ ਗੱਲਾਂ ਸੁਣਦੇ ਆ ਹੂੰ ਇੱਕ ਸ਼੍ਰੀਲੰਕਾ ਜੀ ਇੱਕ SHIP ਫਸੀ ਹੋਈ ਸੀ ਕਿਸੇ 1200 ਦਾ ਉਹ SHIP ਤੇ ਸੀਗਾ ਮੇਰੇ SHIP ਤੇ ਬੰਦਾ ਸੀ ਉਹਦਾ ਯਾਰ ਦੋਸਤ ਉਹ SHIP ਤੇ ਸੀਗਾ 1.5 ਸਾਲ ਹੋ ਗਏ ਉਹ SHIP ਉੱਥੇ ਖੜੀ ਆ ਕਿਉਂਕਿ ਉਹਨਾਂ ਬੰਦਿਆਂ ਨੂੰ ਪੈਸੇ ਨਹੀਂ ਮਿਲੇ ਹੈਗੇ ਹਜੇ ਵੀ ਹਾਂ ਉਹ ਉੱਥੇ ਹੀ ਖੜੇ ਨੇ ਤੇ ਉਹਨਾਂ ਨੂੰ ਪੈਸੇ ਨਹੀਂ ਮਿਲੇ ਹੈਗੇ ਤੇ ਉਹ ਘਰੇ ਕਿਉਂ ਨਹੀਂ ਜਾ ਰਹੇ ਹੈਗੇ ਵੀ ਪੈਸੇ ਲੈ ਕੇ ਜਾਵਾਂਗੇ ਕੋਈ ਕਿਵੇਂ ਆਏ ਹੁੰਦੇ ਵੀ ਘਰੋਂ ਤੰਗ ਹੁੰਦਾ ਹਨਾ ਇਧਰ ਉਧਰ ਕਰਜ਼ਾ ਲੈ ਕੇ ਕੋਰਸ ਕਰਕੇ ਉੱਥੇ ਜਾਏ ਹੁੰਦਾ ਏਜੰਟ ਨੂੰ ਪੈਸੇ ਦਿੱਤੇ ਹੁੰਦੇ ਨੇ ਅਗਲਾ ਤਾਂ ਇਹ ਹੀ ਸੋਚ ਕੇ ਆਉਂਦਾ ਵੀ ਬਈ ਪੈਸੇ ਮਿਲਦੇ ਨੇ ਵਧੀਆ ਪੈਸੇ ਨੇ ਵੀ ਵਧੀਆ ਚਲ ਘਰ ਪਰਿਵਾਰ ਨੂੰ ਸੈੱਟ ਕਰ ਲਾਂਗੇ ਆਪਾਂ ਹਾਂ ਹਾਂ ਪਰ ਜਿਹਨੂੰ ਇਨਕਮ ਹੀ ਨਹੀਂ ਮਿਲੀ ਤੇ ਕੰਮ ਇੰਨਾ ਕਰਾ ਲਿਆ ਹੁਣ ਉਹਨੇ ਘਰੇ ਵਿਚਾਰੇ ਨੀ ਕੀ ਜਾਣਾ ਕੀ ਕਿਹੜੇ ਮੂੰਹ ਨਾ ਜਾਵੇ ਕਿਹੜੇ ਮੂੰਹ ਨਾ ਜਾਵੇ ਹੁਣ ਮੇਰੇ ਨਾਲ ਇੱਕ ਸ਼ਿਪ ਤੇ ਜਾਰਜੀਅਨ ਈਟੀਓ ਆਇਆ ਸੀਗਾ ਅੱਛਾ ਜਿਹਨੇ ਮੇਰੀ ਜਗ੍ਹਾ ਆਣਾ ਸੀਗਾ ਮੈਂ अच्छा ते ओने मेनू कहानी सुनाई थी एक कहंदा मैं थोड़े कुछ साल पहले ना मैं एक शिप ਤੇ ਗਿਆ ਤੇ ਉਥੇ शिप ਦੇ ਕਰੂ ਸੀ ਆ ਉਹਨੂੰ ਪੈਸੇ ਨਹੀਂ ਮਿਲੇ ਦੋ ਤਿੰਨ ਮਹੀਨੇ ਹੋ ਗਏ ਹਮ ਤੇ ਉਹ ਬੰਦਾ ਸੀ ਉਹਨੇ ਕਰਜੇ ਤੇ ਉਹ ਲਿਆ ਕਰ ਲਿਆ ਵਧੀਆ ਕਿਸ਼ਤਾ ਜਾਂਦੀ ਹੈ ਹਰ ਇੱਕ ਮਹੀਨੇ ਹਮ ਠੀਕ ਹੈ ਹੁਣ ਅਗਲਾ ਬੰਦਾ ਆਇਆ ਅਗਲੇ ਨੇ ਇੱਕ ਪਲੈਨਿੰਗ ਹੁੰਦੀ ਆ ਵੀ ਇੰਨੇ ਮਹੀਨੇ ਦੀ ਕਿਸ਼ਤਾ ਇੰਨੇ ਮਹੀਨੇ ਮੈਂ ਸ਼ਿਪ ਤੇ ਰਹਿਣਾ ਵੀ ਤਾਰ ਦੂੰਗਾ ਤੇ ਉਹ ਦੋ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਉਹਨੂੰ ਤਨਖਾਹ ਨਹੀਂ ਮਿਲੀ ਹੈਗੀ ਹਮ ਤੇ ਕੈਪਟਨ ਨੂੰ ਪਤਾ ਸੀਗਾ ਕਿਉਂਕਿ ਪਿੱਛੋ ਜਿਹੜਾ ਜਿਹੜੀ ਸ਼ਿਪ ਦੀ ਓਨਰ ਸੀਗੀ ਇਹ ਉਹਨੇ ਉਹਦੀ ਬੈਂਕ ਉਹ ਫਰਾਡ ਹੋਇਆ ਪਿਆ ਸੀ ਉਹ ਬੈਂਕਰਪਟ ਹੋਇਆ ਪਿਆ ਸੀ ਅੱਛਾ ਠੀਕ ਹੈ ਪੈਸੇ ਉਹਦੇ ਕੋਲ ਹੈ ਨਹੀਂ ਸੀਗੇ ਕੈਪਟਨ ਨੂੰ ਪਤਾ ਸੀ ਇਹ ਤੇ ਉਹ ਕੀ ਹੋਇਆ ਚੱਲ ਉਹ ਹੈਗਾ ਜੀ ਬੰਦਾ ਤਗੜਾ ਹਨਾ ਉਹ ਦੁਖੀ ਹੋ ਜਾਂਦਾ ਨਹੀਂ ਉਹ ਜਿਹੜਾ ਬੰਦਾ ਜਿਹੜਾ ਈਟੀਓ ਆਇਆ ਸੀ ਨਾ ਮੇਰੇ ਅੱਛਾ 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 ਉਹ ਤਗੜਾ ਸੀਗਾ ਉਹ ਫਿਰ ਸਾਈਕੋ ਜਿਹਾ ਸੀਗਾ ਹਾਂ ਉਹਨੇ ਕੀਤਾ ਕਹਿੰਦਾ ਮੈਂ ਫੋਨ ਕਰਨਾ ਹੈ ਹਨਾ ਤੇ ਉਹ ਸੈਟਲਾਈਟ ਫੋਨ ਨਾਲ ਤੇ ਕਿਉਂਕਿ ਇਹ ਸ਼ਿਪ ਤੇ ਇੰਟਰਨੈਟ ਹੈ ਹੀ ਨਹੀਂ ਸੀ ਉੱਤੇ ਉਹ ਕਹਿੰਦਾ ਸੈਟਲਾਈਟ ਫੋਨ ਦਾ ਮੈਂ ਫੋਨ ਕਰਨਾ ਪੁੱਛਣਾ ਹਾਂ ਵੀ ਕਿਉਂ ਨਹੀਂ ਮੇਰੇ ਪੈਸੇ ਆ ਰਹੇ ਹੈਗੇ ਤਨਖਾਹ ਕਿਉਂ ਨਹੀਂ ਆ ਰਹੀ ਸਾਡੀ ਤੇ ਉਹਨੇ ਕਰਨ ਦਿੱਤਾ ਹੈ ਕੈਪਟਨ ਨੇ ਠੀਕ ਹੈ ਚੱਲ ਇੱਕ ਵਾਰ ਮਨਾ ਕਰਤਾ ਫੇ ਦੁਬਾਰਾ ਫੇਰ ਗਿਆ ਉਹ ਹਫਤੇ ਦਾ ਦਿਨ ਬਾਅਦ ਤੇ ਕਹਿੰਦਾ ਮੈਂ ਤਾਂ ਹੁਣ ਫੋਨ ਕਰਨਾ ਜੋ ਮਰਜ਼ੀ ਕਰ ਲੈ ਉਹ ਆਪਣੇ ਡੱਬ ਵਿੱਚ ਚਾਕੂ ਲਿਆ ਅੱਛਾ ਕੈਪਟਨ ਨੇ ਇੱਥੇ ਰੱਖ ਲਿਆ ਤੇ ਕਹਿੰਦਾ ਜਾਂ ਤਾਂ ਮੈਨੂੰ ਫੋਨ ਕਰ ਜਾਂ ਫਿਰ ਤੂੰ ਗਿਆ ਕੈਪਟਨ ਨੂੰ ਕਹਿੰਦਾ ਹਾਂ ਤੇ ਕੈਪਟਨ ਨੇ ਡਰ ਦੇ ਮਾਰੇ ਹਾਂ ਵੀ ਫੋਨ ਫੜਾਇਆ ਤੇ ਉਹਨੇ ਕੀਤਾ ਆਲੇ ਦਲੇ ਜਿੰਨੇ ਵੀ ਸੀ ਨਾ ਇਰੇ ਅਥਾਰਟੀ ਹੁੰਦੀਆਂ ਨੇ ਪੁਲਿਸ ਵਾਲੇ ਹੁੰਦੇ ਨੇ ਹਨਾ ਤੇ ਉਹਨਾਂ ਸਾਰਿਆਂ ਨੂੰ ਫੋਨ ਕਰਤਾ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ ਤੇ ਉਹਨਾਂ ਉਹ ਬਹੁਤ ਤਗੜੇ ਨੇ ਇਹ ਕੰਮ 'ਚ ਰੂਲ ਦੇ ਬਹੁਤ ਤਗੜੇ ਨੇ ਕਿਉਂਕਿ ਜੇ ਇੱਕ ਰੂ ਨੂੰ ਪੈਸੇ ਨਹੀਂ ਮਿਲਦੇ ਉਹਨਾਂ ਨੂੰ ਫੈਸਿਲਿਟੀ ਨਹੀਂ ਮਿਲ ਰਹੀ ਹੈਗੀਆਂ ਉਹ ਫਿਰ ਬਹੁਤ ਤਗੜਾ ਐਕਸ਼ਨ ਲੈਂਦੇ ਨੇ ਉਹਨੇ ਫੋਨ ਕਰਤਾ ਅੱਛਾ ਸ਼ਿਪ ਤੇ ਉਹਦੀ ਵਾਲੇ ਵਾਲੀ ਆ ਗਈ ਪੁਲਿਸ ਅੱਛਾ ਹਾਂ ਤੇ ਪੂਰਾ ਘੇਰਾ ਪਾ ਲਿਆ ਉਹਨਾਂ ਨੂੰ ਹਾਂ ਵੀ ਸ਼ਿਪ ਉਹਦੀ ਉਹ ਕੰਢੇ ਤੇ ਲਗਾਈ अच्छा ਤੇ ਪੂਰੀ ਉਹ ਜਾਂਚ ਪੜਤਾਲ ਹੋਈ ਵੀ ਕੀ ਚੱਕਰ ਹੈ ਕੀ ਨਹੀਂ ਹਾਂ ਤੇ ਫਿਰ ਉਹ ਬੰਦਾ ਉਹ ਚਲੋ ਉਹ ਤਾਂ ਉੱਥੇ ਰਿਹਾ ਛਿਪ ਤੇ ਤੇ ਬਾਕੀ ਨੂੰ ਐਂ ਕਹਤਾ ਵੀ ਹਨਾ ਵੀ ਤੁਹਾਨੂੰ ਪੈਸੇ ਆ ਜਾਣਗੇ ਦੋ ਤਿੰਨ ਮਹੀਨੇ ਬਾਅਦ ਤੁਸੀਂ ਆਪਣਾ ਜਾਓ ਉਹ ਬੰਦਾ ਕਹਿੰਦਾ ਨਹੀਂ ਮੈਂ ਤਾਂ ਪੈਸੇ ਲੈ ਕੇ ਜਾਊਂਗਾ ਛਿਪ ਉੱਤੇ ਲੱਗੇ ਹੋ ਗੰਡੇ ਇਟਲੀ ਦੀ ਇੱਕ ਗੱਲ ਹੈ ਤੇ ਉਹ ਕੱਲਾ ਬੰਦਾ ਛਿਪ ਤੇ ਰਿਹਾ 6 ਮਹੀਨੇ ਕੱਲਾ ਬੰਦਾ ਕੱਲਾ ਹਾਂ ਤੇ ਛਿਪ ਦਾ ਸਾਰਾ ਤੇਲ ਮੁੱਕ ਗਿਆ ਹਨਾ ਉਹ ਵੇਚ ਦਿੰਦਾ ਤੇਲ ਵੀ ਆਵੇਂ ਉਹ ਛਿੱਪਦਾ ਗਈ ਹਨਾ ਕੈਪਚਰ ਗਈ ਹੋਈ ਕਰੀ ਹੋਈ ਆ ਉਹ ਜਿਹੜੇ ਪੋਰਟ ਤੋਂ ਆਉਂਦੇ ਸੀ ਬੰਦੇ ਉਹਨੂੰ ਤੇਲ ਦੇਦਾ ਜੋ ਵੀ ਸਪੇਡ ਪੜ ਚਾਹੀਦੀ ਸੀ ਉਹ ਦੇਦੇ ਉਹ ਤੋਂ ਪੈਸੇ ਕਮਾਈ ਗਿਆ ਕੱਲਈ ਆ ਕੱਲਈ ਤੇ ਤੇ ਉਹਦੀ ਜਾਣ ਪਛਾਣ ਇੰਨੀ ਵੱਧ ਗਈ ਹਨਾ ਜਿਹੜੇ ਨਾਲ ਦੇ ਉਹ ਪੋਰਟ ਵਾਲੇ ਬੰਦੇ ਤੇ ਉਹਨਾਂ ਘੁੰਮਣ ਜਾਇਆ ਕਰੇ ਹਨਾ ਪਾਰਟੀਆਂ ਛਾੜੀਆਂ ਉਹ ਕਰਿਆ ਕਰੇ ਅੱਛਾ ਤੇ ਉਹ ਕਹਿੰਦਾ ਮੈਂ 6 ਮਹੀਨੇ ਹੀ ਕੱਢੇ ਦੇਲੇ 6 ਮਹੀਨੇ ਉੱਥੇ ਰਿਹਾ ਕੱਲਈ ਹਾਂ ਤੇ ਫਿਰ ਉਸ ਤੋਂ ਬਾਅਦ ਫਿਰ ਪੈਸੇ ਮਿਲ ਗਏ ਉਹਨੂੰ ਪੈਸੇ ਮਿਲ ਗਏ ਉਹਨੇ ਉਹ 6 ਮਹੀਨੇ ਮਿਲ ਗਏ ਤੇ ਹੋਰ ਵੀ ਐਕਸਟਰਾ ਪੈਸੇ ਮਿਲ ਗਏ ਸੀ ਉਹਨੂੰ ਅਜਾ ਜਿਵੇਂ ਬਈ ਆਪਣਾ ਆਪਾ ਜਿਵੇਂ ਆਪਾਂ ਦੇਖਦੇ ਆਂ ਵੀ ਸਾਡੇ ਧਰਤੀ ਜਿਵੇਂ ਹੁਣ ਜਮੀਨ ਆ ਜਮੀਨ ਤੇ ਆਪਾਂ ਸੜਕਾਂ ਬਣਾਈਆਂ ਹੁੰਦੀਆਂ ਨੇ ਆ ਫਲਾਣਾ ਚੌਕ ਆ ਆ ਫਲਾਣਾ ਸੈਕਟਰ ਆ ਇੱਥੇ ਆ ਗਿਆ ਪਾਣੀ ਚ ਵੀ ਆਏ ਹੁੰਦਾ ਕੋਈ ਰੂਲਸ ਰੈਗੂਲੇਸ਼ਨ ਹੁੰਦੇ ਨੇ ਵੀ ਮਨ ਕੀਤਾ ਚੜ ਇਧਰ ਨੂੰ ਮੋੜ ਦੇ ਮਨ ਕੀਤਾ ਇਧਰ ਨੂੰ ਮੋੜ ਦੇ ਨਾ 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 ਬਹੁਤ ਤਕੜੇ ਰੂਲ ਹੁੰਦੇ ਨੇ ਐ ਥੋੜੀ ਹਮ ਮਾਲ ਜਾਂ ਇਧਰ ਉਧਰ ਕਰਨਾ ਵੀ ਬਹੁਤ ਦੇਖਣਾ ਪੈਂਦਾ ਹਮ ਕਿਉਂਕਿ ਪੂਰਾ ਏਰੀਆ ਬਣਿਆ ਹੁੰਦਾ ਵੀ ਇਨ ਏਰੀਆ ਚ ਜਾਣਾ ਆ ਇਨ ਏਰੀਆ ਚ ਆਉਣਾ ਆ ਹਮ ਕਿਉਂਕਿ ਸ਼ਿਪਨ ਦਾ ਤਾਂ ਉਹਦੀ ਬ੍ਰੇਕਰ ਨਾਲ ਸ਼ਿਪਦੀਆਂ ਹਾਂ ਠੀਕ ਹੈ ਥੋੜਾ ਜਿਹਾ ਵੀ ਹਲਾਇਆ ਤੇ ਸ਼ਿਪ ਉਧਰੋਂ ਵਾਪਸ ਕਰਨ ਲਈ ਵੀ ਬਹੁਤ ਟਾਈਮ ਲੱਗ ਜਾਂਦਾ ਅੱਛਾ ਤੇ ਬਾਕੀ ਇਲਾਕੇ ਹੁੰਦੇ ਨੇ ਹਨਾ ਅਲੱਗ-ਅਲੱਗ ਰੈਡ ਸੀ ਹੋ ਗਿਆ ਬਲੈਕ ਸੀ ਹੋ ਗਿਆ ਐਵੇਂ ਹੁੰਦੇ ਨੇ ਪਰ ਜਦੋਂ ਅਸੀਂ ਪੋਰਟ ਤੇ ਜਾਣਾ ਹੈ ਉਦੋਂ ਅਸੀਂ ਬਹੁਤ ਧਿਆਨ ਰੱਖਦੇ ਹਾਂ ਜਾਂ ਤੰਗ-ਤੰਗ ਇਲਾਕੇ ਆ ਹਨਾ ਜਿਹਦੇ ਆਲੇ-ਦਲੇ ਉਹ ਮਤਲਬ ਬੰਦੇ ਰਹਿੰਦੇ ਨੇ ਹਨਾ ਤੇ ਉਹ ਇਲਾਕੇ ਲੰਘਣੇ ਨਦੀਆਂ ਨੇ ਰਿਵਰ ਨੇ ਬਹੁਤ ਛੋਟੇ ਹੁੰਦੇ ਨੇ ਉੱਥੇ ਥੋੜਾ ਮਾੜਾ ਬੈਲੈਂਸ ਵਿਗੜਿਆ ਤੇ ਸ਼ਿਪ ਫਸ ਸਕਦੀ ਹੈ ਨਾ ਨਾਲ ਦੇ ਜਿਹੜਾ ਉਹ ਧਰਤੀ ਆ ਉਹਨੂੰ ਨੁਕਸਾਨ ਪਹੁੰਚ ਸਕਦਾ ਤੁਹਾਡੀ ਸ਼ਿਪ ਨੂੰ ਨੁਕਸਾਨ ਪਹੁੰਚ ਸਕਦਾ ਐਨੀ ਬੋਲਾ ਉਧਰ ਕੋਈ ਸ਼ਿਪ ਆ ਰਹੀ ਹੈ ਤੇ ਉਹਨਾਂ ਟਕਰਾਅ ਹੋ ਸਕਦਾ ਦੇ ਫਿਰ ਇਹ ਤਾਂ ਜਿਵੇਂ ਆ ਸਮਝ ਲਓ ਵੀ ਸਾਈਕਲ ਇੱਕ ਵੱਜਿਆ ਇੱਕ ਦੂਜੇ ਉਹ ਘੱਟ ਨੁਕਸਾਨ ਹੋ ਗਿਆ ਹੁਣ ਇੱਕ ਮਹਿੰਗੀ ਗੱਡੀ ਆ ਤੇ ਛੋਟੀ ਗੱਡੀ ਚ ਵੱਜੀ ਉਹ ਦੇਖ ਲਓ ਮਹਿੰਗੀ ਗੱਡੀ ਕਿੰਨਾ ਨੁਕਸਾਨ ਆ ਇਹ ਸ਼ਿਪ ਤੋਂ ਇਹ ਲੋ ਸ਼ਿਪ ਦਾ ਅਰਬਾਂ ਖਰਬਾਂ ਦੀ ਆ ਹਾਂ ਮਾੜੇ ਟੱਚ ਵੀ ਡੈਂਟ ਡੈਂਟ ਵੀ ਪੈ ਗਿਆ ਉਹਦਾ ਵੀ ਬਹੁਤ ਵੱਡਾ ਕਲੇਮ ਪੈਂਦਾ ਆ ਹਾਂ अच्छा ਤੁਸੀਂ ਜਿਵੇਂ ਦੱਸ ਰਹੇ ਸੀ ਵੀਰੇ ਬਾਹਰ ਬੈਠੇ ਆਪਾਂ ਜ਼ਿਕਰ ਵੀ ਕੀਤਾ ਕਿ ਜਿਵੇਂ ਮਾਫੀਆ ਤੋਂ ਬਚਣ ਲਈ ਤੁਹਾਡੇ ਨਾਲ ਵੀ ਹੋਇਆ ਕਿ ਤੁਸੀਂ 25 ਦਿਨ ਦਾ ਜਿਹੜਾ ਸਫਰ ਸੀ ਤੁਸੀਂ 2 ਮਹੀਨੇ ਦੇ ਵਿੱਚ ਤੈਅ ਕੀਤਾ ਉਹ ਉਹ ਕੀ ਕਹਾਣੀ ਸੀ ਕਿ ਉਹ ਵੀਰੇ ਅੱਜਕੱਲ ਨਾ ਐਕਚੁਅਲ ਹੋ ਰਹੀ ਨੇ ਅਟੈਕ ਹੋ ਰਹੇ ਨੇ ਰੈਡ ਸੀ ਅੱਛਾ ਜਿਹੜੇ ਹਾਥੀਸ ਵਗੈਰਾ ਨੇ ਨਾ ਪਹਿਲਾਂ ਵੀ ਮੈਂ ਗੱਲ ਦੱਸ ਕਿ ਵੀ ਉਹ ਸ਼ਿਪ ਤੇ ਉਹ ਅਟੈਕ ਕਿਹੜੀ ਵਾਰ ਚੱਲ ਰਹੀ ਹਾਂ ਹਾਂ ਤੇ ਉਹ ਮੈਂ ਸਾਊਥ ਕੋਰੀਆ ਤੋਂ ਜਾਣਾ ਸੀ ਇਟਲੀ ਮੈਂ ਜੁਆਇਨ ਕੀਤਾ ਸੀ ਸਾਊਥ ਕੋਰੀਆ ਤੋਂ ਅੱਛਾ ਤੇ ਉੱਥੋਂ ਜਾਣੇ ਤੇ ਇਟਲੀ ਜੇ ਨਾਰਮਲ ਆਪਾਂ ਜਾਂਦੇ ਆ ਉਹ ਰੈਡ ਸੀ ਰੋਗੇ ਤਾਂ 25 ਦਿਨਾਂ ਆ ਮਹੀਨਾ ਕੁ ਲੱਗਦਾ ਠੀਕ ਹੈ ਨਾਰਮਲ ਅੱਛਾ ਤੇ ਅਸੀਂ ਗਏ ਥੱਲੋਂ ਸਾਊਥ ਅਫਰੀਕਾ ਥੱਲੋਂ ਸਾਨੂੰ ਲੱਗੇ 2 ਮਹੀਨੇ ਕੰਮ ਕੀ ਗਏ ਡਬਲ ਪੈ ਗਿਆ ਡਬਲ ਪੈ ਗਿਆ 58 ਦਿਨ ਚ ਅਸੀਂ ਪਹੁੰਚੇ ਤੇ 58 ਦਿਨ ਸ਼ਿਪ 24 ਘੰਟੇ ਚੱਲਦੀ ਰਹੀ ਠੀਕ ਹੈ ਉਹਦੇ ਵਿੱਚ 24 ਘੰਟੇ 24 ਘੰਟੇ ਉਹਦੇ 2-3 ਦਿਨ 2-3 ਦਿਨ ਵਾਰ ਬਲੈਕਆਊਟ ਵੀ ਹੋਇਆ ਸਾਡੀ ਸ਼ਿਪ ਤੇ ਅੱਛਾ ਉਹੀ ਜਿਹੜਾ ਦੱਸਿਆ ਹਾਂ ਵੀ ਉਹ ਦਿਨਾਂ ਅਸੀਂ ਸੁੱਤੇ ਹੀ ਨਹੀਂ ਲਾਈਟ ਵੱਜ ਗਈ ਹੈਨਾ ਹਾਂ ਤੇ ਉਹ ਵੀ ਚੀਜ਼ ਹੋਈ ਸੀ ਤੇ ਐਮਪੀ ਟਾਈਮ ਕੱਢਿਆ ਘੱਟ ਨੈਟ ਨਾਲ ਇਹਦਾ ਬਈ ਜਿਵੇਂ ਤੁਸੀਂ 2 ਮਹੀਨੇ ਲਗਾਤਾਰ ਸ਼ਿਪ ਚਲਾਉਂਦੇ ਰਹੇ ਇਹਦੇ ਵਿੱਚ ਤੇਲ ਤੇਲ ਕਿੰਨਾ ਹੁੰਦਾ ਸ਼ਿਪ ਲਗਾਤਾਰ ਕਿੰਨਾ ਟਾਈਮ ਚੱਲਦੀ ਹੈ ਇਹਨਾਂ ਕਿੰਨਾ ਕੁ ਤੇਲ ਭਰਿਆ ਹੁੰਦਾ ਤੇਲ ਅਸੀਂ ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਜਾਂਦੇ ਹਾਂ ਜਿਵੇਂ ਅਸੀਂ ਆਹ ਜਗ੍ਹਾ ਤੋਂ ਇਹ ਜਗ੍ਹਾ ਜਾਣਾ ਹਾਂ ਠੀਕ ਹੈ ਸਾਡੇ ਕੋਲ ਪਹਿਲਾਂ ਤੇਲ ਕਿੰਨਾ ਪਿਆ ਸ਼ਿਪ ਤੇ ਤੇ ਅਸੀਂ ਹੋਰ ਕਿੰਨਾ ਲੈਣਾ ਤੇ ਉਹਨਾਂ ਅਸੀਂ ਭਰਾ ਲੈਨੇ ਹਾਂ ਠੀਕ ਹੈ ਪੋਰਟ ਤੋਂ ਹਾਂ ਠੀਕ ਹੈ ਪੋਰਟ ਤੋਂ ਭਰਾਲੇ ਹਾਂ ਵੀ ਉਹ ਪੂਰਾ ਫਿਰ ਕਰਦੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਫਿਰ ਉੱਥੇ ਤੱਕ ਮੈਕਸਮ ਤੇਲ ਆਪਾਂ ਕਿੰਨਾ ਕੈਰੀ ਕਰ ਸਕਦੇ ਆ ਸ਼ਿਪ ਤੇ ਡਿਪੈਂਡ ਕਰਦਾ ਸ਼ਿਪ ਕਿੰਨੀ ਵੱਡੀ ਆ ਵੱਡੀ ਆ ਠੀਕ ਆ ਉਸ ਹਿਸਾਬ ਨਾਲ ਹੁੰਦਾ ਜਿਵੇਂ ਤੁਸੀਂ ਪੂਰਾ ਕੈਰੀ ਨਹੀਂ ਕਰਦੇ ਆਗੇ ਅਸੀਂ ਅੱਛਾ ਪੂਰਾ ਗਦੇ ਵੀ ਨਹੀਂ ਫੁੱਲ ਕਦੇ ਨਹੀਂ ਹੋਇਆ ਨਾ ਤੇ ਫੁੱਲ ਆ ਹੁੰਦਾ ਜੇ ਜਿਆਦਾ ਇਹ ਲੋਡ ਹੈਗੀ ਹਾਂ ਵੀ ਇੱਥੋਂ ਸਸਤਾ ਪੈ ਰਿਹਾ ਫੁੱਲ ਕਰ ਲਓ ਜਾਂ ਕੋਈ ਜਿਹੜਾ ਉਹ ਹੁੰਦਾ ਨਾ ਕਿਰਾਏ ਤੇ ਲਈ ਹੁੰਦੀ ਹੈ ਜਿੰਨੇ ਸ਼ਿਪ ਹਮ ਤੇ ਉਹਨੂੰ ਆ ਵੀ ਮੇਰੇ 6-7 ਮਹੀਨੇ ਲਈ ਮੇਰੇ ਕੋਲੇ ਸ਼ਿਪ ਤੇ ਹਾਂ ਵੀ ਫੁੱਲ ਕਰ ਲਓ ਇੱਕ ਵਾਰ ਇੱਥੋਂ ਸਸਤਾ ਪੈ ਰਿਹਾ ਤੇਲ ਇਥੋਂ ਲੈ ਲਓ ਇਥੋਂ ਲੈ ਲਓ ਜਿਵੇਂ ਤੁਸੀਂ 25 ਦਿਨ ਦਾ ਸਫਰ ਟੋਟਲ ਆਫ ਮਨ ਲੀ ਕਿ ਟੋਟਲੀ ਵੀ ਡਬਲ ਕਰਕੇ ਤੁਸੀਂ ਤੈਅ ਕੀਤਾ ਵੀ ਉਹ ਫਿਰ ਔਨ ਦੀ ਸਪੌਟ ਤੈਅ ਕਰਦੇ ਉਹਨੇ ਵੀ ਰੂਟ ਵੀ ਚੱਲ ਹੁਣ ਇਧਰ ਨੂੰ ਪਾ ਲਾ ਵੀ ਇਹ ਤੇ ਖਤਰਾ ਹੈ ਕਿ ਤੁਸੀਂ ਪਹਿਲਾਂ ਹੀ ਪਲਾਨ ਕਰਕੇ ਚੱਲਦੇ ਹੋ ਵੀ ਆਪਾਂ ਰੂਟ ਹੀ ਉਧਰ ਹੋ ਜਾਣਾ ਪਹਿਲੀ ਪਲੈਨਿੰਗ ਹੁੰਦੀ ਹੈ ਸਾਰਾ ਕੁਝ ਅੱਛਾ ਜਿਹਦੀ ਸ਼ਿਪ ਹੈਗੀ ਆ ਜੀ ਦਾ ਕਾਰਗੋ ਹੈਗਾ ਹੈ ਹਨਾ ਤੇ ਉਹ ਪਹਿਲਾਂ ਹੀ ਦੱਸਦਾ ਵੀ ਹਾਂ ਵੀ ਇਹ ਰੂਟ ਤੋਂ ਹੋਣਾ ਤੁਸੀਂ ਤੇ ਇੰਨੀ ਸਪੀਡ ਰੱਖਣੀ ਹੈ ਸ਼ਿਪਪ ਦੀ ਠੀਕ ਹੈ ਹਾਂ ਉਹ ਵੀ ਪੂਰਾ ਡਿਸਾਈਡ ਹੁੰਦਾ ਵੀ ਹਾਂ ਵੀ ਵੀਕਿੰਨੀ speed ਲੱਖਣੀ ਹੈ VNA ਦਿਨ ਚ ਇੱਥੇ ਪਹੁੰਚਣੀ ਚਾਹੀਦੀ ਹੈ ਤੇ ਕਿਉਂਕਿ ਇੱਕ ਵਾਰੀ ਸਾਡੇ ਬਲੈਕਆਊਟ ਹੋ ਗਿਆ ਸੀਗਾ ਹਨਾ ਕੰਟਾ ਲੱਗ ਗਿਆ ਸੀ ਸਾਨੂੰ ਉਹ ਰਿਕਵਰ ਕਰਨੇ Ship ਰੁਕ ਗਈ ਤੇ ਇੰਜਨ ਰੁਕ ਗਿਆ Ship ਦਾ ਅੱਛਾ ਤੇ ਉਹਦੇ ਕਰਕੇ ਉਹਦਾ ਕੈਲਕੂਲੇਸ਼ਨ ਘਟ ਗਿਆ ਠੀਕ ਹੈ ਕਿਤੇ ਅਸੀਂ 58 ਦਿਨ ਚ ਪਹੁੰਚਣਾ ਸੀਗਾ ਹੂੰ ਤੇ ਉਹ ਇੱਕ ਦਿਨ ਉਹ ਹੋ ਗਿਆ ਉਹਦੇ ਕਰਕੇ ਜਾਂ ਟਾਈਮ ਦਾ ਉਹ ਫਰਕ ਪੈ ਗਿਆ ਠੀਕ ਹੈ ਘੰਟਿਆਂ ਦਾ ਤੇ ਫਿਰ ਉਹ ਸਾਨੂੰ ਰਿਪੋਰਟ ਕਰਨਾ ਪੈਂਦਾ ਵੀ ਹਾਂ ਵੀ ਆ ਚੱਕਰ ਪਿਆ ਸੀਗਾ ਵੀ ਅਸੀਂ ਇੱਥੇ ਰੁਕ ਗਏ ਸੀ ਹਾਂ ਇੱਥੇ ਰੁਕ ਗਿਆ ਜੀ ਸਾਡਾ ਬਲੈਕਆਊਟ ਹੋ ਗਿਆ ਛਿਪ ਦੀ ਜਨਰੇਟਰ ਦੀ ਪ੍ਰੋਬਲਮ ਆ ਗਈ ਸੀ ਰੀਜ਼ਨ ਦੇਣਾ ਪੈਂਦਾ ਹਾਂ ਰੀਜ਼ਨ ਦੇਣਾ ਪੈਂਦਾ ਯਾ ਵੀ ਹਾਂ ਵੀ ਫਿਰ ਜਨਰੇਟਰ ਨੂੰ ਉਹ ਇੰਜਨ ਨੂੰ ਸਟਾਰਟ ਕਰਨ ਲਈ ਫਿਰ ਟਾਈਮ ਲੱਗ ਗਿਆ ਇਹਦੀ ਸਪੀਡ ਮੈਕਸਿਮਮ ਕਿੰਨੀ ਕਿ ਹੁੰਦੀ ਹੈ ਫਿਰ ਕਿੰਨੇ ਕ ਭਜਦੀ ਹੈ ਸਪੀਡ ਇਹ ਡਿਪੈਂਡ ਕਰਦਾ ਛਿਪ ਤੇ ਅੱਛਾ ਤੇ ਜਿਵੇਂ ਦਾ ਕੰਟੇਨਰ ਸ਼ਿਪ ਨੇ ਉਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਜ ਆਪਣਾ ਲਵ ਲਵਿਪੋਰਟ ਹੁੰਦੇ ਨੇ ਤੇ ਟਾਈਮ ਵੀ ਹੁੰਦਾ ਉਹਨਾਂ ਦਾ ਵੀ ਹਾਂ ਵੀ ਛੇਤੀ ਛੇਤੀ ਆਪਣਾ ਜਿਹੜਾ ਸਮਾਨ ਆਉ ਦਿੱਤਾ ਤੇ ਆਪਣਾ ਅੱਗੇ ਹੋਰ ਅੱਗੇ ਜਾਣਾ ਜੀ ਤੇ ਜਿਹੜਾ ਬਾਕੀ ਦੂਜੇ ਉਹਨੇ ਕਰੂਡ ਆਇਲ ਹੋ ਗਿਆ ਆਇਲ ਕੈਰੀ ਕਰਦੇ ਨੇ ਲੰਬੀਆਂ ਸ਼ਿਪ ਨੇ ਹਨਾ ਉਹਨਾਂ ਦੇ ਹੋਗੀ ਜਿਵੇਂ 11 ਨਾਟ ਸਮੁੰਦਰ ਦੇ ਨਾਟ ਚ ਕਰਦੇ ਆ ਸੀ ਜਿਵੇਂ ਤੇ ਕਿਲੋਮੀਟਰ ਹੈ ਨਾ ਅੱਛਾ 80 ਕਿਲੋਮੀਟਰ ਦੀ ਸਪੀਡ ਉੱਥੇ 11 ਨਾਟ 14 ਨਾਟ ਐਵੇਂ ਅੱਛਾ ਤੇ ਸਮਝ ਲਓ ਤੁਸੀਂ 25 26 ਦੀ ਸਪੀਡ ਹੈ 25 26 ਕਿਲੋਮੀਟਰ ਦੀ ਹੈ ਅੱਛਾ ਪਰ ਉਹ ਸ਼ਿਪ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੋ ਕਿਉਂਕਿ ਸ਼ਿਪ ਬਹੁਤ ਵੱਡੀ ਹੈ ਨਾ ਬਹੁਤ ਵੱਡੀ ਹੈ ਹਾਂ ਕਿਉਂਕਿ ਮੈਂ ਜਦੋਂ ਮੈਨੂੰ ਤਾਂ ਇੰਨਾ ਪਤਾ ਨਹੀਂ ਸੀ ਮੈਂ ਜਦੋਂ ਰਾਤ ਨੂੰ ਨਾ ਇੱਕ ਵਾਰ ਜੁਆਇਨ ਕੀਤੀ ਸ਼ਿਪ ਚੱਲਦੀ ਸ਼ਿਪ 'ਚ ਮੈਂ ਉੱਤੇ ਚੜ੍ਹਨਾ ਸੀਗਾ ਨੇਰਾ ਸੀ ਰਾਤ ਦੇ 1:30 ਵਜੇ ਹੋਇਆ ਸੀਗਾ ਅੱਛਾ ਹਾਂ ਤੇ ਤੁਸੀਂ ਉਹ ਜਿਹੜੇ ਛੱਡਦੇ ਨੇ ਉਹ ਲੈਡਰ ਛੱਡਦੇ ਨੇ ਉਹ ਨਾਲ ਉੱਤੇ ਚੜ੍ਹਨਾ ਹੈ ਅੱਛਾ ਤੇ ਫਿਰ ਉਦੋਂ ਪਤਾ ਚੱਲੇ ਹਾਂ ਵੀ ਸ਼ਿਪ ਚੱਲ ਵੀ ਰਹੀ ਹੈ ਉਹ ਥੋੜੀ ਸਪੀਡ ਹੈ ਸਲੋ ਕੀਤੀ ਹੋਈ ਸੀ ਉਹਨਾਂ ਨੇ ਤੇ ਉਹ ਵੀ ਮੈਨੂੰ ਐ ਲੱਗ ਰਿਹਾ ਜਿਵੇਂ ਇੱਕ ਗੱਡੀ 100 ਦੀ ਸਪੀਡ ਤੇ ਜਾਂਦੀ ਹੈ ਨਾ ਇੰਨੀ ਤੇਜ਼ ਮਹਿਸੂਸ ਹੁੰਦੀ ਹਾਂ 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 ਪਾਣੀ 'ਚ ਤੇ ਹਾਂ ਤੇ ਉਹ ਵੀ ਫੇਰ ਰਾਤ ਨੂੰ ਚੜਨਾ ਉੱਤੇ ਹਨਾ ਡਰ ਵੀ ਲੱਗਦਾ ਹਾਂ ਵੀ ਹੱਥ ਸਲਿੱਪ ਹੋ ਗਿਆ ਥੱਲੇ ਸਿੱਧਾ ਸਮੁੰਦਰ 'ਚ ਇੱਕ ਵਾਰੀ ਮੌਸਮ ਬਹੁਤ ਖਰਾਬ ਹੁੰਦਾ ਕਈ ਵਾਰ ਤੁਹਾਨੂੰ ਇਸ ਤਰੀਕੇ ਦਾ ਸਟਾਰਮ ਮਿਲਿਆ ਕੋਈ ਬਹੁਤ ਜ਼ਿਆਦਾ ਮੌਸਮ ਖਰਾਬ ਹੋਵੇ ਬਿਜਲੀ ਪੂਰੀ ਕੜਕਰੀ ਹੋਵੇ ਪੂਰਾ ਅੱਤ ਦਾ ਮੌਸਮ ਖਰਾਬ ਹੋਇਆ ਹੋਵੇ ਉਹਦੇ ਵਿੱਚੋਂ ਨਿਕਲਣਾ ਹੈ ਅਜਾ ਕਦੇ ਹੋਇਆ ਹਾਂਜੀ ਹਾਂਜੀ ਬਹੁਤ ਵਾਰ ਹੁੰਦਾ ਹੈ ਇਹ ਤਾਂ ਨਾਰਮਲ ਆ ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਨਹੀਂ ਹੈਗੀ ਨਵਾਂ ਨਵਾਂ ਬੰਦਾ ਜਾਂਦਾ ਉਹਨੂੰ ਥੋੜਾ ਡਰ ਲੱਗਦਾ ਲੱਗਦਾ ਹਨਾ ਵੀ ਅੱਛੀ ਪਹਿਲ ਰਹੀ ਹੈ ਹਨਾ ਪਾਣੀ ਮਤਲਬ ਪਾਣੀ ਛੱਲਾ ਮਾਰ ਰਿਹਾ ਹੈ ਤੇ ਬਿਜਲੀ ਲਾਸ਼ ਕੇ ਵੀਕ ਦਾ ਸ਼ਿਪ ਨਾ ਡੁੱਬ ਜੇ ਸ਼ਿਪ ਨਾ ਪਲਟ ਜੇ ਹਨਾ ਇੰਨੀ ਹਿੱਲ ਰਹੀ ਹੈ ਪਰ ਹੌਲੀ ਹੌਲੀ ਆਤ ਪੈ ਜਾਂਦੀ ਹੈ ਕੋਈ ਨਹੀਂ ਇਹ ਤਾਂ ਐਨੀ ਡੁੱਬਦੀ ਹੈਗੀ ਤੁਸੀਂ ਇੱਕ ਵੀਡੀਓ ਵੀ ਪਾਈ ਹੋਈ ਹੈ ਜਿਹਦੇ ਵਿੱਚ ਤੁਸੀਂ ਆਪਣਾ ਕਮਰਾ ਦਿਖਾ ਰਹੇ ਹੋ ਉਹ ਪੂਰਾ ਹਿੱਲ ਰਿਹਾ ਏ ਇਦਾਂ ਹਾਂਜੀ ਹਾਂਜੀ ਉਹ ਮਤਲਬ ਕੀ ਉਸ ਤੋਂ ਵੀ ਵੱਧ ਹਿੱਲੇ ਜਾਂਦਾ ਉਸ ਤੋਂ ਹੀ ਵੱਧ ਉਸ ਤੋਂ ਹੀ ਵੱਧ ਪਲਟ-ਪਲਟ ਕੇ ਮਾਰਦੀ ਹੈ ਜਿਹੜੀ ਛੋਟੀ ਛਿਪ ਹੁੰਦੀਆਂ ਨੇ ਜਿੰਨੀ ਛੋਟੀ ਛਿਪਾ ਉਨੀ ਜ਼ਿਆਦਾ ਹਿੱਲਦੀ ਹੈ ਹੂੰ ਤੇ ਬਸ ਸਮਝ ਲਓ ਤੁਹਾਨੂੰ ਨੀਂਦ ਤਾਂ ਆਉਣੀ ਨਹੀਂ ਹੈਗੀ ਤੁਹਾਨੂੰ ਅੱਛਾ ਕਿ ਐਦਾਂ ਹੋਇਆ ਕਦੇ ਵੀ ਰਾਤ ਪੂਰੀ ਜਾ ਕੇ ਕੱਢੀ ਹੋਵੇ ਅਗਲੇ ਦਿਨ ਫੇਰ ਕੰਮ ਤੇ ਜਾਣਾ ਹਾਂਜੀ ਉਹ ਜਾਣੇ ਕੰਮ ਤੇ ਜਾਣਾ ਐ ਨਹੀਂ ਛੁੱਟੀ ਮਾਰ ਕੰਮ ਤੇ ਛੁੱਟੀ ਨਹੀਂ ਮਾਰ ਸਕਦੇ ਛੁੱਟੀ ਤਾਂ ਹੈ ਹੀ ਨਹੀਂ ਤੁਹਾਡੀ ਹਾਂ ਜਿੰਨਾ ਟਾਈਮ ਤੁਸੀਂ ਛਿਪ ਤੇ ਨਹੀਂ ਛੁੱਟੀ ਤਾਂ ਹੈ ਹੀ ਨਹੀਂ ਹਾਂ ਅੰਟਿਲ ਕੋਈ ਮੈਡੀਕਲ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਠੀਕ ਹੈ ਉਹ ਤੁਹਾਨੂੰ ਰੈਸਟ ਵਾਸਤੇ ਦੇ ਦਿਆ ਨਹੀਂ ਡਾਕਟਰ ਵੀ ਹੁੰਦਾ ਵਿੱਚ ਛਿਪ ਤੇ ਕੋਈ ਡਾਕਟਰ ਨਹੀਂ ਹੁੰਦਾ ਫਿਰ ਛਿਪ ਹਣਾ ਉਹਨੂੰ ਮਾੜਾ ਮੋਟਾ ਸਿਖਾ ਦਿੰਦੇ ਨੇ ਉਹ ਮਤਲਬ ਉਹ ਰਿਸਪਾਂਸਿਬਲ ਹੁੰਦਾ ਮੈਡੀਕਲ ਦਾ ਅੱਛਾ ਉਹਨੂੰ ਮਾੜਾ ਮੋਟਾ ਟੀਕਾ ਲਗਾਉਣਾ ਬੀਪੀ ਚੈੱਕ ਕਰਨਾ ਹਣਾ ਦਵਾਈਆਂ ਕਿਵੇਂ ਦੇਣੀਆਂ ਕਿਹੜੀਆਂ ਦੇਣੀਆਂ ਉਹਨੂੰ ਮਾੜਾ ਮੋਟਾ ਕੋਰਸ ਕਰਾ ਦਿੰਦੇ ਨੇ ਤੇ ਦਵਾਈਆਂ ਵੀ ਸਾਰੀ ਕੈਰੀ ਹੁੰਦੀਆਂ ਨੇ ਨਾਲ ਉਹ ਸਭ ਕੁਝ ਇੱਥੇ ਰੱਖਦੇ ਆ ਪਰ ਇੰਨਾ ਜ਼ਿਆਦਾ ਟ੍ਰੀਟਮੈਂਟ ਨਹੀਂ ਹੁੰਦਾ ਉੱਥੇ ਫੇਰ ਮੰਨ ਲਓ ਜੇ ਬੰਦੇ ਨੂੰ ਕੋਈ ਐਮਰਜੈਂਸੀ ਐਮਰਜੈਂਸੀ ਹੈਗੀ ਜੇ ਤਾਂ ਬਾਹਲੀ ਐਮਰਜੈਂਸੀ ਹੈਗੀ ਲੱਤ ਬਾਹ ਟੁੱਟ ਗਈ ਜੀ ਠੀਕ ਹੈ ਜੇ ਤਾਂ ਲਵੇ ਕੋਈ ਪੋਰਟ ਹੈਗਾ ਹਾਂ ਫੇਰ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਦੋ ਤਿੰਨ ਇਹ ਸੈ ਜਾ ਸਕਦਾ ਹੈ ਜੀ ਉੱਥੇ ਲਗਾਈਏ ਉਹਨੂੰ ਭੇਜ ਦਈਏ ਠੀਕ ਹੈ ਜੇ ਹਾਂ ਵੀ ਐਟ ਸੀ ਹੈ ਸਮੁੰਦਰ ਜਾਂ ਦੂਰ ਦੂਰ ਤੱਕ ਹਾਂ ਨਹੀਂ ਸਕਦਾ ਕੋਈ ਹੈ ਨਹੀਂ ਹੱਲ ਹਾਂ ਵੀ ਹਫਤਾ ਹਫਤਾ 10 ਦਿਨ ਤੱਕ ਪਹੁੰਚਾਂਗੇ ਉੱਥੇ ਤੇ ਆ ਇਨਫੇ ਉਹ ਅਸੀਂ ਹੈਲੀਕਾਪਟਰ ਮੰਗਾਉਂਦੇ ਹਾਂ ਹੈਲੀਕਾਪਟਰ ਆਣਾ ਫਿਰ ਉਹਨੂੰ ਹੈਲੀਕਾਪਟਰ ਅਸੀਂ ਉਹਨੂੰ ਲੈ ਕੇ ਜਾਂਦੇ ਆ ਤੇ ਫਿਰ ਹੁੰਦਾ ਮੇਰੇ ਦੋਸਤ ਨਾਲ ਆਈ ਹੋਏ ਸੀ ਉਹਦੀ ਬਾਹਾਂ ਟੁੱਟ ਗਈ ਸੀ ਅੱਛਾ ਤੇ ਉਹ ਪੌੜੀਆਂ ਚੜ੍ਹ ਰਿਆ ਸੀਗਾ ਤੇ ਥੱਲੋ ਥੋੜੇ ਕੰਮ ਕਰ ਰਹੇ ਸੀ ਕੋਈ ਬੋਇਲਰ ਸੀਗਾ ਇੱਕ ਉਹਦਾ ਉੱਪਰਲਾ ਖੋਲੇ ਹੋਏ ਸੀਗਾ ਬੋਇਲਰ ਪੂਰਾ ਮਤਲਬ ਐ ਸਮਝ ਲਓ ਤੁਸੀਂ ਦੋ ਕਮਰੇ ਜਿਹੜਾ ਇਹਨਾਂ ਲੰਬਾ ਹੋਗਾ ਓਕੇ ਤੇ ਉਹ ਵਿੱਚ गिर ਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਇੱਕਦਮ ਵਿੱਚ गिर ਗਿਆ ਤੇ ਵੀ ਬਾਹ ਟੁੱਟ ਗਈ ਤੇ ਉਹਨੂੰ ਫਿਰ 에어 ਲਿਫਟ ਕਰਿਆ ਜੀ ਅੱਛਾ ਤੁਸੀਂ ਮਨਗੀ ਸਮੁੰਦਰ ਦੇ ਬਿਲਕੁਲ ਵਿੱਚ ਸੀਗੇ ਉਸ ਟਾਈਮ ਹਾਂ ਹਾਂ ਪੋਰਟ ਕੋਲ ਕੋਈ ਨਹੀਂ ਸੀ ਨਹੀਂ ਮਤਲਬ ਕੰਮ ਤਾਂ ਬਹੁਤ ਔਖਾ ਬਈ ਯਾਰ ਇਹ ਵੀ ਆਪਾਂ ਦੇਖਿਆ ਜਾਵੇ ਵੀ ਜੇ ਪੈਸੇ ਵੱਧ ਨੇ ਤਾਂ ਉਹ ਮਿਹਨਤ ਵੀ ਉੰਨੀ ਲਗਾਉਂਦੇ ਨੇ ਰਿਸਕ ਵੀ ਉਨਾ ਹੀ ਵੀ ਐਦਾ ਐਡਾ ਸੌਖਾ ਨਹੀਂ ਹੈਗਾ ਵੀ ਦੇਖਣ ਦੇ ਵਿੱਚ ਜਿਵੇਂ ਅਸੀਂ ਮੈਂ ਜਿਵੇਂ ਜ਼ਿਕਰ ਕੀਤਾ ਵੀ 11ਵੀਂ 12ਵੀਂ ਦੇ ਵਿੱਚ ਸਾਨੂੰ ਬੜਾ ਇਹਨਾਂ ਦੇ ਵਿੱਚ ਲੈ ਆ ਬਈ ਤੇਰੇ ਤਾਂ ਨਜ਼ਾਰੇ ਨੇ ਬਾਈ ਅਸੀਂ ਉਹ ਮੁੰਡੇ ਸਾਡੇ ਮਿੱਤਰ ਨੂੰ ਕਹਿੰਦੇ ਤੇਰੇ ਨੇਾਰੇ 6 ਮਹੀਨੇ ਇੱਥੇ 6 ਮਹੀਨੇ ਉੱਥੇ ਵੀ 6 ਮਹੀਨੇ ਕੰਮ ਕਰਨਾ 6 ਮਹੀਨੇ ਤੇਰੀ ਛੁੱਟੀ ਉਹ ਵੀ ਤੇਰੇ ਨੇਾਰੇ ਨੇ ਨਜ਼ਾਰੇ ਅਸੀਂ ਰਿਕਾਰਡ ਨਹੀਂ ਕਰ ਸਕਦੇ ਨਾ ਅੰਦਾਜ਼ੋਂ ਦਿਖਾ ਸਕਦੇ ਆ ਵੀ ਆਹ ਹਰਾਸ਼ਮੈਂਟ ਹੋ ਰਹੀ ਹੈ ਆਹ ਅਸੀਂ ਇੰਨੇ ਕਿਉਂਕਿ ਐਮਰਜੈਂਸੀ ਹੁੰਦੀ ਆ ਉਦੋਂ ਫੋਨ ਥੋੜੀ ਆ ਜਾਂਦਾ ਹਾਂ ਵੀ ਆ ਵੀਡੀਓ ਬਣਾਈਏ ਉਹ ਤਾਂ ਐ ਹੁੰਦਾ ਹੈ ਪ੍ਰੋਬਲਮ ਸੋਲਵ ਕਰੀਏ ਅਸੀਂ ਪੜਾ 6 6 ਦੀ ਵੀ ਮਸ਼ੀਨ ਉਹਦੇ ਬਿਨਾ ਕੁਝ ਚੱਲ ਨਹੀਂ ਸਕਦਾ ਹੈਗਾ ਅੱਛਾ ਕਦੇ ਆਏ ਹੋਇਆ ਵੀ ਜਿਵੇਂ ਉੱਥੇ ਕੋਈ ਤੂਫਾਨ ਇੰਨਾ ਆ ਗਿਆ ਜਾਂ ਤੁਹਾਡਾ ਲੋਡ ਇੰਨਾ ਹੋ ਗਿਆ ਤੁਸੀਂ ਕੰਮ ਤੋਂ ਇੰਨਾ ਆਖ ਕੇ ਵੀ ਕਦੇ ਮਨ ਚ ਆਇਆ ਵੀ ਯਾਰ ਛੱਡ ਬਲਦੀ ਵੀ ਇਹ ਤਾਂ ਚੰਗਾ ਘਰੇ ਸੀ ਕਿਤੇ ਹੋਰ ਕਿਤੇ ਖੇਤ ਖੂਤ ਹੀ ਹੁੰਦੇ ਜਾਂ ਕਿਤੇ ਉੱਥੇ ਕਿਸੇ ਇਲੈਕਟ੍ਰੀਕਲ ਦੀ ਜੌਬ ਹੀ ਕਰ ਲੈਂਦੇ ਦੁਕਾਨ ਤੇ ਲਾ ਜਾਂਦੇ ਆਪਣੀ ਦੁਕਾਨ ਪਾ ਲੈਂਦੇ ਵੀ ਸਾਰਾ ਐਸਾ ਕੋਈ ਜੌਬ ਕਰ ਲੈਂਦੇ ਹਾਂਜੀ ਹਾਂਜੀ ਵੀ ਇਸ ਪਖਾਈ ਤੋਂ ਤਾਂ ਬਚਦੇ ਕਿਤੇ ਇੰਨਾ ਕਦੇ ਆਇਆ ਮਨ ਦੇ ਵਿੱਚ ਛਿਪਦੇ ਜਿਹੜਾ ਜਾਂਦਾ ਨਾ ਬੰਦਾ ਇਹਨੂੰ ਐ ਦੁਖੀ ਹੋ ਜਾਂਦਾ ਕੰਮ ਬਹੁਤ ਹੁੰਦਾ ਉਹ ਹਮੇਸ਼ਾ ਇੱਕ ਵਾਰ ਸੋਚਦਾ ਹੈ ਹਾਂ ਵੀ ਹਾਂ ਯਾਰ ਆਪਣਾ ਬਿਜ਼ਨਸ ਹੁੰਦਾ ਜਾਂ ਕੋਈ ਕੋਬ ਜੌਬ ਕਰ ਲੀਏ ਚਾਹੇ 30 40 ਹਜ਼ਾਰ ਕਮਾ ਲੀਏ ਇਹ 1.5 2 ਲੱਖ ਨਾਲ ਤੋਂ ਵਧੀਆ ਉੱਥੇ ਹੂੰ ਤੇ ਉਹ ਫਿਰ ਇੱਕ ਵਾਰ ਤਾਂ ਸੋਚਦਾ ਫਿਰ ਬੰਦਾ ਐ ਸੋਚਦਾ ਜਾਂ 4 5 ਮਹੀਨੇ ਨੇ ਠੀਕ ਐ ਵੀ ਫੇਰ ਤਾਂ ਘਰੇ ਆ ਕੇ ਛੁੱਟੀਆਂ ਨੇ ਹੂੰ ਠੀਕ ਐ ਆਪਣਾ ਫੇਰ ਐਸ਼ ਕਰਨੀ ਆ ਪੈਸਾ ਵੀ ਵਾਧੂ ਆ ਹੂੰ ਫਿਰ ਐ ਸੋਚ ਕੇ ਬੰਦਾ ਫੇਰ ਇਹ ਟਾਈਮ ਕੱਢ ਲੈਂਦਾ ਅੱਛਾ ਇੱਕ ਵਾਰ ਤਾਂ ਬੰਦੇ ਦਿਮਾਗ 'ਚ ਆਉਂਦਾ ਆ ਹਾਂ ਛੱਡ ਦੀਏ ਕੀ ਕਰਨੀ ਮੁੜ ਕੇ ਨਹੀਂ ਆਉਣੇ ਇੱਥੇ ਹਾਂ ਅੱਛਾ ਕਈ ਇਦਾਂ ਦੇ ਹੋਣਗੇ ਵੀ ਜਿਹੜੇ ਮੁੜ ਕੇ ਆਉਂਦੇ ਵੀ ਨਹੀਂ ਹੋਣਗੇ ਆਹ ਵਾਧੂ ਛੱਡ ਦੇ ਇਦਾਂ ਦੇ ਵੀ ਹੋਣਗੇ ਇੱਕ ਕੰਟਰੈਕਟ ਲਾਂਦੇ ਨੇ ਜਦੋਂ ਪਤਾ ਲੱਗਦਾ ਐ ਇੰਨੀ ਔਖੀ ਆ ਛੱਡ ਦਿੰਦੇ ਨੇ ਮੁੜ ਕੇ ਆਉਂਦੇ ਨਹੀਂ ਆਗੇ ਅੱਛਾ ਕਈ ਵਾਰ ਤਾਂ ਕਿ ਇੰਨਾ ਕੀਤਾ ਜਾਂਦਾ ਜਾਂ ਕਈ ਵਾਰ ਫੈਮਿਲੀ ਨਾਲ ਇੰਨਾ ਅਟੈਚ ਹੁੰਦਾ ਉਹ ਬੰਦਾ ਵੀ ਇੰਨਾ ਟਾਈਮ ਕੱਢ ਨਹੀਂ ਸਕਦਾ ਹੈਗਾ ਵਿਆਹ ਹੋ ਜਾਂਦਾ ਕਹੀ ਜਾਂਦਾ ਵਿਆਹ ਤੋਂ ਬਾਅਦ ਛੱਡ ਦਿੰਦੇ ਨੇ ਹੂੰ ਜਾਂ ਛੋਟੇ ਕੰਟਰੈਕਟ ਵੀ ਆ ਜਾਂਦੇ ਨੇ ਆਏ ਛੋਟੇ ਕੰਟਰੈਕਟ ਕਰੀ ਜਿਵੇਂ ਤੁਸੀਂ ਵੀ ਬਾਈ ਮੈਰਿਡ ਹੋ ਤੁਸੀਂ ਆਪਣੀ ਫਿਰ ਉਸ ਮੈਰਿਡ ਲਾਈਫ ਨੂੰ ਕਿਵੇਂ ਵਿਆਹ ਤੋਂ ਬਾਅਦ ਤੁਹਾਨੂੰ 500MB ਮਿਲਦਾ ਹੁਣ ਫੈਮਿਲੀ ਨਾਲ ਵੀ ਕਨੈਕਟ ਕਰਨਾ ਹੈ ਵਾਈਫ ਨਾਲ ਵੀ ਕਨੈਕਟ ਕਰਨਾ ਹੈ ਉਹ ਗੱਲਬਾਤ ਵੀ ਜ਼ਰੂਰੀ ਹੈ ਹਾਂਜੀ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਹੈ ਫਿਰ ਉਹ ਸਾਰੀ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਤੇ ਇਹ ਚੀਜ਼ਾਂ ਪਹਿਲਾਂ ਹੀ ਦੱਸੀਆਂ ਹੋਈਆਂ ਸੀ ਮੈਂ ਵੀ ਆਹ ਤੈਨੂੰ ਫੇਸ ਕਰਨੀਆਂ ਪੈਣਗੀਆਂ ਹਾਂ ਹੈਨਾ ਵੀ ਕਿਉਂਕਿ ਇੱਕ ਵਾਰ ਤੈਂ ਆਇਆ ਸੀਗਾ ਮੇਰੇ ਕੋਲ 10 ਦਿਨ ਸੀ ਨੈਟ ਹੀ ਨਹੀਂ ਸੀ ਨੈਟ ਚੱਲਿਆ 10 ਦਿਨ ਬਿਲਕੁਲ ਹੀ ਨਹੀਂ ਕੋਈ ਆਤਾ ਪਤਾ ਨਹੀਂ ਸੀ ਘਰ ਦੇ ਵਿੱਚ ਮੇਰਾ ਕਿੱਥੇ ਆ ਮੈਂ ਕੀ ਕਰ ਰਿਹਾ ਠੀਕ ਹੈ ਐ ਨਹੀਂ ਪਤਾ ਉਹ ਕੁਝ ਹੋ ਹੀ ਗਿਆ ਹੈ ਕਿਉਂਕਿ ਮੈਂ ਬਿਲਕੁਲ ਉਹ ਅਨਟਚ ਸੀ ਕਰ ਦਿਆਂਦੋ अच्छा ए भी हो गया जी एक बार अच्छा ते पर मैं पहले ही दसेया थी भी हां भी ऐमे कई बार नेट चले ਜਾਂਦਾ ਕੋਈ ਏਰੀਆ ਹੁੰਦਾ ਹਨਾ ਉਥੇ ਨੈਟ ਨਹੀਂ ਚੱਲਦਾ ਹੈਗਾ ਜਾਂ ਘੱਟ ਨੈਟ ਆਈ ਕਈ ਵਾਰ ਟਾਈਮ ਨਹੀਂ ਮਿਲਦਾ ਹੈਗਾ ਮੈਨੂੰ ਕਿਉਂਕਿ ਉਹ ਲਗ ਲਗ ਕੰਟਰੀ ਜਾਂਦੇ ਆ ਤਾਂ ਟਾਈਮ ਦਾ ਹੀ ਕਈ ਵਾਰ ਡਿਫਰੈਂਸ ਹੁੰਦਾ ਆ ਹਨਾ ਜਾਂ ਉਹ ਵੇਲੀ ਆ ਮੈਂ ਕੰਮ ਕਰ ਰਿਹਾ ਠੀਕ ਹੈ ਜਦੋਂ ਮੈਂ ਵੇਲਾ ਕੀ ਰਾਤ ਹੋਵੇ ਉਥੇ ਤੇ ਉਹ ਵੀ ਕਈ ਵਾਰ ਫੇਸ ਕਰਨਾ ਪੈਂਦਾ ਤੇ ਤੁਸੀਂ ਜਿਵੇਂ ਤੁਹਾਨੂੰ ਅਲਾਉ ਤਾਂ ਹੁੰਦਾ ਹੋਗਾ ਵੀ ਵਾਈਫ ਨੂੰ ਨਾਲ ਲਿਕੇ ਜਾ ਫੈਮਿਲੀ ਨਾਲ ਲਿਕੇ ਜਾ ਸਕਦੇ ਆ ਹਾਂ ਜੀ ਲੈ ਕੇ ਜਾ ਸਕਦੇ ਆ ਕੋਈ ਉਹ ਨਹੀਂ ਪਰ ਉਹ ਐ ਆ ਵੀ ਉੱਥੇ ਕਰੂਗੀ ਹੁਣ ਅਸੀਂ ਤਾਂ ਚਾ ਕੰਮ ਕਰਦੇ ਆਂ ਸਾਡਾ ਟਾਈਮ ਪਾਸ ਹੋ ਜਾਂਦਾ ਹੁਣ ਸਾਨੂੰ ਐ 5 ਵਜੇ ਤੋਂ ਬਿਲੇ ਹੁੰਦੀਆਂ ਸੀ ਸ਼ਾਮ ਨੂੰ 5 ਤੋਂ ਲੈ ਕੇ 10-11 ਵਜੇ ਤੱਕ ਅਸੀਂ ਕਮਰੇ 'ਚ ਬੈਠ ਰਹੇ ਨੇ ਠੀਕ ਹੈ ਹਣਾ ਕਿਉਂਕਿ ਯਾਰ ਦੋਸਤ ਵੀ ਕੋਈ ਉੱਥੇ ਆਏ ਨਹੀਂ ਹੈਗਾ ਵੀ ਵਧੀਆ ਹੁੰਦੇ ਹਰ ਕੋਈ ਆਪਣੇ ਮਤਲਬ ਲਈ ਆਉਂਦਾ ਹੈ ਮਤਲਬ ਲਈ ਹੈ ਹਣਾ ਕੋਈ ਜਿਹਦੀ ਇੰਡੀਆ ਅਗਲਾ ਕਰਨੀ ਨਹੀਂ ਹੈ ਆ ਕੰਟਰੈਕਟ ਮੇਰਾ 5-6 ਮਹੀਨੇ ਉਸ ਤੋਂ ਬਾਅਦ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਰੋਜ਼ ਤੁਸੀਂ 5-6 ਘੰਟੇ ਆਪਣੇ ਕਮਰੇ 'ਚ ਬੈਠਣਾ ਗਿਨਾਉ ਕਾਲ ਕੋਈ ਕੋਈ ਕਮਰੇ ਬੈਠਾ ਰਹਿਣਾ ਉਹੀ ਕੰਦਾ ਦੇਖਣੀ ਹੈ ਕੋਈ ਟੀਵੀ ਵਾਰ ਕੋਈ ਇਸ ਤਰ੍ਹਾਂ ਦੀ ਟੀਵੀ ਆਪਣਾ ਉਹੀ ਅਸੀਂ ਫਿਲਮਾਂ ਵਗੈਰਾ ਲੈ ਜਾਂਦੇ ਹਾਂ ਅੱਛਾ ਤੇ ਲੈਪਟਾਪ ਤੇ ਉਹਦੇ ਵੀ ਇੰਟਰਨੈਟ ਕਨੈਕਸ਼ਨ ਨਹੀਂ ਮਿਲਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਪੋਰਟ ਤੇ ਜਾਂਦੇ ਹੋ ਉਦੋਂ ਅਸੀਂ SIM ਲੈ ਲੈਨੇ ਆ ਉਦੋਂ ਅਸੀਂ ਇੱਕ ਦੋ ਦੋ ਦਿਨ ਹੁੰਦੇ ਆ ਉਹ ਅਸੀਂ ਦੱਬ ਕੇ ਆ ਵੀ ਸਾਰੀ ਫਿਲਮਾਂ ਡਾਊਨਲੋਡ ਕਰ ਲਈਏ ਨਵੀਆਂ ਜਿਹੜੀਆਂ ਇਹਨੇ ਵੈਬ ਸੀਰੀਜ਼ ਹੈ ਘਰੇ ਗੱਲ ਕਰ ਲਈਦਾ ਅੱਜ ਕੇ ਅੱਛਾ ਗਾਣੇ ਗੁਣੇ ਜਿਹੜੇ ਤੁਸੀਂ ਸੁਣਦੇ ਹੋ ਉੱਥੇ ਹੀ ਸੁਣ ਉਹ ਡਾਊਨਲੋਡ ਕੀਤੇ ਹੁੰਦੇ ਨੇ ਹਾਂ ਹਾਂ ਡਾਊਨਲੋਡ ਕਰ ਲੈਨੇ ਆ ਅੱਛਾ ਫਿਰ ਰੀਲਾ ਜਿਵੇਂ ਪਾਉਣੀਆਂ ਹੁੰਦੀਆਂ ਨੇ ਉਹ ਫਿਰ ਅਸੀਂ ਸੇਵ ਕਰਦੇ ਹਾਂ ਯਾਰ ਆ ਆ ਬੜੀ ਬੜੀ ਸੋਹਣੀ ਦਿਲਚਸਪ ਕਹਾਣੀ ਆਪਣੀ ਰਹਿ ਗਈ ਬਾਈ ਤੁਸੀਂ ਜਿਵੇਂ ਸੋਸ਼ਲ ਮੀਡੀਆ ਤੇ ਬੜੇ ਕਨੈਕਟ ਹੋ ਤੁਹਾਡੇ ਫਾਲੋਅਰਸ ਵਧੀਆ ਨੇ ਤੁਹਾਨੂੰ ਦੇਖਣ ਵਾਲੇ ਲੋਕ ਬੜੇ ਇੰਟਰਸਟ ਲੈਂਦੇ ਨੇ ਮੈਂ ਚਾਹੁੰਨਾ ਵੀ ਤੁਸੀਂ ਇਸ ਕਹਾਣੀ ਨੂੰ ਵੀ ਇੱਕ ਵਾਰ ਜ਼ਿਕਰ ਕਰ ਦਿਓ ਇੱਕ ਵਾਰ ਬਾਕੀ ਆਪਾਂ ਦਰਸ਼ਕਾਂ ਤੋਂ ਇੱਕ ਜਾਸਤ ਲੈ ਲਈਏ ਕਿ ਭਾਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਧਰਲੇ ਪਾਸੇ ਤੁਹਾਨੂੰ ਦਿਖ ਰਿਹਾ ਹੋਊਗਾ ਨਾਲ ਹੀ ਉਹਦੇ ਬੈਲ ਆਈਕਨ ਹੈ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਗੂਠਾ ਦਬ ਦਿਓ ਫੋਨ ਘੁਮਾ ਕੇ ਮਾਰੋ ਜੋ ਮਰਜੀ ਮਾਰੋ ਬਸ ਉਹਨੂੰ ਤੁਸੀਂ ਓਏ ਇਸ ਕਰਕੇ ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਾਈ ਕਿਉਂਕਿ ਸਾਡੇ ਆਉਣ ਵਾਲੇ ਕਨਸੈਪਟ ਬਹੁਤ ਜ਼ਿਆਦਾ ਸੋਨੇ ਜਿਵੇਂ ਅੱਜ ਦੀ ਸਾਡੇ ਜਿਹੜਾ ਕਨਸੈਪਟ ਅਸੀਂ ਵੀਰੇ ਨਾਲ ਲੈ ਕੇ ਆਏ ਆ ਵੀ ਤੁਸੀਂ ਅਗਰ ਤੁਸੀਂ ਖੁਦ ਤੁਹਾਡਾ ਬੱਚਾ ਤੁਹਾਡਾ ਰਿਸ਼ਤੇਦਾਰ ਕੋਈ ਦੇਖ ਰਿਹਾ ਆ ਉਹਦਾ ਇੰਟਰਸਟ ਆ ਵੀ ਭਾਈ ਮੈਂ ਤਾਂ ਫਲਾਣੇ ਦਾ ਮੁੰਡਾ ਨਾ ਨੀਵੀਂ ਵਿੱਚ ਗਿਆ ਮਰਚੰਟ ਨੀਵੀਂ ਵਿੱਚ ਹੈ ਭਾਈ ਮੈਂ ਵੀ ਮੰਮੀ ਉਧਰ ਹੀ ਜਾਣਾ ਕਿਉਂਕਿ ਇੱਕ ਕੋ ਦੇਖੋ ਦੇਖ ਆਪਣੇ ਪੰਜਾਬ ਵਾਲੇ ਬੰਦੇ ਚ ਬਹੁਤ ਹੈ ਇੱਕ ਕੋਈ ਕੰਮ ਕਰਨ ਲੱਗ ਜਾਈਏ ਤੋ ਕੀ ਰੇਡ ਦੰਨੇ ਆ ਫਿਰ ਸਾਰਾ ਟੱਬਰ ਹੀ ਉਹ ਕੰਮ ਕਰਨ ਲੱਗ ਜਾਂਦਾ ਉਹਦੇ ਚਾਚੇ ਦਾ ਮੁੰਡਾ ਮਾਸੀ ਦਾ ਮੁੰਡਾ ਤਾਏ ਦਾ ਮੁੰਡਾ ਭੂਆ ਦਾ ਮੁੰਡਾ ਫੁੱਫੜ ਦਾ ਮੁੰਡਾ ਸਾਰੇ ਹੀ ਉਸ ਕੰਮ 'ਚ ਲੱਗ ਜਾਂਦੇ ਆ ਪਰ ਇਸ ਕੰਮ ਦੇ ਵਿੱਚ ਇਸ ਖੇਤਰ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਨੋ ਡਾਊਟ ਰਿਸਕ ਵੀ ਹੈ ਰਿਸਕ ਤਾਂ ਮੈਨੂੰ ਲੱਗਦਾ ਅੱਜਕੱਲ ਹਰ ਇੱਕ ਜੌਬ ਦੇ ਵਿੱਚ ਹੀ ਆ ਕੋਈ ਜੌਬ ਲਾ ਲਓ ਹਰ ਇੱਕ ਜੌਬ ਦੇ ਵਿੱਚ ਪਰੇਸ਼ਾਨੀਆਂ ਤੰਗ ਬੰਦਾ ਹੁੰਦਾ ਹੀ ਆ ਪਰ ਇਸ ਖੇਤਰ ਦੇ ਵਿੱਚ ਪੈਸੇ ਬਹੁਤ ਜ਼ਿਆਦਾ ਨੇ ਯਾਨੀ ਤੁਸੀਂ ਸ਼ਾਇਦ ਬਾਹਰ ਜਾ ਕੇ ਵੀ ਅਗਰ ਤੁਹਾਡਾ ਬੱਚਾ ਬਾਹਰ ਕਿਸੇ ਵਿਦੇਸ਼ ਦੇ ਵਿੱਚ ਹੈ ਉੱਥੇ ਵੀ ਸ਼ਾਇਦ ਮੈਨੂੰ ਲੱਗਦਾ ਘੰਟੇ ਦੋ ਘੰਟੇ ਦੇ ਵਿੱਚ ਇੰਨੇ ਪੈਸੇ ਨਹੀਂ ਕਮਾਉਂਦਾ ਹੋਊਗਾ ਜਿੰਨਾ ਅਸੀਂ ਜਿਹਨੇ ਬਾਈ ਹੁਣੀ ਤਿੰਨ ਚਾਰ ਮਹੀਨੇ ਦੇ ਵਿੱਚ ਕਮਾ ਲੈਂਦੇ ਨੇ ਯਾਨੀ ਉਹਨਾਂ ਉੱਥੇ ਇਨਕਮ ਨਹੀਂ ਹੁੰਦੀ ਜਿੰਨੀ ਆਪਣੇ ਇੰਡੀਆ ਦੇ ਵਿੱਚ ਰਹਿ ਕੇ ਕਰ ਲੈਂਦੇ ਨੇ ਪਰ ਇਸ ਚੀਜ਼ ਦੀ ਨੌਲੇਜ ਬਹੁਤ ਘੱਟ ਹੈ ਹੁਣ ਜਿਵੇਂ ਬਾਈ ਹੁਣੀ ਅੱਜ ਸਾਡੇ ਕੋਲੇ ਆਏ ਨੇ ਅਸੀਂ ਬਾਈ ਤੋਂ ਕਾਫੀ ਚੀਜ਼ਾਂ ਮੈਂ ਖੁਦ ਪਰਸਨਲੀ ਪਹਿਲੀ ਵਾਰ ਸਿੱਖ ਰਿਆਂ ਵੀ ਅੱਛਾ ਇਸ ਤਰੀਕੇ ਨਾਲ ਵੀ ਹੁੰਦਾ ਆ ਕਿਉਂਕਿ ਸਾਨੂੰ ਆਈ ਸੀ ਵੀ ਇਹ ਤਾਂ ਬੜੀ ਨਜ਼ਾਰੇ ਵਾਲੀ ਜੌਬ ਹੈ ਵੀ ਕਮਾਲ ਹੋ ਗਈ 6 ਮਹੀਨੇ ਕੰਮ ਕਰਨਾ 6 ਮਹੀਨੇ ਘਰੇ ਬੈਠਣਾ ਇਸ ਤੋਂ ਵਧੀਆ ਜੌਬ ਹੋਰ ਕੀ ਹੋ ਸਕਦੀ ਹੈ ਪੈਸੇ ਪੂਰੇ ਪਰ ਉਹ ਚੀਜ਼ ਆ ਬਾਈ ਨੇ ਵੀ ਦੱਸਿਆ ਤੇ ਜਿਵੇਂ ਬਾਈ ਹੁਣ ਸੋਸ਼ਲ ਮੀਡੀਆ ਤੇ ਬਾਈ ਤੁਸੀਂ ਜਿਵੇਂ ਹੁਣ ਮੁੜ ਕੇ ਤੁਹਾਡੇ ਵੱਲ ਆ ਜਾਈਏ ਤੁਸੀਂ ਐਕਟਿਵ ਬਹੁਤ ਹੋ ਹਾਂਜੀ ਆਪਾਂ ਦਰਸ਼ਕਾਂ ਨੂੰ ਇਹ ਚੀਜ਼ ਦੱਸ ਦਈਏ ਵੀ ਤੁਸੀਂ ਜਿਵੇਂ 500 MB ਦੇ ਵਿੱਚ ਇੰਟਰਨੈਟ ਜਿਵੇਂ ਆਪਾਂ ਦੇਖਿਆ ਇੰਸਟਾ ਤੇ ਤੁਸੀਂ ਵੀਡੀਓਜ਼ ਰੀਲਾਂ ਅਪਲੋਡ ਕਰਦੇ ਹੋ ਹੂੰ ਫਿਰ ਉਹ ਰੀਲ ਅਪਲੋਡ ਕਰਨ ਨੂੰ ਤਾਂ ਕਿੰਨੀ ਐਬੀ ਲੱਗ ਜਾਂਦੀ ਹੈ ਹਾਂਜੀ ਹਾਂਜੀ ਫਿਰ ਉਹ ਤੁਸੀਂ ਅਪਲੋਡ ਕਿਵੇਂ ਕਰਦੇ ਹੋ ਉਹ ਮੈਂ ਕੀ ਕਰਦਾ ਉਹ ਸਭ ਨਾਲ ਕੰਪਰੈਸ ਕਰਕੇ ਰੱਖਦਾ ਵੀਡੀਓ ਨੂੰ ਹੂੰ ਤੇ ਮੈਂ ਕੀ ਕਰਦਾ ਹੂੰ ਜਿਵੇਂ ਐਤਵਾਰ ਤੱਕ ਮੈਂ ਆਪਣਾ ਡਾਟਾ ਬਚਾ ਕੇ ਰੱਖਦਾ ਠੀਕ ਹੈ ਤੇ ਜਾਂ ਤਾਂ ਜੇ ਨੈਟ ਵਧੀਆ ਚੱਲ ਰਿਹਾ ਸਪੀਡ ਵਧੀਆ ਆ ਰਹੀ ਹੈ ਉਸ ਟਾਈਮ ਠੀਕ ਹੈ ਫਿਰ ਤਾਂ ਮੈਂ ਆਪ ਹੀ ਅਪਲੋਡ ਕਰਦਾ ਜਾਂ ਫਿਰ ਆਪਣਾ ਘਰੇ ਜਾਂ ਯਾਰ ਦੋਸਤ ਨੂੰ ਭੇਜ ਦਿੰਦਾ ਠੀਕ ਹੈ ਹਨਾ ਇਹ WhatsApp ਤੇ ਭੇਜ ਦਿੰਦਾ ਅੱਛਾ ਤੇ ਹਾਂ ਵੀ ਮੈਨੂੰ ਪਤਾ ਵੀ ਇੰਨੀ ਐਮਬੀ ਤੇ ਹੈ ਵਿਪ ਸੈਂਡ ਹੋ ਜੂਗੀ ਸੈਂਡ ਹੋ ਜੂਗੀ ਤੇ ਕਈ ਵਾਰ ਉਹ ਵੀ ਆਉਂਦਾ ਘੁੰਮੀਆਂ ਦੇ ਘੁੰਮੀਆਂ ਦੇ ਹੁੰਦੀ ਨਹੀਂ ਹੈਗੀ ਇੱਕ ਜਗ੍ਹਾ ਤੇ ਰੁਕ ਜਾਂਦੀ ਹੈ ਫਿਰ ਮੈਂ ਐਮਬੀ ਦੇਖਦਾ ਜਾਂ ਜਿਆਦਾ ਖਤਰਾ ਨਹੀਂ ਹੋ ਰਹੀ ਹੈਗੀ ਐਮਬੀ ਅੱਛਾ ਹਨਾ ਕਿਉਂਕਿ ਮੈਂ ਡਾਟਾ ਬਚਾਇਆ ਹੁੰਦਾ ਹੈ ਵੀ ਕਿਤੇ ਇਹ ਵੀ ਸੈਂਡ ਨਾ ਹੋਏ ਤੇ ਡਾਟਾ ਵੀ ਉੜ ਜਾਵੇ ਡਾਟਾ ਵੀ ਉੜ ਜਾਵੇ ਉਹ ਵੀ ਟੈਨਸ਼ਨ ਰਹਿੰਦੀ ਹੈ ਤੇ ਮੈਂ ਦੇਖਦਾ ਰਹਿਣਾ ਚੈੱਕ ਕਰਦਾ ਰਹਿਣਾ ਅੱਛਾ ਤੇ ਉਹ ਵੀ ਟੈਨਸ਼ਨ ਰਹਿੰਦੀ ਹੈ ਫਿਰ ਹੂੰ ਤੇ ਫਿਰ ਐਵੇਂ ਅਪਲੋਡ ਕਰਨੀ ਬੰਦ ਅਪਲੋਡ ਮਤਲਬ ਕੀ ਇਹ ਵੀ ਇਹ ਵੀ ਬੜੀ ਇੰਟਰਸਟਿੰਗ ਜੀ ਕਹਾਣੀ ਹੈ ਵੀ 5MB ਦੇ ਵਿੱਚ ਬਾਈ ਦੇਖ ਲਓ ਇਹ ਵੀ ਮਿਹਨਤ ਹੈ ਵੀ ਫਿਰ ਵੀ ਬਾਈ ਦੇਖ ਲਓ ਇੰਟਰਨੈਟ ਦੇ ਵਿੱਚ ਸੋਸ਼ਲ ਮੀਡੀਆ ਤੇ ਤੁਹਾਨੂੰ ਹਰ ਇੱਕ ਜਾਣਕਾਰੀ ਫਿਰ ਵੀ ਸਾਂਝੀ ਕਰਦੇ ਨੇ ਬਾਕੀ ਅੱਜ ਦਾ ਪੋਡਕਾਸਟ ਸੁਣੋ ਤੁਸੀਂ ਸ਼ੇਅਰ ਕਰੋ ਆਪਣੇ ਮਿੱਤਰਾਂ ਦੇ ਨਾਲ ਆਪਣੀ ਫੈਮਲੀ ਦੇ ਨਾਲ ਇੱਕ ਫੈਮਲੀ ਪੋਡਕਾਸਟ ਹੈ ਤੁਸੀਂ ਚਾਹੇ ਜਾਣਾ ਵੀ ਨਹੀਂ ਹੋਵੇ ਇਸ ਖੇਤਰ ਦੇ ਵਿੱਚ ਤਾਂ ਵੀ ਤੁਹਾਡੇ ਕੋਲ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਘੱਟੋ ਘੱਟ ਤੁਸੀਂ ਅਗਲੇ ਕਿਸੇ ਬੰਦੇ ਨੂੰ ਗਾਈਡ ਤਾਂ ਕਰ ਸਕਦੇ ਹੋ ਵੀ ਕਿਸੇ ਖੇਤਰ ਦੇ ਵਿੱਚ ਮੰਨ ਲਓ ਬੰਦੇ ਨੇ ਇਸ ਖੇਤਰ ਦੇ ਵਿੱਚ ਜਾਣਾ ਤਾਂ ਤੁਸੀਂ ਉਹਨੂੰ ਗਾਈਡ ਕਰ ਸਕਦੇ ਹੋ ਅੱਛਾ ਭਾਈ ਕਿੰਨੀਆਂ ਕਲ ਕੰਟਰੀਆਂ ਘੁੰਮ ਲਿਆ ਫਿਰ ਕੰਟਰੀਆਂ ਤਾਂ ਮੈਂ ਵੀ ਵਾਧੂ ਘੁੰਮ ਲਿਆ 20-25 ਕੰਟਰੀ ਘੁੰਮ ਲਿਆ 20-25 ਹੂੰ ਵੇਨ ਵੇਨ ਤੁਸੀਂ ਯੂ ਐਸ ਏ ਚਲੇ ਗਏ ਯੂ ਐਸ ਏ ਵਾਧੂ ਮੈਂ ਦਾ ਲਾਸਟ ਟੂ ਲਾਸ਼ਿਪਰੀ ਯੂ ਐਸ ਏ ਦੀ ਜਾਰਡਰਸ਼ਿਪ ਤੇ ਮੈਂ ਘੁੰਮ ਕੇ ਆ ਕੇ ਗਿਆ ਐਨਾ ਘੁੰਮ ਲਿਆ ਐਨਾ ਘੁੰਮ ਲਿਆ ਅੱਛਾ ਇਹ ਸਭ ਤੋਂ ਸੋਹਣਾ ਸ਼ਹਿਰ ਕਿਹੜਾ ਲੱਗਿਆ ਤੁਸੇ ਤੁਹਾਨੂੰ ਬਾਹਰ ਕੰਟਰੀ ਕਿਹੜੀ ਲੱਗੀ ਘੁੰਮਣ ਸ਼ਹਿਰ ਮੈਨੂੰ ਯੂਰਪ ਜਿਆਦਾ ਵਧੀਆ ਲੱਗਿਆ ਯੂਰੋਪੀਅਨ ਕੰਟਰੀ ਕਿੱਥੇ ਗਏ ਸੀ ਯੂਰਪ ਦੇ ਵਿੱਚ ਯੂਰਪ ਮੈਂ ਕਾਫੀ ਘੁੰਮੇ ਮਿਟਲੀ ਗਿਆ ਹਾਂ ਠੀਕ ਹੈ ਤੇ ਉਧਰਲੀ ਸੈਟ ਗਿਆ ਹੋਇਆ ਤੇ ਵਧੀਆ ਲੱਗਿਆ ਇੱਕ ਬਾਈ ਤੁਸੀਂ ਰੀਲ ਪਾਈ ਸੀਗੀ ਤੁਸੀਂ ਪਾਣੀ ਵਾਲੇ ਸ਼ਹਿਰ ਚ ਘੁੰਮ ਰਹੇ ਹੋ ਉਹ ਜਿਵੇਂ ਅਸੀਂ ਫੋਟੋਆਂ ਚ ਹੀ ਦੇਖਿਆ ਅਸਲ ਜੀ ਜ਼ਿੰਦਗੀ ਚ ਤੁਸੀਂ ਕਿਵੇਂ ਜਾ ਕੇ ਹੋ ਕਿਵੇਂ ਘੈਂਟਾ ਹੋ ਵੈਨਿਸ ਵੈਨਿਸ ਗਿਆ ਵੈਨਿਸ ਹਾਂ ਫਰਾਂਸ ਦੇ ਕੋਲੇ ਆ ਸ਼ਾਇਦ ਉਹ ਇਟਲੀ ਨਹੀਂ ਇਹ ਇਟਲੀ 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 ਕੋਲੇ ਆ ਹਾਂ ਜੀ ਹਾਂ ਹਾਂ ਤੇ ਉ ਤੇ ਜਾਣ ਦਾ ਮੌਕਾ ਮਿਲੇ ਹੂੰ ਤੇ ਬੜਾ ਸੋਹਣਾ ਕੰਟਰੀ ਆ ਉਹ ਸਾਰਾ ਪਾਣੀ ਚ ਹੀ ਆ ਬਈ ਉਹ ਤੇ ਹਾਂ ਪਾਣੀ ਚ ਬਣਿਆ ਹੋਇਆ ਉਹ ਪਾਣੀ ਦੇ ਪੁਰਾਣੇ ਟਾਈਮ ਦੇ ਬਣੇ ਹੋਇਆ ਉਦੋਂ ਨਾ ਮਾੜਾ ਮੋਟਾ ਉਹ ਹੁੰਦਾ ਸੀ ਤਾਂ ਆਜ ਮਹਾਰਾਜੇ ਹੁੰਦੇ ਜਿਹੜੇ ਹੂੰ ਤੇ ਮਾੜਾ ਟਾਪੂ ਜੇ ਹੁੰਦੇ ਸੀਗੇ ਹੂੰ ਤੇ ਉਹਨਾਂ ਨੇ ਮਾੜਾ ਮੋਟਾ ਆਪਣਾ ਘਰ ਜੇ ਬਣਾ ਲਏ ਤੇ ਉਹ ਤੋਂ ਬਾਅਦ ਤਰੱਕੀ ਹੁੰਦੀ ਰਹੀ ਹੈ ਨਾ ਤੇ ਉਹ ਬੜਾ ਇੰਨਾ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਨਾ ਤੇ ਨਾ ਤੋਂ ਸੁਲਾਵ ਘਰਾਂ ਚ ਘਰਾਂ 'ਚ ਲਾਬ ਵੀ ਨਹੀਂ ਹੈਗੀ ਤੇ ਲੋਕੀ ਜਿਵੇਂ ਇੱਕ ਜਗ੍ਹਾ ਦੂਜੀ ਜਗ੍ਹਾ ਜਾਣਾ ਬੋਟ ਨਾਲ ਜਾਂਦੇ ਨੇ ਅੱਛਾ ਜਿਵੇਂ ਫੜ ਇੱਥੇ ਵੱਡੀਆਂ ਗੱਡੀਆਂ ਰੱਖਿਆ ਉਹਨਾਂ ਨੇ ਬੋਟਾਂ ਰੱਖੀਆਂ ਨੇ ਉਹਨੇ ਬੋਟ ਰੱਖਿਆ ਹੈ ਵਧੀਆ ਵਧੀਆ ਖਰੇ ਘਰ ਚ ਹਾਂ ਹਾਂ ਜਿਹੜਾ ਤਕੜਾ ਉਹ ਤਕੜੀ ਬੋਟ ਰੱਖੀ ਹੋਈ ਹੈ ਅੱਛਾ ਮੱਦਮ ਜੇ ਹੈ ਉਹਨੇ ਫਿਰ ਉਸ ਹਿਸਾਬ ਨਾਲ ਰੱਖੀ ਹੋਈ ਹੈ ਕੀ ਹੈ ਉਹ ਵੀ ਕਾਰੋਬਾਰ ਹੁੰਦਾ ਉਹ ਮੈਂ ਦੇਖਦਾ ਹੁੰਦਾ ਹਨਾ ਕੋਈ ਸ਼ੀਸ਼ਿਆਂ ਦਾ ਕੰਮ ਕਰ ਰਿਹਾ ਤੇ ਕੱਪੜੇ ਵੀ ਸੁੱਕਣੇ ਪਾਏ ਹੁੰਦੇ ਨੇ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਉਹ ਪਾਏ ਹੋਏ ਉਹਨਾਂ ਨੇ ਅੱਛਾ ਤੇ ਰੱਸੀ ਪਾਈ ਹੋਈ ਹੈ ਅੱਛਾ ਤੇ ਦੋਹਾਂ ਨੇ ਇੱਕੋ ਹੀ ਇਧਰ ਆ ਜਾਂਦੇ ਨੇ اچھا ਉਹ ਪਾਇਆ ਰੋਲ ਰੋਲ ਕਰ ਲਿਓ ਹਾਂ ਠੀਕ ਹੈ ਤੇ ਉਹ ਖਿੱਚੀ ਜਾਂਦੇ ਨੇ ਕੱਪੜੇ ਕੋਲੇ ਹਾਂ 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 ਅੱਛਾ ਦੇਖ ਜਿਵੇਂ ਉੱਥੇ ਜਿਵੇਂ ਤੁਸੀਂ ਦੱਸਿਆ ਵੀ ਮਾਰਕੀਟ ਮੁਰਕੀਟ ਉਹ ਵੀ ਸਾਰੀ ਪਾਣੀ ਚ ਹੀ ਹੈ ਪਾਣੀ ਸਭ ਕੁਝ ਪਾਣੀ ਹੈ ਕੀ ਬਾਤ ਹੈ ਯਾਰ ਬ੍ਰਿਜ ਬਹੁਤ ਬਣੇ ਹੋਣੇ ਉੱਥੇ ਅੱਛਾ ਤੇ ਉਹ ਐਸੀ ਟਿਓ ਬ੍ਰਿਜ ਵੀ ਕਹਿੰਦੇ ਨੇ ਉਹਨੂੰ ਅੱਛਾ ਹਮ ਮਤਲਬ ਮਜ਼ਾ ਆਇਆ ਤੇ ਕੋ ਕਿੰਨਾ ਟਾਈਮ ਰਹੇ ਸੀ ਉੱਥੇ ਉੱਥੇ ਪੂਰਾ ਦਿਨ ਸੀਗੇ ਸਾਰਾ ਦਿਨ ਇੱਕ ਦਿਨ ਚਲੇ ਗਏ ਸ਼ਾਮ ਨੂੰ ਜਦੋਂ ਅੱਕ ਗਏ ਹਾਂ ਫਿਰ ਵਾਪਸ ਆ ਗਏ ਹਾਂ ਕੀ ਬਾਤ ਹੈ ਅੱਛਾ ਭਾਈ ਆਖਰ ਦੇ ਵਿੱਚ ਹੁਣ ਆਪਾਂ ਦਰਸ਼ਕਾਂ ਨੂੰ ਇਜਾਸਤ ਲੈਣੀ ਹੈ ਕਿਉਂਕਿ ਤਕਰੀਬਨ ਮੇਰੇ ਖਿਆਲ ਨਾਲ ਹਰ ਇੱਕ ਚੀਜ਼ ਆਪਾਂ ਡਿਸਕਸ ਕਰ ਲਈ ਬਾਕੀ ਤੁਹਾਡੇ ਮਨ ਦੇ ਵਿੱਚ ਕੋਈ ਚੀਜ਼ ਹੋਵੇ ਤੁਸੀਂ ਤੁਹਾਨੂੰ ਲੱਗਦਾ ਕਿ ਆਪਾਂ ਦਰਸ਼ਕਾਂ ਨਾਲ ਇਹ ਚੀਜ਼ ਰਹੇਗੀ ਮੇਰੇ ਮਨ 'ਚ ਮੇਰੇ ਸਵਾਲ ਰਹਿ ਗਿਆ ਹੋਵੇ ਕੋਈ ਤੁਹਾਨੂੰ ਲੱਗਦਾ ਇਹ ਜਾਣਕਾਰੀ ਵੀ ਦੇਣੀ ਜ਼ਰੂਰੀ ਹੈ ਜਾਣਕਾਰੀ ਐ ਵੀ ਜੌਬ ਤਾਂ ਹਰ ਇੱਕ ਔਖੀ ਆ ਠੀਕ ਹੈ ਬੈਂਕ 'ਚ ਬੈਠਾ ਬੰਦਾ ਵੀ ਕਹਿੰਦਾ ਯਾ ਮੈਂ ਔਖਾ ਆ ਹਾਂ ਠੀਕ ਹੈ ਇਹ ਤੁਹਾਡਾ ਮਾਈਂਡ ਆ ਹਾ ਵੀ ਕਿੱਥੇ ਤੁਸੀਂ ਜੀ ਲਾ ਕੇ ਕੰਮ ਕਰਨਾ ਹੈ ਹਮ ਹੈਨਾ ਤੇ ਟਰੱਕ ਵਾਲੇ ਵੀ ਕੰਮ ਕਰਦੇ ਨੇ ਹਨਾ ਉਹਨਾਂ ਦੀ ਲਾਈਫ ਬਹੁਤ ਰਿਸਕੀ ਹੁੰਦੀ ਆ ਤੇ ਹਰ ਕੋਈ ਆਪਣਾ ਢਿੱਡ ਪਾਲਣੇ ਕੰਮ ਕਰਦਾ ਹੈ ਆਪਣੀ ਫੈਮਿਲੀ ਨੂੰ ਸੈੱਟ ਕਰਨ ਲਈ ਆਪਣਾ ਵਧੀਆ ਸ਼ੌਂਕ ਪੂਰੇ ਕਰਨ ਲਈ ਤੇ ਆਪਣਾ ਆਪਣਾ ਕੰਮ ਕਰ ਰਿਹਾ ਜਿੱਥੇ ਉਹਦਾ ਜੀ ਕਰਦਾ ਜਿੱਥੇ ਉਹਦਾ ਸ਼ੌਂਕ ਆ ਹੂੰ ਹੁਣ ਕਈ ਤਾਂ ਆਉਂਦੇ ਹਾਂ ਵੀ ਜਿੱਥੇ ਜੌਬ ਮਿਲ ਗਈਆਂ ਜਾਂ ਬਸ ਕਰੀ ਜਾਂਦੇ ਨੇ ਕੰਮ ਫਿਰ ਔਖੇ ਹੁੰਦੇ ਨੇ ਨਾ ਤਾਂ ਉਹਨੇ ਜੀ ਕਰਦਾ ਹੂੰ ਠੀਕ ਹੈ ਨਾ ਇੰਟਰਸਟ ਬਣਦਾ ਨਾ ਇੰਟਰਸਟ ਬਣਦਾ ਉਹ ਦੁਖੀ ਹੋ ਕੇ ਕੰਮ ਕਰਦੇ ਨੇ ਬਸ ਤੱਕ ਹੀ ਹੁੰਦਾ ਫਿਰ ਹਾਂ ਹੂੰ ਤੇ ਐ ਹੁੰਦਾ ਵੀ ਪਹਿਲਾਂ ਆਪਣਾ ਮਿਹਨਤ ਕਰੋ ਹਣਾ ਜੂਰੀ ਨਹੀਂ ਹੈਗਾ ਤੁਹਾਨੂੰ ਪੜਿਆ ਲਿਖਿਆ ਹੋਣਾ ਜ਼ੂਰੀ ਆ ਹਮ ਹਣਾ ਕੋਈ ਨੌਕਰੀ ਲੈਣੀ ਹਾਂ ਵੀ ਕਾਲ ਜਾਂ ਡਿਗਰੀਆਂ ਚ ਕੋਈ ਵਧੀਆ ਨੰਬਰ ਆਏ ਹੁਣ ਹੁਣ ਮੇਰੇ ਕੋਈ ਇੰਨੇ ਵਧੀਆ ਨੰਬਰ ਨਹੀਂ ਸੀਗੇ ਹਮ ਹਣਾ ਮਸਾਂ ਹੀ 60% ਐਵੇਂ ਤੁਸੀਂ 12ਵੀਂ ਤੋਂ ਬਾਅਦ ਹੀ ਲੱਗੀ ਸੀ ਬਈ ਨਹੀਂ ਮੈਂ ਡਿਗਰੀ ਕਰਿਆ ਡਿਪਲੋਮਾ ਡਿਗਰੀ ਕਰਿਆ ਹਾਂ ਅੱਛਾ ਤੇ ਉਹ ਤਾਂ ਇਨੀ ਨੌਲੇਜ ਵੀ ਨਹੀਂ ਸੀਗੀ ਮੈਨੂੰ ਇਹ ਇਧਰ ਜਾਊਂਗਾ ਐਸ਼ ਪ੍ਰੈਸੀ ਹੁੰਦੀ ਸੀ ਹਣਾ ਤੇ ਜਿਵੇਂ ਨਾਰਮਲ ਆਪਣਾ ਮੁੰਡੇ-ਮੁੰਡੇ ਹੁੰਦੇ ਨੇ ਹਣਾ ਲੈਕਚਰ ਲਾ ਲੈ ਨਹੀਂ ਲਾਏ ਹਣਾ ਸੱਪਲੀਆਂ ਆ ਗਈਆਂ ਬਾਦੂ ਤੇ ਪਰ ਜਦੋਂ ਡਿਗਰੀ ਕਰੀ ਉਦੋਂ ਮੇਰਾ ਐ ਸੀ ਹਾਂ ਵੀ ਆ ਜੋਬ ਲੈਣੀ ਆ ਹੁਣ ਉਹ ਜਿਹੜੀ ਉੱਥੇ ਮਿਹਨਤ ਨਹੀਂ કરી ਉਹ ਇੱਥੇ ਸਾਰੀ ਮਿਹਨਤ ਲਾ ਰਹੀ ਨੀ ਮੈਂ ਮੈਂ ਪੂਰਾ ਸਾਲ ਲੱਗਿਆ ਰਿਆ ਮੈਂ ਆਪਣਾ ਇਸੇ ਖੇਤਰ ਚ ਹਾਂਜੀ ਹਾਂ ਅੱਛਾ ਮੈਂ ਇੰਟਰਵਿਊ ਤੇ ਜਾਂਦਾ ਸੀਗਾ ਹਾਂ ਨਾ ਇੰਸਟੀਚਿਊਟ ਜਿਹੜੇ ਮੈਨੂੰ ਪਤਾ ਸੀ ਹਾਂ ਵਧੀਆ ਨੇ ਤੇ ਪਹਿਲਾਂ ਤਾਂ ਐਗਜ਼ਾਮ ਦੇਣਾ ਆਨਲਾਈਨ ਐਗਜ਼ਾਮ ਕਲੀਅਰ ਹੋ ਜਾਂਦਾ ਸੀ ਹੂੰ ਕਿਉਂਕਿ ਮੈਂ ਮਿਹਨਤੀ ਉਹੋ ਕਰੀ ਤੇ ਹਾਂ ਵੀ ਮੈਂ ਦਿਨ ਰਾਤ ਕਰਤੀ ਮੈਂ ਕਿਹਾ ਹੁਣ ਤਾਂ ਜੌਬ ਲੈਣੀ ਆ ਹੁਣ ਕੋਈ ਬਥੇਰੇ ਐਸ਼ ਕਰ ਲਈ ਬਥੇਰਾ ਯਾਰਾਂ ਦੋਸਤਾਂ ਨਾਲ ਘੁੰਮ ਲੇ ਤੇ ਫੇਰ ਆਪਣਾ ਲੱਗੇ ਰਹੇ ਪਰ ਜਦੋਂ ਮੈਂ ਇੰਟਰਵਿਊ ਜਾਂਦਾ ਸੀਗਾ ਮੇਰੀ ਸਿਲੈਕਸ਼ਨ ਨਹੀਂ ਹੁੰਦੀ ਸੀ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਕੀ ਰਿਜੈਕਸ਼ਨ ਕਿ ਆਦੀ ਮਿਲਦੀ ਸੀ ਰਿਜੈਕਸ਼ਨ ਕਿ ਪਤਾ ਨਹੀਂ ਹੁਣ ਉਹਨਾਂ ਦੇ ਹਿਸਾਬ ਨਾਲ ਕੀ ਨਹੀਂ ਵਧੀਆ ਲੱਗੇ ਉਹਨਾਂ ਨੂੰ ਅੱਛਾ ਰੀਜ਼ਨ ਦੱਸ ਦੇ ਜੀ ਮੈਨੂੰ ਦੋ ਤਿੰਨ ਵਾਰ ਜਦੋਂ ਹੋਇਆ ਮੈਂ ਕਿਹਾ ਮੇਰੀ ਪੱਗ ਕਰਕੇ ਕਹਿੰਦੇ ਨੇ ਹਨਾ ਵੀ ਸਰਦਾਰ ਬੰਦਾ ਲੱਗੇ ਆ ਜੇ ਮੈਨੂੰ ਇਹ ਵੀ ਹੋਣ ਲੱਗ ਗਿਆ ਹਾਂ ਤੇ ਫੇਰ ਕਿਉਂਕਿ ਮੈਂ ਬੰਬਈ ਵੀ ਜਾਂਦਾ ਸੀ ਕੱਟ ਪੂਨੇ ਜਾਣਾ ਹਨ ਐਵੇਂ ਠੱਕੇ ਖਾਦੇ ਮੈਂ ਤੇ ਮੈਨੂੰ ਫਲਾਈਟ ਦੀ ਟਿਕਟ ਵੀ ਨਹੀਂ ਪਤਾ ਹੁੰਦੀ ਕਿਵੇਂ ਬੁੱਕ ਕਰਾਉਣੀ ਜਿਹੜੀ 5000 ਰੁਪਏ ਮੈਂ 10000 ਚ ਕਰਾਉਂਦਾ ਹੁੰਦਾ ਮੈਨੂੰ ਕੁਝ ਨਹੀਂ ਪਤਾ ਸੀਗਾ ਪਰ ਘਰ ਦੇ ਵਾਲੇ ਸਪੋਰਟ ਸੀ ਮੈਨੂੰ ਪੂਰੀ ਉਹ ਕਹਿੰਦੇ ਕੋਈ ਨਹੀਂ ਲੱਗਿਆ ਰਹਿ ਤੇ ਕਿਉਂਕਿ ਮੇਰਾ ਐ ਨਹੀਂ ਸੀ ਵੀ ਕੈਨੇਡਾ ਅਮਰੀਕਾ ਜਾਣਾ ਉਧਰ ਉਧਰ ਵੀ ਜਾ ਸਕਦੀ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਉਹ ਮੇਰੀ ਲਾਸਟ ਆਪਸ਼ਨ ਸੀ ਜਦੋਂ ਕੁਝ ਨਹੀਂ ਬਣ ਰਿਹਾ ਹੈਗਾ ਹਨਾ ਆਪਣਾ ਧੱਕੇ ਹੀ ਖਾਣਿਆ ਪਹਿਲਾਂ ਇੰਟਰਸਟ ਈ ਸੀ ਹਾਂ ਹਾਂ ਵੀ ਇੱਧਰ ਜਾਣਾ ਫਿਰ ਮੈਂ ਗਿਆ ਜੇ ਲਾਸਟ ਜਿੱਥੇ ਮੈਨੂੰ ਸਿਲੈਕਸ਼ਨ ਹੋਈ ਇੰਸਟੀਚੂਟ ਚ ਤੇ ਉੱਥੇ 150 ਬੰਦਾ ਸੀਗਾ ਅੱਛਾ ਤੇ ਉੱਥੇ ਸੈਕਿੰਡ ਹਾਈਐਸਟ ਮੇਰੇ ਹੋ ਸੀ ਆਨਲਾਈਨ ਐਗਜ਼ਾਮ ਚ ਸੀ ਜੀ ਇਹ ਲੰਗ ਐਗਜ਼ਾਮ ਹੋਇਆ। ਓਕੇ। ਉਸ ਤੋਂ ਬਾਅਦ ਇੰਟਰਵਿਊ ਚ ਵੀ ਉਹਨਾਂ ਨੂੰ ਐਨ ਵਧੀਆ ਇੰਪ੍ਰੈਸ ਕੀਤਾ। ਕਿਉਂਕਿ ਮੇਰਾ ਐਕਸਪੀਰੀਅੰਸ ਹੀ ਇੰਨਾ ਹੋ ਗਿਆ ਜੀ ਮੈਂ ਧੱਕੇ ਖਾ ਕੇ ਹਾਂ ਇੰਟਰਵਿਊ ਦੇ ਦੇ ਕੇ ਦੇ ਦੇ ਕੇ ਉਹ ਮੈਂ ਪੜਿਆ ਵੀ ਨਹੀਂ ਸੀ ਉਦੋਂ। ਅੱਛਾ। ਤੇ ਮੈਂ ਕਿਹਾ ਲਾਸਟਾ ਹੋ ਗਿਆ ਹੋ ਗਿਆ ਠੀਕ ਆ। ਨਹੀਂ ਆਪਣਾ ਹੋਰ ਕਿਤੇ ਦੇਖਾਂਗੇ। ਅੱਛਾ ਬਿਲਕੁਲ ਆਖਰੀ ਵਾਰ। ਹਾਂ ਹਾਂ। ਜਾ ਕੇ ਤੁਹਾਡਾ ਇੰਟਰਵਿਊ ਪਾਰ ਹੋਇਆ। ਹਾਂ। ਕੀ ਬਾਤ ਹੈ। ਉਦੋਂ ਮੈਂ ਇਹ ਜੇ ਆਇਆ ਯਾਰ ਸੈਕਿੰਡ ਹਾਈਐਸਟ ਨੰਬਰ ਆ ਗਿਆ। ਹਾਂ। ਕੀ ਬਾਤ। ਅੱਛਾ ਭਾਈ ਅਸਲ 'ਚ ਇੱਕ ਆਖਰੀ ਸਵਾਲ ਭਰਾਵਾਂ ਵਾਲਾ ਸਵਾਲ ਵੀ ਇਸ ਖੇ ਤੁਹਾਡਾ ਖੁਦ ਦਾ ਵੈਸੇ ਤੁਹਾਨੂੰ ਚਾਹ ਸੀ ਵੀ ਬਈ ਸ਼ਿਪ ਤੇ ਜਾ ਕੇ ਕੰਮ ਕਰਾਂਗੇ ਜਾਂ ਤੁਸੀਂ ਇਹ ਵੇਖਿਆ ਵੀ ਪੈਸਾ ਬਹੁਤ ਬਣਦਾ ਮੈਂ ਆਪਣੇ ਦੋਸਤ ਨੂੰ ਦੇਖਦਾ ਹੁੰਦਾ ਜੀ ਇੱਕ ਵੈਨ ਨਾ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀਗਾ ਮੈਂ ਕਾਲ ਟਾਈਮ ਤੇ ਘੁੰਮਦਾ ਰਹਿੰਦਾ ਜੀ ਅੱਛਾ ਹਨਾ ਕਾਲ ਦਾ ਟੂਰ ਜਾਣਾ ਮੈਂ ਕੱਲ੍ਹੇ ਹੀ ਚਲੇ ਜਾਣਾ ਨਾਲ ਬਾਕੀ ਜਾਣ ਪਛਾਣ ਦੇ ਹੁੰਦੇ ਤੇ ਯਾਰ ਦੋਸਤ ਠੀਕ ਹੈ ਤੇ ਮੈਨੂੰ ਘੁੰਮਣਾ ਮੈਂ ਕੱਲ੍ਹੇ ਹੀ ਚਲੇ ਜਾਣਾ ਤੇ ਘੁੰਮ ਮੈਂ ਫਿਰ ਕੇ ਆਇਆ ਤੇ ਮੈਨੂੰ ਐਂ ਦੀ ਆਏ ਤੇ ਘੁੰਮਣ ਫਿਰਨ ਨੂੰ ਵੀ ਨਾਲੇ ਪੈਸਾ ਵੀ ਆ ਹਾਂ ਤੇ ਅੰਦਰਲੀ ਚੀਜ਼ ਦਾ ਮੈਨੂੰ ਪਤਾ ਨਹੀਂ ਸੀ ਵੀ ਇਹ ਹੈ ਜੀ ਹਨਾ ਤੇ ਮੇਰਾ ਫਰੈਂਡ ਹੁੰਦਾ ਈ ਤੇ ਮੈਂ ਗਵੰਡੀ ਵੀ ਆਹੋ ਯਾਰ ਦੋਸਤਾਂ ਵਧੀਆ ਸੀ ਬਚਪਨ ਤੋਂ ਠੀਕ ਹੈ ਤੇ ਉਹ ਏਸੀ ਫੀਲਡ ਚ ਆਹੋ ਅੱਛਾ ਤੇ ਫੇ ਮੈਂ ਉਹਨੂੰ ਪੁੱਛਿਆ ਮੈਂ ਕਿ ਆ ਹੋ ਸਕਦਾ ਤੇ ਉਹਨੇ ਫੇ ਦੱਸਿਆ ਵੀ ਐਵੇਂ ਐਵੇਂ ਸਿਲੈਕਸ਼ਨ ਹੋ ਸਕਦੀ ਆ ਵੀ ਐਵੇਂ ਟਰਾਈ ਕਰਨਾ ਉਹ ਤੈਨੂੰ ਫੇ ਤਾਂ ਉਹ ਗਾਈਡੈਂਸ ਵਧੀਆ ਮਿਲ ਗਈ ਤਾਂ ਵਧੀਆ ਇੰਸਟੀਟਿਊਟ ਚਲੇ ਗਿਆ ਨਹੀਂ ਐਵੇਂ ਕਿਸੇ ਚਲੇ ਜਾਂਦਾ ਧੱਕੇ ਖਾਂਦਾ ਹੁੰਦਾ ਏਜੰਟ ਲੱਭਦਾ ਹੁੰਦਾ ਇਹ ਹੱਟਨੇ ਪੈਸੇ ਖਾ ਲੈਣੇ ਸੀਗੇ ਹਾਂ ਉਹਨੇ ਪੈਸੇ ਬਣਾ ਲੈਣ ਸੀ ਹਾਂ ਤੇ ਮੰਮੀ ਨੂੰ ਬਹੁਤ ਔਖਾ ਹੋਇਆ ਜੋ ਮੈਂ ਹੋਇਆ ਨਾ ਵੀ ਯਾਰ ਇਹ ਤਾਂ ਸਮੁੰਦਰੀ ਨੌਕਰੀ ਜਾ ਰਿਹਾ ਹਾਂ ਵੀ ਉਹਦਾ ਔਖੀ ਬਹੁਤ ਹਾਂ 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 ਵੀ ਚਾਰ ਵਾਰ ਸਮੁੰਦਰੇ ਸੁੰਦਰ ਕਿਵੇਂ ਟਾਈਮ ਗੱਡੂ ਮੇਰਾ ਪੁੱਤ ਕਿਵੇਂ ਟਾਈਮ ਗੱਡੂ ਡੈਡੀ ਮੇਰੇ ਫੌਜ ਸੀ ਡੈਡੀ ਪੂਰੇ ਆ ਕਰਨੇ ਇੰਨਾ ਕੀਆ ਹਾਂ ਉਹ ਫਿਰ ਉਹਨਾਂ ਨੂੰ ਫਿਰ ਉਹ ਸਟ੍ਰਿਕਟਨੈਸ ਉਹ ਸਾਰੇ ਸਿਖਾਏ ਹੁੰਦੇ ਨੇ ਨਾ ਬੰਦਾ ਉਹ ਟਾਈਮ ਪੰਕਚੁਲਰ ਹੁੰਦਾ ਉਹਨੇ ਤਾਂ ਉਹ ਦੇਖਿਆ ਹੁੰਦਾ ਬਰਫਾਂ ਚ ਉਹਦਾ ਤਾਂ ਕੋਈ ਐਵੇਂ ਨਹੀਂ ਹੁੰਦਾ ਫੋਨ ਫੋਨ ਕੁਝ ਵੀ ਨਹੀਂ ਹੁੰਦਾ ਅਸਲ ਵਿੱਚ ਕਿਸੇ ਮਹੀਨੇ ਬਾਅਦ ਗੱਲ ਹੋਣੀ ਕਿੱਥੇ ਬਰਫਾਂ ਭੇਜਣੀਆਂ ਹਾਂ ਹੁਣ ਤਾਂ ਸਹੂਲਤਾਂ ਹੀ ਬਹੁਤ ਨੇ ਤੇ ਉਹਨਾਂ ਨੇ ਫੇਰ ਸਮਝਾਇਆ ਤੇ ਉਹਨਾਂ ਨੇ ਮਨ ਮਾਰ ਕੇ ਹਾਂ ਇਹ ਭੇਜਦਾ ਮੈਨੂੰ ਹੌਣ ਖੁਸ਼ ਨਹੀਂ ਕਰਦੇ ਹੌਣ ਖੁਸ਼ ਨਹੀਂ ਪੂਰੇ ਪੂਰੇ ਖੁਸ਼ ਨਹੀਂ ਅੱਛਾ ਇੱਕ ਆਖਰੀ ਸਵਾਲ ਮੇਰੇ ਮਨ ਦੇ ਵਿੱਚ ਰਹਿ ਗਿਆ ਸੀਗਾ ਜਿਵੇਂ ਤੁਹਾਡਾ ਐਕਸਪੋਰਟ ਇੰਪੋਰਟ ਦਾ ਕੰਮ ਆ ਬਾਈ ਹੂੰ ਇਲੀਗਲ ਸਮਾਨ ਵੀ ਆਪਣੇ ਇੰਡੀਆ ਦੇ ਵਿੱਚ ਬਹੁਤ ਹੁੰਦਾ ਹੈ ਹਾਂ ਉਹ ਵੀ ਫਿਰ ਇਸੇ ਇਸੇ ਰਸਤੇ ਦੇ ਵਿੱਚ ਆਉਂਦਾ ਥੋੜੇ ਜੀ ਵਾਧੂ ਵਾਧੂ ਹੁਣ ਫੜੇ ਵੀ ਜਾਂਦੇ ਨੇ ਕਈ ਵਾਰ ਆਪਾਂ ਸੁਣਦੇ ਆ ਖਬਰਾਂ ਹਾਂ ਵੀ ਆਪੋਰਟ ਤੇ ਗੁਜਰਾਤ ਡਾਹਾਪੋਰਟ ਤੇ ਹਾਂ ਇੰਨਾ ਸਮਾਨ ਫੜਿਆ ਗਿਆ ਕਿੰਨਾ ਕੁ ਕਿੰਨ ਫੜਿਆ ਗਿਆ ਆ ਚੀਜ਼ ਫੜੀ ਗਈ ਤੇ ਇਹ ਚੀਜ਼ਾਂ ਬਹੁਤ ਹੁੰਦੀਆਂ ਨੇ ਇਹ ਚੀਜ਼ਾਂ ਤੁਹਾਨੂੰ ਪਤਾ ਹੁੰਦੀਆਂ ਨੇ ਇਹ ਪਤਾ ਵੀ ਹੁੰਦੀਆਂ ਨੇ ਅੱਛਾ ਇਹ ਜ਼ਿਆਦਾ ਤਾਂ ਉਹ ਬੰਦੇ ਨੂੰ ਉਹਨਾਂ ਦਾ ਫਿਰ ਆਪਣਾ ਵੀ ਵਿੱਚ ਹਿੱਸਾ ਹੁੰਦਾ। ਵਾਧੂ ਹਿੱਸੇ ਹੁੰਦੇ ਨੇ। ਕਈ ਤਾਂ ਇੰਨੀ ਤਨਖਾਹ ਵੀ ਨਹੀਂ ਹੁੰਦੀ ਜਿੰਨੇ ਉਹ ਚੀਜ਼ ਚੋਂ ਕਮਾ ਕੇ ਚਲੇ ਜਾਂਦੇ ਨੇ। ਅੱਛਾ। ਛੋਟੀ ਰੈਂਕ ਵਾਲੇ। ਕਿੰਨਾ ਇਹ ਤਨਖਾਹ ਇਹ ਲੱਖ ਡੇਢ ਰੱਖ ਹੁੰਦੀ ਹੈ। ਉਹ ਪਤਾ ਨਹੀਂ ਕਿੰਨੇ ਪੈਸੇ ਕਮਾ ਕੇ ਇਹ ਕੰਮ ਚੋਂ ਚਲੇ ਜਾਂਦੇ ਨੇ। ਪਰ ਇਸ ਕੋ ਬਹੁਤ ਆਏਗਾ ਮ제। ਹੂੰ। ਠੀਕ ਹੈ। ਲਿੰਕ ਬਣਾਉਣਾ ਪੈਂਦਾ ਤੁਹਾਨੂੰ। ਹਾਂ। ਉਸ ਹਿਸਾਬ ਨਾਲ ਅਫਸਰਾਂ ਨਾਲ ਬਣਾ ਕੇ ਰੱਖਣੀ ਪੈਂਦੀ ਹੈ। ਉਹ ਜੇ ਇੱਕ ਮਾੜੀ ਕਾਲ ਕੀਤੀ ਜਾਂ ਦੱਸਤਾ ਕਿਸੇ ਨੇ ਵੀ ਐਵੇਂ ਕਰ ਰਿਹਾ ਉਹਨੂੰ ਸਾਰੀ ਉਮਰ ਜੇਲ੍ਹ ਹੋ ਸਕਦੀ ਹੈ। ਹੂੰ। ਫਾਈਨ ਇੰਨਾ ਪੈਸਾ ਦਾ। ਹੂੰ। ਮਤਲਬ ਹਰ ਇੱਕ ਚੀਜ਼ ਦੀ ਚੰਗੀ ਚੀਜ਼ ਤਾਂ ਵੀ ਨੇ ਉਹਦਾ ਪੋਜ਼ਿਟਿਵ ਸਾਈਡ ਵੀ ਉਹਦੀ ਨੈਗੇਟਿਵ ਸਾਈਡ ਵੀ ਹੈ ਉਹ ਤੁਸੀਂ ਵੇਖਣਾ ਵੀ ਤੁਸੀਂ ਪੋਜ਼ਿਟਿਵ ਜਾਣਾ ਤੇ ਨੈਗੇਟਿਵ ਜਾਣਾ ਹਾਂਜੀ ਹਾਂਜੀ ਹੂੰ ਕੀ ਬਾਤ ਹੈ ਤੇ ਰੂਲ ਐ ਰੈਗੂਲੇਸ਼ਨ ਬਹੁਤ ਤਕੜੇ ਨੇ ਹਾਂ ਤੁਸੀਂ ਇੱਕ ਸਮੁੰਦਰ ਕਾਗਜ਼ ਵੀ ਨਹੀਂ ਸਿੱਟ ਸਕਦੇ ਅੱਛਾ ਐਨੇ ਤਕੜੇ ਰੂਲ ਨੇ ਸ਼ਿਪ ਤੋਂ ਜੇ ਦੇਖ ਲਿਆ ਸਰਕਾਰ ਦਾ ਵੀ ਜੇ ਤੁਹਾਡੀ ਆਇਲ ਦੀ ਗਿਰ ਗਈ ਐ ਨਹੀਂ ਪਤਾ ਤੁਹਾਨੂੰ ਸਾਰੀ ਉਮਰ ਲਈ ਜੇਲ ਹੋ ਜਾਏ ਐਨੇ ਤਕੜੇ ਰੂਲ ਨੇ ਅੱਛਾ ਹੂੰ ਉਹ ਤੇਲ ਮਤਲਬ ਕਿਵੇਂ ਨਾਰਮਲ ਕਿ ਇੰਜਨ ਅਲ ਆਇਲ ਕੋਈ ਤੇਲ ਕਰੂਡਲ ਜਿਵੇਂ ਤੁਸੀਂ ਲੈ ਕੇ ਜਾ ਕੋਈ ਵੀ ਤੇਲ ਲੱਗੀ ਸੇ ਤੈਰਾ ਕੋਈ ਆਪਣਾ ਆਪਣਾ ਕੁਕਿੰਗ ਆਇਲ ਆ ਕੋਈ ਜਾਂ ਜਿਹੜੇ ਸ਼ਿਪ ਚੱਲਦੀ ਆ ਉਹ ਡੀਜ਼ਲ ਹੋ ਗਿਆ ਹੂੰ ਤੇ ਉਹ ਤੁਸੀਂ ਐਵੇਂ ਸਿੱਟ ਨਹੀਂ ਸਕਦੇ ਹੈਗੇ ਪਾਣੀ ਚ ਹੂੰ ਉਹਦੇ ਸਿੱਟਣ ਆ ਉਹ ਰੂਲ ਬਣੇ ਹੋਏ ਨੇ ਹਨਾ ਸਾਡੀ ਇੱਕ ਮਸ਼ੀਨਰੀ ਆ ਹੂੰ ਤੇ ਉਹਦੇ ਰਹੀਂ ਅਸੀਂ ਉਹ ਕਰਦੇ ਆ ਮਤਲਬ 3 ਪੀਪੀਐਮ ਕਹਿੰਦੇ ਨੇ ਇੰਨਾ ਪਤਲਾ ਨਿਕ ਬੂੰਦ ਤੋਂ ਵੀ ਮਤਲਬ ਉਹਦਾ 3 ਲੱਖ ਦਾ ਹਿੱਸਾ ਹੋ ਗਿਆ ਹੂੰ ਉਹ ਅਸੀਂ ਸਿੱਟਦੇ ਆਂ ਉਹਵੇਂ ਕਰ ਕਰਕੇ ਅਸੀਂ ਖਾਲੀ ਕਰਦੇ ਆਂ ਬਰਤਨ ਅੱਛਾ ਬੂਤੇ ਤੈਰ ਨਹੀਂ ਨਹੀਂ ਚਾਹੀਦੀ ਹੈਗੀ ਬੂੰਦ ਵੀ ਐਮ ਇੰਨਾ ਘੱਟ ਉਹ ਜਮੀ ਬਰੀਕ ਬਰੀਕ ਸਮਝ ਲਓ ਜੀ ਮਿੱਟੀ ਤੋਂ ਵੀ ਉਹ ਘੱਟ ਹੋਊਗਾ ਮਤਲਬ ਉਹਨਾਂ ਉਹਨਾਂ ਕਰਕੇ ਸਿੱਟਦੇ ਆਂ ਤਾਂ ਤੁਸੀਂ ਖਾਲੀ ਕਰਦੇ ਖਾਲੀ ਕਰ ਦਿੰਦੇ ਬਹੁਤ ਔਖਾ ਕੰਮ ਹੈ ਆਪਣੇ ਨੇ ਤਾਂ ਬਈ ਇੱਥੇ ਮੈਂ ਕਹਿੰਦਾ ਚਲੋ ਇਹ ਫਿਰ ਟੋਪਿਕ ਦੂਸਰਾ ਹੋ ਜਾਂਦਾ ਇੱਥੇ ਮੈਂ ਕਹਿੰਦਾ ਦਰਿਆ ਨਹੀਂ ਛੱਡਦੇ ਨਹਿਰਾ ਨਹੀਂ ਛੱਡਦੇ ਮੈਂ ਕਹਿੰਦਾ ਪਾਣੀ ਦੇ ਵਿੱਚ ਕੀ ਉਹ ਪੋਲੀਥੀਨ ਕੀ ਸਾਰਾ ਕੋਈ ਸਾਰਾ ਕੋਈ ਸਮਾਨ ਬਸ ਛੱਡਦੇ ਕਰਦੇ ਫਿਰ ਮੱਥਾ ਟੱਕੇ ਮੱਥਾ ਟੱਕੀ ਜਾਣਗੇ ਉਹੀ ਪਾਣੀ ਘਰੇ ਆਉਂਦਾ ਫਿਰ ਕਹਿੰਦੇ ਪੋਲੂਸ਼ਨ ਕਿ ਹੋ ਰਿਹਾ ਹੈ ਬਿਮਾਰੀਆਂ ਕੋ ਲੱਗ ਰਹੀਆਂ ਕੈਂਸਰ ਕੀ ਹੋ ਰਿਹਾ ਹੈ ਹਾਂਜੀ ਉਹੀ ਸਟ੍ਰਿਕਟਨਸ ਜਿਵੇਂ ਤੁਸੀਂ ਦੱਸ ਰਹੇ ਹੋ ਜਿਵੇਂ ਸ਼ਿਪ 'ਚ ਵਰਤੀ ਜਾਂਦੀ ਜਿਵੇਂ ਇੱਥੇ ਵਰਤਣ ਨਾ ਜਣਾ ਮੈਂ ਕਹਿੰਦਾ ਪਾਣੀ ਆਪਣਾ ਸਾਫ਼ ਹੈ ਬਹੁਤ ਹੋ ਜੀ ਸਾਫ਼ ਬਹੁਤ ਹੋ ਜੀ ਭਈ ਬਹੁਤ ਚੰਗਾ ਲੱਗਿਆ ਯਾਰ ਮਤਲਬ ਮਤਲਬ ਮੈਨੂੰ ਸਵਾਦ ਆ ਗਿਆ ਅੱਜ ਦਾ ਪੋਡਕਾਸਟ ਕਰਕੇ ਵੀ ਕਈ ਜਾਣਕਾਰੀਆਂ ਮੈਨੂੰ ਵੀ ਪਹਿਲੀ ਵਾਰ ਸੁਣਨ ਚ ਮਿਲੀਆਂ ਜਿਵੇਂ ਹਨਾ ਬੜਾ ਇੰਟਰਸਟ ਸੀ ਜਿਵੇਂ ਇੱਕ ਪੂਰੀ ਐਂ ਲੱਗਦਾ ਸੀ ਵੀ ਕਹਾਣੀ ਚੱਲ ਰਹੀ ਆ ਜਿਵੇਂ ਮੈਨੂੰ ਨਾ ਐ ਹਾਂ ਜਿਵੇਂ ਤੁਸੀਂ ਕਲੀ-ਕਲੀ ਗੱਲ ਦੱਸਦੇ ਸੀਗੇ ਮੈਂ ਐਸਾ ਪਰਸਨ ਆ ਮੇਰੇ ਵਰਗੇ ਬੜੇ ਨੇ ਵੈਸੇ ਵੀ ਜਿਵੇਂ ਜਿਵੇਂ ਗੱਲ ਚੱਲਦੀ ਆ ਨਾ ਨਾਲ-ਨਾਲ ਉਹਨਾਂ ਨੇ ਸੀਨ ਬਣਾਈ ਜਾਣੇ ਦਿਮਾਗ 'ਚ ਇਮੇਜ ਬਣ ਜਾਣੀ ਜਿਵੇਂ ਜਿਵੇਂ ਤੁਸੀਂ ਸਟੋਰੀ ਸੁਣਾ ਰਹੇ ਸੀ ਮੇਰੇ ਮਾਈਂਡ 'ਚ ਇਮੇਜ ਬਣ ਰਹੀ ਸੀ ਵੀ ਅੱਛਾ ਇਦਾਂ ਕਰਕੇ ਡੈਕ ਹੋਊਗਾ ਇੱਥੇ ਮਾਫੀਆ ਆਉਂਦਾ ਹੋਊਗਾ ਇਦਾਂ ਸੱਟਦੇ ਹੋਣਗੇ ਪੂਰਾ ਇੱਕ ਫਿਲਮੀ ਵਾਲਾ ਸੀਨ ਸੀਗਾ ਇੱਕ ਫਿਲਮ ਵੀ ਆਈ ਹੈ ਬਾਈ ਸ਼ਾਇਦ ਤੁਸੀਂ ਦੇਖੀ ਹੋਊਗੀ ਉਹਦੇ ਵਿੱਚ ਸਾਰਾ ਮਾਫੀਆ ਵਗਰਾ ਵੀ ਦਿਖਾਉਂਦੇ ਨੇ ਕਿਵੇਂ ਅਟੈਕ ਟ੍ਰੂ ਸਟੋਰੀ ਆ ਹਾਂ ਉਹ ਮੈਨੂੰ ਸਾਰੇ ਨੂੰ ਦੇਖਣੀ ਚਾਹੀਦੀ ਆ ਹਾਂ ਉਹ ਪਤਾ ਲੱਗਦਾ ਵੀ ਸ਼ਿਪ ਤੇ ਕਿੰਨਾ ਕੁ ਔਖਾ ਹਾਂ ਉਹ ਸਭ ਕੁਝ ਅਸਲੀ ਦਿਖਾਇਆ ਹੋਇਆ ਤੇ ਐਵੇਂ ਹੁੰਦਾ ਵੀ ਐ ਇਦਾਂ ਹੁੰਦੇ ਨੇ ਕਿਵੇਂ ਆਪਣਾ ਦਿਮਾਗ ਲਾਇਆ ਕੈਪਟਨ ਨੇ ਹਾਂ ਉਹ ਸਾਰਾ ਕਰੂਨ ਬਚਾਇਆ ਉਹ ਟ੍ਰੂ ਸਟੋਰੀ ਆ ਉਹ ਦੇਖਣੀ ਚਾਹੀਦੀ ਆ ਅੱਜ ਕੱਲ ਇੱਕ ਹੋਰ ਆਈ ਥੀ ਵੈਬ ਸੀਰੀ ਸੀ ਅੱਛਾ ਓਕੇ ਉਹ ਵੀ ਦੇਖਣੀ ਚਾਹੀਦੀ ਆ ਠੀਕ ਹੈ ਅੱਛ ਜਿਵੇਂ ਕਿ ਤੁਸੀਂ ਹੁਣ ਹੋਰ ਕੰਟਰੀਜ਼ ਦੇ ਵਿੱਚ ਵਿਜ਼ਿਟ ਕਰਦੇ ਹੋ ਜਾਂ ਬਾਕੀ ਕੰਟਰੀਆਂ ਦੇ ਵਿੱਚ ਜਾਂਦੇ ਹੋ ਜਿਵੇਂ ਤੁਸੀਂ ਦੱਸਿਆ ਕਿ ਗੋਰਾ 조ਰਜੀਆ ਦਾ ਜਿਹੜਾ ਸੀਗਾ ETO ਵੀ ਉਹ ਉਹ ਵੀ ਤੁਹਾਡੇ ਨਾਲ ਡੈਕ ਤੇ ਉਹਨੇ ਆਉਣਾ ਸੀ ਤੁਹਾਡੇ ਕਰੂ ਵਿੱਚ ਆਉਣਾ ਸੀਗਾ ਸੋ ਜਦ ਗੋਰੇ ਤੁਹਾਨੂੰ ਮਿਲਦੇ ਨੇ ਤੁਸੀਂ ਜਿਵੇਂ ਜ਼ਿਕਰ ਕੀਤਾ ਤੁਸੀਂ ਪੁਰਾਣੀ ਜੋ ਦੋ ਤੁਸੀਂ ਸ਼ਿਪ ਤੇ ਸੀਗੇ ਤੁਸੀਂ ਇਕੱਲੇ ਸਰਦਾਰ ਸੀ ਹਨਾ ਫਿਰ ਗੋਰੇ ਉਸ ਚੀਜ਼ ਤੇ ਕਿਵੇਂ ਰਿਐਕਟ ਕਰਦੇ ਨੇ ਵੀ ਸਰਦਾਰ ਆ ਗਿਆ ਯਾ ਕੁਛ ਇਸ ਤਰੀਕੇ ਦੀ ਚੀਜ਼ਾਂ ਉਹ ਪ੍ਰਾਊਡਲੀ ਤੁਹਾਨੂੰ ਕੰਟੈਕਟ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਫਸਟ ਪ੍ਰੈਫਰੈਂਸ ਕੀ ਹੁੰਦੀ ਹੈ ਕਿੱਦਾਂ ਹੁੰਦਾ ਮੈਂ ਪਹਿਲੀ ਸ਼ਿਪ ਤੇ ਗਿਆ ਨਾ ਜਦੋਂ ਉਹ ਮਿਕਸ ਕ੍ਰੂ ਸੀ ਉਦੋਂ ਜੌਰਜੀਅਨ ਰਸ਼ੀਅਨ ਹਨਾ ਬੰਗਲਾਦੇਸ਼ੀ ਹੋਗੇ ਇੰਡੀਅਨ ਵੀ ਵਿੱਚ ਅੱਛਾ ਤੇ ਉਹ ਮਿਕਸ ਕ੍ਰੂ ਸੀ ਸਾਰਾ ਤੇ ਮੈਂ ਟ੍ਰੇਨਿੰਗ ਤੇ ਗਿਆ ਸੀ ਪਹਿਲੀ ਵਾਰ ਅੱਛਾ ਤੇ ਮੈਂ ਹੁੰਦਾ ਸੀ ਹਨਾ ਪਰਨਾ ਬਣ ਕੇ ਰੱਖਣਾ ਜਾਂ ਪਾਰਟੀ ਵਿੱਚ ਪੱਗ ਬਗ ਬਣ ਲਈ ਤਾਂ ਉਹ ਸਵਾਲ ਜੇ ਕਰ ਦਿੰਦੇ ਹਾਂ ਯਾ ਕੀ ਬੰਦਿਓ ਕੀ ਕਹਿੰਦੇ ਨੇ ਇਹਨੂੰ ਹਨਾ ਫੇ ਫੋਟੋ ਫੋਟੋ ਖਿਚਾਉਂਦੇ ਕਈ ਵਾਰ अच्छा ਤੇ ਫੋਟੋ ਚਾ ਕੇ ਇੱਕ ਵਾਰ ਉਹਨੇ ਆਪਣੀ ਫੈਮਲੀ ਨੂੰ ਭੇਜੀ ਯੂਕਰੇਨੀਅਨ ਚੀਫ ਜੀਆ ਸੀਗਾ। ਅੱਛਾ ਤੇ ਉਹ ਕਹਿੰਦੇ ਵੀ ਹਨਾ ਮੇਰੀ ਫੈਮਲੀ ਨੇ ਕਿਹਾ ਵੀ ਐ ਲੱਗਦਾ ਜਿਵੇਂ ਅੱਲਾ ਦੇਨ ਹੁੰਦਾ ਹਨਾ ਤੈਨੂੰ ਐ ਕਹਿ ਰਹੇ ਨੇ। ਅੱਛਾ ਤੇ ਫਿਰ ਮੈਨੂੰ ਥੋੜਾ ਜਿਹਾ ਗੁੱਸਾ ਲੱਗਿਆ। ਅੱਛਾ ਤੇ ਫਿਰ ਮੈਂ ਉਹਨੂੰ ਸਾਰਾ ਸਮਝਾਇਆ। ਮੈਂ ਕਿਹਾ ਇਹ ਗੱਲ ਨਹੀਂ ਹੈਗੀ। ਹੂੰ ਵੀ ਸਾਡੇ ਇਸ ਵਾਸਤੇ ਨਾ ਬਹੁਤ ਕੁਰਬਾਨੀਆਂ ਕਰੀਆ ਨੇ। ਹੂੰ ਠੀਕ ਹੈ ਇਹ ਐਵੇਂ ਨਹੀਂ ਮਿਲੀ ਹੈਗੀਆਂ। ਤੇ ਫਿਰ ਉਹਨੂੰ ਦੱਸਿਆ ਵੀ ਹਾਂ ਵੀ ਐਵੇਂ ਬੰਦਾ ਸਿੰਘ ਬਹਾਦਰ ਆ ਸਾਡੇ ਹਨਾ ਉਹਨੂੰ ਸਾਰਾ ਦੱਸਿਆ ਸ਼ੇਰ-ਏ-ਪੰਜਾਬ ਹਨਾ ਹਮ ਖਾਲਸਾ ਰਾਜਵੇ ਮਹਾਰਾਜ ਸਿੰਘ ਹਰੀ ਸਿੰਘ ਨਲੂਆ ਤੇ ਫਿਰ ਉਹਨੇ ਜਾ ਕੇ ਸਰਚ ਕਰਿਆ ਆਹ ਚੀਜ਼ਾਂ ਨਾ ਦੇ ਉਹਨੇ ਪੁੱਛਿਆ ਉਹ ਭੁੱਲ ਗਿਆ ਉਸ ਟਾਈਮ ਭੁੱਲ ਗਿਆ ਬਾਅਦੋਂ ਫਿਰ ਉਹਨੇ ਸਰਚ ਕਰਿਆ ਜਾ ਕੇ ਮੈਨੂੰ ਫੋਨ ਕਰਕੇ ਪੁੱਛਿਆ ਕਿ ਕੀ ਕੀ ਨਾਂ ਕਹਿੰਦਾ ਸੀ ਤੂੰ ਤੇ ਮੈਂ ਦੱਸਿਆ ਫਿਰ ਉਹ ਬੜਾ ਪ੍ਰਭਾਵਿਤ ਹੋਇਆ ਯਾਰ ਵੀ ਹਨਾ ਵੀ ਇਹਦਾ ਬਹੁਤ ਵੱਡੀ ਚੀਜ਼ ਸੀਗੀ ਇਹ ਬਾਹਰ ਕਿਉਂ ਨਹੀਂ ਸਾਨੂੰ ਕਿਉਂ ਨਹੀਂ ਪਤਾ ਦੁਨੀਆ ਨੂੰ ਪਤਾ ਕਿਉਂ ਨਹੀਂ ਹੈਗਾ ਤੇ ਫਿਰ ਅਸੀਂ ਐ ਇਹਨੂੰ ਪਤਾ ਨਹੀਂ ਹੁੰਦਾ ਲੋਕਾਂ ਨੂੰ ਹੂੰ ਬੰਦੇ ਕਮੈਂਟ ਨਹੀਂ ਦੱਸਣਾ ਪੈਂਦਾ ਕਮੈਂਟ ਕਰ ਜਾਂਦੇ ਨੇ ਕਈ ਵਾਰ ਅੱਛਾ ਭਾਈ ਜਿਵੇਂ ਇੱਕ ਨਾ ਵੀਡੀਓ ਵੀ ਆਪਣੇ YouTube ਤੇ ਬਹੁਤ ਪਈਆਂ ਨੇ ਹਾਂਜੀ ਤੁਸੀਂ ਪਾਣੀ ਜੀ ਰਹਿੰਦੇ ਹੋ ਕਿ ਪਾਣੀ ਦਾ ਇੱਕ ਐਸਾ ਪੁਆਇੰਟ ਆ ਇੱਕ ਜਗ੍ਹਾ ਆ ਜਿਹਨੂੰ ਬਰਮੂਡਾ ਟ੍ਰਾਇੰਗਲ ਕਹਿੰਦੇ ਨੇ ਹਾਂਜੀ ਬੜਾ ਉਸ ਚੀਜ਼ ਤੇ ਜੇ ਸਰਚ ਕਰ ਲੋ ਤੁਸੀਂ YouTube ਤੇ ਹੁਣ ਬੈਠੇ ਬੈਠੇ ਆਪਾਂ ਜੀ ਸਰਚ ਕਰ ਲਈ ਨਾ ਹਾਂਜੀ ਤਾਂ ਮੈਂ ਕਹਾਂ ਨਾ ਅਣਗਿਣਤ ਐਸੀਆਂ ਵੀਡੀਓਜ਼ ਮਿਲ ਜਾਣਗੀਆਂ ਇੱਥੇ ਪਲੇਨ ਡਿੱਗਦੇ ਨੇ ਅੱਜ ਤੱਕ ਕਹਿੰਦੇ ਜਿਹੜਾ ਉਸ ਰਸਤੇ ਚੱਲ ਗਿਆ ਮੁੜ ਕੇ ਕਦੇ ਵਾਪਸ ਨਹੀਂ ਆਇਆ ਬਰਮੂਡਾ ਟ੍ਰਾਇੰਗਲ ਅਸਲ 'ਚ ਇਦਾਂ ਹੋਇਆ ਵੀ ਜਿਹੜਾ ਉੱਥੇ ਗਿਆ ਕਦੇ ਮੁੜ ਕੇ ਵਾਪਸ ਆਇਆ ਨਾ ਹੋਵੇ ਇਹ ਸਭ ਮ ਇਤਿਹਾਸ ਆ ਕੁਝ ਨਹੀਂ ਹੈਗਾ ਪੁਰਾਣੇ ਟਾਈਮ 'ਚ ਕੁਝ ਐਕਸੀਡੈਂਟ ਹੋ ਗਏ ਸੀਗੇ ਠੀਕ ਹੈ ਜਿਸ ਦੇ ਕਰਕੇ ਉਹ ਥੋੜਾ ਜਿਹਾ ਪ੍ਰਚਲਿਤ ਜ਼ਿਆਦਾ ਹੋ ਗਿਆ ਤੇ ਪਰ ਅੱਜ ਦੇ ਟਾਈਮ 'ਚ ਇਹੋ ਜਿਹਾ ਕੁਝ ਨਹੀਂ ਹੈਗਾ ਮੈਂ ਵੀ 2-3 ਵਾਰ ਕ੍ਰਾਸ ਕਰਿਆ ਉਹ ਲੈਂਡ ਤੇ ਬਰਮੂਡਾ ਟ੍ਰਾਇੰਗਲ ਉੱਥੇ ਹਾਂ ਉਹ ਟ੍ਰਾਇੰਗਲ ਜੋ ਮੈਂ ਕ੍ਰਾਸ ਕਰਿਆ ਹੋਇਆ 2-3 ਵਾਰ ਅੱਜ ਕਾ ਹੁਣ ਤਾਂ ਬਹੁਤ अच्छा हवाई जहाज भी नो नो बहुत जाते हैं ਤੁਸੀਂ ਗੂਗਲ ਤੇ ਦੇਖੋਗੇ ਨਾ ਤੁਹਾਨੂੰ ਬਹੁਤ سارے ਦੇਖੋਗੇ ਹਾਂ ਵੀ ਉਸ ਇਲਾਕੇ ਕਰੋਗੇ ਹਾਂ ਵੀ ਸਰਚ ਕਰੋਗੇ ਹਾਈਬਰੂਨ ਡਾ ਟ੍ਰਾਇੰਗਲ ਦੇ ਉੱਤੇ ਕਿੰਨੇ ਐਰੋਪਲੇਨ ਜਾਂਦੇ ਹਨ ਤੁਹਾਨੂੰ ਬਹੁਤ سارے ਐਰੋਪਲੇਨ ਮਿਲਣਗੇ ਜਿਹੜੇ ਉਸ ਇਲਾਕੇ ਜਾ ਰਹੇ ਨੇ ਜਿਹਨਾਂ ਦਾ ਰੂਟ ਉਹ ਹੈ ਹਾਂ ਰੂਟ ਉਹ ਹੈ ਤੇ ਜਿਵੇਂ YouTube ਤੇ ਵੀਡੀਓ ਸੀ ਜਿਵੇਂ ਕਹਿੰਦੇ ਵੀ ਨਾ ਕੋਈ ਸ਼ਿਪ ਜਾ ਸਕਦੀ ਹੈ ਨਾ ਕੋਈ ਉੱਪਰੋਂ ਜਹਾਜ ਨਿਕਲ ਸਕਦਾ ਬੰਦਾ ਸਿੱਧਾ ਪਾਣੀ ਦੇ ਵਿੱਚ ਡਿੱਗ ਜਾਂਦਾ ਨਾ ਕਦੇ ਮੁੜ ਕੇ ਮਿਲਦਾ ਬੜਾ ਲੋਕਾਂ ਨੂੰ ਬਣਾਈ ਜਾਂਦੇ ਨੇ ਹਨਾ ਮੂਰਖ ਬਣਾਈ ਜਾਂਦੇ ਨੇ ਹੋਰ ਕੋਈ ਨਹੀਂ ਯਾਨੀ ਉਹ ਅਸਲ ਚ ਰਿਐਲਿਟੀ ਨਹੀਂ ਆ ਨਹੀਂ ਯਾਰ ਰਿਐਲਿਟੀ ਨਹੀਂ ਆ ਤੁਸੀਂ ਖੁਦ ਜਾ ਕੇ ਆਏ ਹੋ ਹਾਂਜੀ ਮੈਂ ਖੁਦ ਦੇਖਿਆ ਦੋ ਤਿੰਨ ਵਾਰ ਕ੍ਰਾਸ ਕਰਿਆ ਬਰਮੂਡਾ ਟ੍ਰਾਇੰਗਲ ਵੈਸੇ ਹੈ ਕੀ ਚੀਜ਼ ਭਾਈ ਅਸਲ ਚ ਉਹ ਇਹ ਇੱਕ ਨਾ ਉਹ ਆ ਬਣਾਇਆ ਹੋਇਆ ਉਸ ਇਲਾਕੇ ਚ ਵੀ ਪੁਰਾਣੇ ਟਾਈਮ ਚ ਥੋੜਾ ਜਿਹਾ ਐਕਸੀਡੈਂਟ ਵਗੈਰਾ ਹੋ ਗਏ ਸੀਗੇ ਤੇ ਤਾਂ ਕਰਕੇ ਉਹਨੂੰ ਥੋੜਾ ਜਿਹਾ ਉਹ ਦੇ ਤਾ ਨਾਮ ਦੇ ਤਾ ਅੱਛਾ ਹਾਂ ਤੇ ਬਰਮੂਡਾ ਸ਼ਹਿਰ ਆ ਠੀਕ ਹੈ ਪੋਰਟੋ ਰਿਕ ਹੋ ਗਿਆ ਤੇ ਇੱਕ ਹੋਰ ਸ਼ਹਿਰ ਆ ਤੇ ਉਹ ਤਿੰਨੋਂ ਮਿਲਾ ਕੇ ਤੇ ਆਪਣਾ ਬਰਮੂਡਾ ਟ੍ਰਾਇੰਗਲ ਬਣਦਾ ਆ ਤੇ ਕਿਉਂਕਿ ਮੌਸਮ ਵਗੈਰਾ ਕਈ ਵਾਰ ਜਿਆਦਾ ਖਰਾਬ ਹੁੰਦਾ ਉਸ ਇਲਾਕੇ ਚ ਠੀਕ ਹੈ ਸਿਪਾ ਵਗੈਰਾ ਹੋ ਜਾਂਦੀ ਆ ਉਸ ਟਾਈਮ ਤਾਂ ਇਨੀ ਟੈਕਨੋਲੋਜੀ ਵੀ ਨਹੀਂ ਸੀਗੀ ਕਿਉਂਕਿ ਅੱਜ ਤਾ ਸਾਨੂੰ ਪਤਾ ਲੱਗ ਜਾਂਦਾ ਹਾਂ ਵੀ ਇੱਥੋਂ ਮੌਸਮ ਖਰਾਬ ਆ ਹਣਾ ਕਮਾ ਕੇ ਚਲੇ ਜਾਂਦੇ ਆ ਸਿਪਾ ਤੇ ਹਣਾ ਵੀ ਕਿਉਂਕਿ ਸਾਨੂੰ ਰੋਲਿੰਗ ਨਾ ਹੋਵੇ ਥੋੜਾ ਸਾਡੇ ਕਾਰਗੋ ਨੂੰ ਨੁਕਸਾਨ ਨਾ ਹੋਵੇ ਜੇ ਜਿਆਦਾ ਉਹ ਆ ਗਿਆ ਮੌਸਮ ਖਰਾਬ ਹੋ ਗਿਆ ਤੇ ਉਹ ਚੀਜ਼ ਹੈ ਇਹ ਸ਼ਿਪ ਤੇ ਰਡਾਰ ਸਿਸਟਮ ਹੁੰਦਾ ਕੀ ਸਿਸਟਮ ਕਿਹੜਾ ਵਰਤਦੇ ਹੁੰਦੇ ਨੇ ਜਿਵੇਂ ਨੇਵੀਗੇਸ਼ਨ ਵਾਸਤੇ ਤੇ ਕਾਫੀ ਉਹ ਹੁੰਦੇ ਨੇ ਇੱਕ ਨਹੀਂ ਹੁੰਦਾ ਹੈਗਾ ਜਿਵੇਂ ਅਸੀਂ ਜੇ ਰੂਟ ਬਣਾਉਣਾ ਤਾਂ ਉਹਦਾ ਲੱਗ ਐਕ ਡਿਸ ਕਹਿੰਦੇ ਨੇ ਉਹਨੂੰ ਜਿਵੇਂ ਪਹਿਲੇ ਦੇ ਟਾਈਮ 'ਚ ਨਾ ਚਾਰਟ ਹੁੰਦੇ ਸੀਗੇ ਹੈਨਾ ਫਿਜ਼ੀਕਲ ਚਾਰਟ ਹੁੰਦੇ ਸੀ ਉਹਦੇ ਹਿਸਾਬ ਨਾਲ ਬਣਾ ਕੇ ਆਉ ਸਕਰੀਨ ਨਾਲ ਉਹ ਸਾਰਾ ਕੁਝ ਕਰਨਾ ਤੇ ਅੱਜ ਕੱਲ ਉਹ ਨਹੀਂ ਹੈਗਾ ਜਿਵੇਂ ਆਪਾਂ ਗੂਗਲ ਮੈਪ ਆਪਾਂ ਨਾ ਵੀ ਇੱਥੇ ਤੋਂ ਇੱਥੇ ਜਾਣਾ ਤੇ ਉਹਵੇਂ ਅੱਜ ਕੱਲ ਹਾਂ ਇਲੈਕਟ੍ਰੋਨਿਕ ਚਾਰਟ ਕਹਿੰਦੇ ਨੇ ਹਾਂ ਤੇ ਐਕ ਡਿਸ ਕਹਿੰਦੇ ਨੇ ਉਹਨੂੰ ओके दे ਉਹਦੇ ਤੇ ਰੂਟ ਬਣਾਉਂਦੇ ਨੇ ਤੇ ਸ਼ਿਪ ਉਹੀ ਰੂਟ ਤੇ ਜਾਂਦੀ ਰਹਿੰਦੀ ਆ ਇਹ ਆਟੋ ਬਾਇਲਡ ਹੁੰਦਾ ਕੋਈ ਉਹਨੂੰ ਹੱਥ ਨਾਲ ਚਲਾਉਣ ਦੀ ਲੋੜ ਨਹੀਂ ਉਹਨੇ ਉਹੀ ਰੂਟ ਤੇ ਜਾਈ ਜਾਣਾ ਹੂੰ ਉਨੀ ਸਪੀਡ ਤੇ ਹਾਂ ਵੀ ਆਪਾਂ ਕਹਿੰਦਾ ਵੀ ਇੰਨੀ ਸਪੀਡ ਤੇ ਜਾਣਾ ਤੇ ਇੰਨੀ ਸਪੀਡ ਤੇ ਅ ਅਜਿਵੇਂ ਹੁਣ ਆਪਾਂ ਜਿਵੇਂ ਗੱਡੀਆਂ ਆਪਣਾ ਜਹਾਜ਼ ਹੋ ਗਏ ਯਾ ਕੋਈ ਵੀ ਆਪਾਂ ਵਹੀਕਲ ਆ ਮਕੈਨਿਕਲ ਇਹਦੀ ਸਰਵਿਸ ਹੁੰਦੀ ਆ ਇਹ ਰੁਕ ਗਿਆ ਕੁਝ ਟਾਈਮ ਬਾਅਦ ਇਹਦੀ ਰਿਪੇਅਰ ਹੋਣੀ ਹੋਣੀ ਆ ਅੱਜ ਕੱਲ ਤਾਂ ਹੁਣ ਬੋਡੀ ਆਪਣੀ ਇਨਸਾਨਾਂ ਦੀ ਵੀ ਰਿਪੇਅਰ ਹੁੰਦੀ ਆ ਆਪਾਂ ਵੀ ਥੋੜੇ ਟਾਈਮ ਬਾਅਦ ਜਿਵੇਂ ਟੈਸਟ ਕਰਾਉਨੇ ਆ ਆਪਾਂ ਕਹਿੰਨੇ ਆ ਵੀ ਆਹ ਹੋ ਗਿਆ ਜਾਂ ਆਪਾਂ ਨੂੰ ਆਹ ਹੋ ਗਿਆ ਵੀ ਜ਼ਰੂਰੀ ਹੈ ਤੇ ਜਿਵੇਂ ਸਰਵਿਸ ਥੋੜੀ ਸ਼ਿਪਦੀ ਹੈ ਉਹ ਤੁਸੀਂ ਆਪ ਕਰਦੇ ਹੋ ਤੇ ਉਹਦੀ ਅੱਡ ਟੀਮ ਹੁੰਦੀ ਹੈ ਉਹ ਇੱਕ ਟਾਈਮ ਪੀਰੀਅਡ ਹੁੰਦਾ ਵੀ 2.5 ਸਾਲ ਬਾਅਦ ਜਾਂ 5 ਸਾਲ ਬਾਅਦ ਹਮ ਸ਼ਿਪ ਜਾਊਗੀ ਇੱਕ ਉਹ ਹੁੰਦਾ ਡਰਾਈਡੌ ਕਹਿੰਦੇ ਨੇ ਉਹਨੂੰ ਹਨਾ ਜਿੱਥੇ ਸ਼ਿਪਾਂ ਬਣਦੀਆਂ ਨੇ ਅੱਛਾ ਸ਼ਿਪ ਜਾਂ ਫਿਰ ਜਿੱਥੇ ਸਰਵਿਸ ਹੋਣੀ ਹੈ ਮੈਨੂਫੈਕਚਰ ਉੱਥੇ ਲੈ ਕੇ ਜਾਂਦੇ ਨੇ ਮਹੀਨਾ ਸ਼ਿਪ ਉੱਥੀ ਰਹੂਗੀ ਹਣਾ ਜੋ ਕੰਮ ਅਸੀਂ ਅਸੀਂ ਨਹੀਂ ਕਰ ਸਕਦੇ ਹੈਗੇ ਜਾਂ ਅਸੀਂ ਐਟ ਸੀ ਨਹੀਂ ਕਰ ਸਕਦੇ ਹੈਗੇ ਉਹ ਸਾਰਾ ਅਸੀਂ ਉੱਥੇ ਕਰਦੇ ਹਾਂ ਹਣਾ ਤੇ ਸ਼ਿਪ ਦੇ ਆਲੇ-ਦਾਲੇ ਸਾਰਾ ਪੇਂਟ ਕਰਨਾ ਦੁਬਾਰਤੋਂ ਨਵੀਂ ਹਣਾ ਕਿਉਂਕਿ ਇੰਨਾ ਟਾਈਮ ਹੋ ਜਾਂਦਾ ਤੇ ਸ਼ਿਪ ਦਾ ਪੇਂਟ ਚਲੇ ਜਾਂਦਾ ਤੇ ਉਹ ਕਰਨਾ ਥੱਲੇ ਜਲਬ ਲੱਗ ਜਾਂਦੀ ਆ ਉਹ ਤਾਰ ਨਹੀਂ ਹਣਾ ਤੇ ਜਿਹੜਾ ਪ੍ਰੋਪੈਲਰ ਹੁੰਦਾ ਸ਼ਿਪ ਦਾ ਤੇ ਉਹਨੂੰ ਸਾਫ ਕਰਨਾ ਹੋਰ ਜਿਹੜੇ ਮਸ਼ੀਨਰੀਆਂ ਹੋ ਗਈਆਂ ਉਹਨਾਂ ਦੇ ਉਹ ਕਰਨੇ ਟੈਸਟਿੰਗ ਕਰਨੀ ਹਣਾ ਵੀ ਠੀਕ ਚੱਲਦੇ ਨਹੀਂ ਜਾਂ ਨਵੇਂ ਪਾਰਟ ਪਾਉਣੇ ਉਹਦੇ 'ਚ ਤੇ ਉਹ ਸਾਰਾ ਚੀਜ਼ ਉੱਥੇ ਹੁੰਦਾ ਮਹੀਨਾ ਉੱਥੇ ਰਹਿੰਦੀ ਹੈ ਸ਼ਿਪ ਤੇ ਸਾਰਾ ਕੁਝ ਦੇਖਦੇ ਨੇ ਉਹ ਕਰਦੇ ਤੁਸੀਂ ਹੋ ਹੁੰਦੇ ਹੋ ਕਿਉਂ ਨਹੀਂ ਟੀਮ ਆਉਂਦੇ ਉਹ ਬੰਦੇ ਆਉਂਦੇ ਨੇ ਸਰਵਿਸ ਆ ਹਾਂ ਉਹ ਸਾਰੇ ਅਸੀਂ ਇਹ ਪਹਿਲੇ ਹੀ ਨਾ ਜਿਵੇਂ ਸਾਨੂੰ ਪਤਾ ਹਾਂ ਵੀ ਆ ਮਤਲਬ 4-5 ਮਹੀਨੇ ਬਾਅਦ ਸ਼ਿਪ ਉੱਥੇ ਜਾਣੀ ਆ ਹਣਾ ਫੇ ਅਸੀਂ ਪਹਿਲੇ ਹੀ ਭੇਜ ਦਿੰਦੇ ਨਾ ਵੀ ਆਹ ਚੀਜ਼ ਕਰਨੀ ਆ ਆ ਮਸ਼ੀਨਰੀ ਦਾ ਆ ਕੁਝ ਕਰਨਾ ਆ ਹਨਾ ਇੱਥੋਂ ਆ ਨਵੀਂ ਮੋਡੀਫਿਕੇਸ਼ਨ ਕਰਨੀ ਆ ਹਨਾ ਸ਼ਿਪ ਤੇ ਆ ਚੀਜ਼ ਨਹੀਂ ਹੈਗੀ ਆ ਚੀਜ਼ ਪਾ ਦਿਓ ਹਨਾ ਕੋਈ ਨਵੀਂ ਮਸ਼ੀਨਰੀ ਇੰਸਟਾਲ ਕਰਨੀ ਆ ਜਾਂ ਇਹ ਠੀਕ ਨਹੀਂ ਹੈਗੀ ਹਨਾ ਇਹਨੂੰ ਕੱਢ ਕੇ ਇਹਦੇ ਜਗ੍ਹਾ ਕੋਈ ਹੋਰ ਪਾ ਦਿਓ ਨਵੀਂ ਪਾ ਦਿਓ ਤੇ ਉਹ ਚੀਜ਼ ਅਸੀਂ ਪਹਿਲੀ ਭੇਜ ਦਿੰਦੇ ਹਾਂ ਉਹਨਾਂ ਨੂੰ ਹਮ ਅੱਜ ਕੱਲ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਹੁਣ ਕੋਈ ਲੇਟੈਸਟ ਸ਼ਿਪ ਆ ਰਹੀ ਹੈ ਵੀ ਜਿਹਦੇ ਵਿੱਚ ਨਵੀਂ ਤਕਨੀਕ ਹੋਵੇ ਜਿਹੜੀ ਤੁਸੀਂ ਹਜੇ ਉਸ ਸ਼ਿਪ 'ਚ ਨਾ ਆ ਵੀ ਗਏ ਹੋ ਹੁਣ ਸੋਹਣੀ ਹੋਵੇ ਵੀ ਇਦਾਂ ਦੀ ਤਕਨੀਕ ਵੀ ਆ ਗਈ ਸ਼ਿਪ ਦੇ ਵਿੱਚ ਡਿਊਲ ਫਿਊਲ ਆਉਣ ਲੱਗ ਗਿਆ ਅੱਜਕੱਲ ਜਿਵੇਂ ਅਸੀਂ ਸੀਐਨਜੀ ਚੱਲਦੇ ਹਾਂ ਨਾ 12 ਤੇ ਉਵੇਂ ਉਸ ਚੀਜ਼ ਨਾ ਚੱਲਣ ਲੱਗ ਗਈ ਇਥੈਨੋਲ ਵਗੈਰਾ ਅੱਛਾ ਹਾਂਜੀ ਹਾਂਜੀ ਤੇ ਐਲਪੀਜੀ ਵਗੈਰਾ ਉਹ ਚੀਜ਼ ਨਾ ਚੱਲਣ ਲੱਗ ਗਈ ਸ਼ਿਪ ਵੀ ਹਾਂਜੀ ਹਾਂਜੀ ਉਹ ਚੀਜ਼ ਜੇ ਨਾ ਆਵਰਦੀ ਉਹ ਨਾਲ ਨਵੀਂ ਟੈਕਨੋਲੋਜੀ ਲਿਆਉਂਦੇ ਨੇ ਹਨਾ ਟਰਾਈ ਕਰਦੇ ਨੇ ਹਨਾ ਨਵੇਂ-ਨਵੇਂ ਵੀ ਹਾਂ ਵੀ ਕਿਵੇਂ ਸਕਸੈਸ ਹੋਏ ਤੇ ਉਹ ਹੈ ਸਕਸੈਸਫੁਲ ਚੀਜ਼ ਹਾਂਜੀ ਉਹ ਚੱਲਦੀਆਂ ਪਰ ਐ ਵੀ ਉਹ ਤੇਲ ਹਰ ਇੱਕ ਜਗ੍ਹਾ ਉਹ ਮਤਲਬ ਉਹ ਚੀਜ਼ ਹਰ ਇੱਕ ਜੀ ਨਹੀਂ ਮਿਲਦੀ ਉਹ ਹਰ ਇੱਕ ਜਗ੍ਹਾ ਨਹੀਂ ਮਿਲਦੀ ਹਾਂ ਬਿਲਕੁਲ ਤੇ ਹਾਲੀਵੁੱਡ ਜਿਹਾ ਟੈਕਨੋਲੋਜੀ ਆਂਦੀ ਜਾਊਗੀ ਹਨਾ ਫਿਰ ਜ਼ਿਆਦਾ ਹੋਊ ਜ਼ਿਆਦਾ ਜਗ੍ਹਾ ਤੇ ਮਿਲ ਜਾਊ ਹੂੰ ਜਿਵੇਂ ਆਪਾਂ ਨੂੰ ਅੱਜ ਕੱਲ ਜਿਵੇਂ ਹੁਣ ਆਪਾਂ ਨੂੰ ਸੜਕਾਂ ਤੇ ਵੀ ਉਹ ਜਿਹੜਾ ਇਲੈਕਟ੍ਰੀਕਲ ਚਾਰਜ ਵਾਲੇ ਜਿਹੜੇ ਉਹ ਪੋਰਟ ਨਹੀਂ ਹੈਗੇ ਕਿਤੇ ਉਹ ਬਹੁਤ ਘੱਟ ਰੀਅਰ ਨਹੀਂ ਹਜੇ ਪਰ ਉਹਨਾਂ ਦੇ ਟਾਈਮ ਦੇ ਵਿੱਚ ਬਣ ਜਾਣਗੇ ਉਵੇਂ ਯਾਨੀ ਇਹ ਤਕਨੀਕ ਹੈ ਇਹ ਇਹ ਤਕਨੀਕ ਹੈ ਵੀ ਹਜੇ ਸੀਐਨਜੀ ਤੁਹਾਡੇ ਕੋਲੇ ਆ ਗਈ ਹੈ ਯਾਨੀ ਪਰ ਇਹ ਹਜੇ ਪੋਰਟ ਪੋਰਟਾਂ ਤੇ ਹਜੇ ਅਵੇਲੇਬਲ ਨਹੀਂ ਹਰੇਕ ਤੇ ਹਰੇਕ ਤੇ ਨਹੀਂ ਆਈ ਉਹਦਾ ਇਹਦੇ ਨਾਲ ਬਾਈ ਤੁਹਾਨੂੰ ਪਤਾ ਹੀ ਹੋਊਗਾ ਵੀ ਸ਼ਿਪ ਜਾਨ ਉਹਨਾਂ ਹੀ ਮਾਰਦੀ ਹੈ ਵੀ ਇਹਦਾ ਕੋਈ ਫਰਕ ਹੁੰਦਾ ਨਹੀਂ ਕੰਮ ਉਹਨਾਂ ਹੀ ਕਰਦੀ ਆ ਕੋਈ ਉਹ ਨਹੀਂ ਪਾਵਰ ਹੁੰਦੀ ਹੈ ਪਾਵਰ ਹੁੰਦੀ ਹੈ ਪਾਵਰ ਇੰਜਨ ਨੇ ਦੇਣਾ ਉਹ ਗਈ ਹੋਣੀ ਉਹ ਚ ਕੋਈ ਫਰਕ ਉਹ ਚ ਕੋਈ ਫਰਕ ਨਹੀਂ ਆਏਗਾ ਹੂੰ ਬਾਕੀ ਸਾਡਾ ਪੌਡਕਾਸਟ ਜਿਹੜਾ ਸੀ ਅਸੀਂ ਤਕਰੀਬਨ ਹੀ ਆਲਮੋਸਟ ਡੇਢ ਘੰਟੇ ਦਾ ਬਣ ਗਿਆ ਕਿਉਂਕਿ ਏਡੇ ਲੰਬੇ ਪੌਡਕਾਸਟ ਕਰਨ ਦਾ ਖਾਸ ਕਾਰਨ ਇਹੀ ਸੀਗਾ ਵੈਸਟ ਪੌਡਕਾਸਟ ਕਈ ਮੈਂ 2-2 ਘੰਟੇ 2.5 ਘੰਟੇ ਤੇ ਵੀ ਕੀਤੇ ਨੇ ਪਰ ਸਮਾਂ ਬਾਈਕਲ ਵੀ ਥੋੜਾ ਜਿਹਾ ਲਿਮਟਿਡ ਸੀ ਸੋ ਇਸ ਕਰਕੇ ਬਾਕੀ ਮੌਸਮ ਵੀ ਜਿਸ ਟਾਈਮ ਇੰਟਰਵਲ ਦੌਰਾਨ ਅਸੀਂ ਸ਼ੂਟ ਕਰ ਰਹੇ ਹਾਂ ਬਾਹਰ ਮੌਸਮ ਵੀ ਥੋੜਾ ਖਰਾਬ ਚੱਲ ਰਿਹਾ ਸੋ ਅਸੀਂ ਅੱਜ ਇੰਨੇ ਕ ਪੌਡਕਾਸਟ ਨੂੰ ਜਿਹੜਾ ਸਾਡਾ ਇਹ ਪੌਡਕਾਸਟ ਸੀ ਉਹਨੂੰ ਇੰਨੇ ਕ ਸਮੇਂ ਦੇ ਵਿੱਚ ਹੀ ਲਪੇਟਾਂਗੇ ਖਤਮ ਕਰਾਂਗੇ ਬਾਕੀ ਮੇਰੀ ਦਰਖਾਸਤ ਸਾਡੀ ਟੀਮ ਦੀ ਦਰਖਾਸਤ ਇਹੀ ਰਹੂਗੀ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਨੂੰ ਸਾਡੀ ਨੋਟੀਫਿਕੇਸ਼ਨਸ ਔਨ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਆਪਣੀ ਫੈਮਲੀ ਨਾਲ ਬੈਠ ਕੇ ਵੇਖ ਰਹੇ ਹੋ ਇਕੱਲੇ ਬੈਠ ਕੇ ਵੇਖ ਰਹੇ ਹੋ ਜੇ ਇੱਥੇ ਵੀ ਵੇਖ ਰਹੇ ਹੋ ਪੰਜਾਬ ਚ ਤਾਂ ਕਿਹੜੇ ਪਿੰਡੋਂ ਵੇਖ ਰਹੇ ਹੋ ਕਿਹੜੀ ਸਟੇਟ ਚੋਂ ਵੇਖ ਰਹੇ ਹੋ ਜੇ ਬਾਹਰੋਂ ਵੇਖ ਰਹੇ ਹੋ ਤਾਂ ਕਿਹੜੀ ਕੰਟਰੀ ਚੋਂ ਬਟਕੇ ਵੇਖ ਰਹੇ ਹੋ ਬਾਕੀ ਬਾਈ ਦੀ ਆਈਡੀ ਮੈਂ ਥੱਲੇ ਮੈਂਸ਼ਨ ਕਰਤੀ ਹੈ ਕੋਈ ਵੀ ਸਵਾਲ ਜਵਾਬ ਤੁਹਾਡੇ ਮਨ ਦੇ ਵਿੱਚ ਆਉਂਦਾ ਜਿਹੜਾ ਮੈਥੋਂ ਪੁੱਛਣ ਲਈ ਰਹਿ ਗਿਆ ਹੋਵੇ ਤੁਹਾਡੇ ਮਨ ਦੇ ਵਿੱਚ ਆਉਂਦਾ ਤੁਸੀਂ ਬਾਈ ਨੂੰ ਹਜੇ ਬਾਈ ਕੁਛ ਦਿਨ ਇੱਥੇ ਹੈ ਉਸ ਤੋਂ ਬਾਅਦ ਬਾਈ ਦੀ ਫੇਰ 500 ਐਮਬੀ ਸ਼ੁਰੂ ਹੋ ਜਾਣੀ ਹੈ ਫੇਰ ਸਵਾਲ ਔਖੇ ਜਵਾਬ ਔਖੇ ਦਿੱਤੇ ਜਾਣਗੇ ਸੋ ਪਹਿਲਾ ਪਹਿਲਾਂ ਜਿਹੜਾ ਬੰਦਾ ਪੁੱਛ ਸਕਦਾ ਉਹ ਪੁੱਛ ਲਵੇ ਬਾਕੀ ਇਹੀ ਕਹੂੰਗਾ ਪੌਡਕਾਸਟ ਨੂੰ ਸ਼ੇਅਰ ਕਰ ਦਿਓ ਇੱਕ ਇਨਫੋਰਮੇਟਿਵ ਪੌਡਕਾਸਟ ਸੀ ਜਿਸ ਨੂੰ ਅਸੀਂ ਏਸ ਕ੍ਰਾਈਟੇਰੀਆ ਦੇ ਵਿੱਚ ਰੱਖਿਆ ਕਿ ਤੁਹਾਨੂੰ ਇੰਟਰਸਟਲੀ ਬਿਲਡ ਰਹੇ ਤੁਹਾਨੂੰ ਤੁਹਾਡਾ ਤੁਹਾਨੂੰ ਯਾਨੀ ਇੰਟਰਸਟ ਬਣਾਇ ਰਵੇ ਤੁਸੀਂ ਇੰਗੇਜਡ ਰਹੋ ਤੁਹਾਨੂੰ ਔਰ ਥੋੜਾ ਮਸਾਲਾ ਜਿਹੜਾ ਹੁੰਦਾ ਉਹ ਵੀ ਬਣਾ ਰਹੇ ਤੁਹਾਨੂੰ ਸੁਆਦ ਆਵੇ ਇੱਕ ਫਿਲਮ ਵਾਲਾ ਟੇਸਟ ਜਿਹੜਾ ਸੀ ਬਾਕੀ ਅਸੀਂ ਕੁਦਰਤ ਕਲਿੱਪਸ ਦਾ ਜਿਹੜਾ ਚੈਨਲ ਕ੍ਰੀਏਟ ਕੀਤਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਮੈਂ ਮੈਂਸ਼ਨ ਕਰ ਦਿੰਦਾ ਆ ਤੁਸੀਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਿੰਨੀ ਗੱਲਬਾਤ ਸਾਡੀ ਕੀਤੀ ਸੀ ਡੇਢ ਘੰਟਾ ਕਈ ਵਾਰ ਕਿਸੇ ਬੰਦੇ ਕੋਲੇ ਨਾ ਸਮਾਂ ਨਹੀਂ ਹੁੰਦਾ ਪਰ ਜ਼ਰੂਰੀ ਜਾਣਕਾਰੀ ਜਿਹੜੀ ਵੀਰੇ ਨੇ ਸਾਂਝੀ ਕੀਤੀ ਉਹ ਛੋਟੀ ਛੋਟੀ ਕਲਿੱਪਸ ਦੇ ਰਾਹੀਂ ਅਸੀਂ ਉਸ ਚੈਨਲ ਤੇ ਵੀ ਪਾ ਦਾਂਗੇ ਅਪਲੋਡ ਕਰ ਦਾਂਗੇ ਤਾਂ ਕਿ ਤੁਹਾਨੂੰ ਜਾਣਕਾਰੀ ਪੂਰੀ ਮਿਲੇ ਸਮਾਂ ਤੁਹਾਡਾ ਕੱਟ ਲਗੇ ਸੋ ਬਾਕੀ ਜਿਹੜੇ ਬੰਦੇ ਪੂਰਾ ਪੋਡਕਾਸਟ ਦੇਖ ਸਕਦੇ ਨੇ ਉਹ ਪੂਰਾ ਪੋਡਕਾਸਟ ਵੇਖਿਓ ਕਿਉਂਕਿ ਮਜ਼ਾ ਤੁਹਾਨੂੰ ਬਹੁਤ ਆਊਗਾ ਇੱਕ ਫਿਲਮ ਵਾਲੀ ਫੀਲ ਆਊਗੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਸਮਾਂ ਤੁਸੀਂ ਥੀਏਟਰ ਦੇ ਵਿੱਚ ਜਾ ਕੇ ਆਪਣੇ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਸਪੈਂਡ ਕਰਦੇ ਹੋ ਬਤੀਤ ਕਰਦੇ ਹੋ ਮੈਂ ਚਾਹਣਾ ਤੁਹਾਨੂੰ ਉਹੀ ਸਵਾਦ ਘਰ ਬੈਠੇ YouTube ਤੋਂ ਜਾਂ Facebook ਤੋਂ ਸਾਡੇ ਰਾਹੀਂ ਮਿਲੇ ਤਾਕਿ ਤੁਹਾਨੂੰ ਵੀ ਇੰਟਰਸਟ ਬਣੇ ਵੀ ਪੋਡਕਾਸਟ ਹੋਰ ਦੇਖੀ ਤੇ ਦੇਖੀ ਵੀ ਕੁਦਰਤ ਚੈਨਲ ਤੇ ਜਾ ਕੇ ਬਾਕੀ ਉਮੀਦ ਕਰਦਾ ਪੋਡਕਾਸਟ ਚੰਗਾ ਲੱਗੂਗਾ ਸ਼ੇਅਰ ਕਰਦੇ ਹੋ ਆਪਣੇ ਫਰੈਂਡਸ ਨਾਲ ਆਪਣੀ ਫੈਮਲੀ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਜਿਨ੍ਹਾਂ ਦਾ ਇੰਟਰਸਟ ਆ ਇਸ ਖੇਤਰਵਲ ਆਉਣ ਚ ਉਹੀ ਗੱਲ ਆ ਨਾ ਬਾਈ ਮੂਸੇਲਾ ਦੇ ਗਾਣਾ ਵੀ ਵੀ ਰੱਖ ਕਿਰਪਾਨਾ ਉੱਤੇ ਖਾਂਦੇ ਰੋਟੀਆਂ ਤੇ ਬਾਈ ਤਾਂ ਕਿਰਪਾਨਾ ਉੱਤੇ ਰੱਖ ਕੇ ਹੀ ਰੋਟੀਆਂ ਖਾਂਦਾ ਕਿਉਂਕਿ ਜਿਸ ਖੇਤਰ ਦੇ ਵਿੱਚ ਤੇ ਜਿਸ ਭੀੜ ਚੋਂ ਫਿਰ ਰਹੇ ਨੇ ਨਾ ਉੱਥੇ ਬਹੁਤ ਮਾਸੀ ਆ ਇਹ ਕੇ ਸੰਤਾਲੀਆਂ ਚੱਕੀਆਂ ਫਿਰਦੇ ਨੇ ਤੇ ਜਿਹੜੇ ਸਿੱਦੇ ਫੈਰ ਵੀ ਕਰ ਦਿੰਦੇ ਨੇ ਸੋ ਬਹੁਤ ਚੀਜ਼ਾਂ ਐਸੀਆਂ ਨੇ ਵੀ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਹਾਥੀ ਦੇ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਨੇ ਤੇ ਖਾਣ ਦੇ ਕੁਝ ਹੋਰ ਨੇ ਪੈਸਾ ਬਣਦਾ ਆ ਨੋ ਡਾਊਟ ਪੈਸਾ ਬਹੁਤ ਆ ਪਰ ਉਨੀ ਹੀ ਮੁਸ਼ਕਲਾਂ ਉਨੀ ਹੀ ਕਠਿਨਾਈਆਂ ਹੈਗੀਆਂ ਨੇ ਬਾਕੀ ਕਠਿਨਾਈ ਅੱਜ ਕੱਲ ਹਰੇਕ ਖੇਤਰ ਚ ਨੇ ਪੋਡਕਾਸਟ ਸ਼ੇਅਰ ਕਰ ਦਿਓ ਤੁਹਾਨੂੰ ਇੱਕ ਚੰਗੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਚੰਗਾ ਲੱਗਿਆ ਆਪਣੇ ਯਾਰ ਦੋਸਤਾਂ ਦੇ ਵਿੱਚ ਸ਼ੇਅਰ ਕਰੋ ਨਵਾਂ ਪੋਡਕਾਸਟ ਬਹੁਤ ਜਲਦ ਹਾਜ਼ਰ ਕਰਾਂਗੇ ਤਦ ਤੱਕ ਲਈ ਮੈਨੂੰ ਗੁਰਪ੍ਰੀਤ ਸਿੰਘ ਵੱਲੋਂ ਦੀ ਇਜਾਜ਼ਤ ਧੰਨਵਾਦ